ਚੱਲ ਕਰਨ ਚੱਲੀਏ ਫਿਰ। ਮੈਂ ਤਾਂ ਆਪ ਹੀ ਕਹਿ ਰਹੀ ਸੀ ਤਿਆਰ ਹੋ ਜਾ ਮੈਂ, ਤੁਸੀਂ ਤਾਂ ਬੜਾ ਟਾਈਮ ਲਾ ਤੇ। ਤਿਆਰ ਤਾਂ ਹੋ ਜਾਣਾ, ਇੱਕ ਮਿੰਟ ਯਾਰ, ਫੋਨ ਆ ਗਿਆ ਮੈਨੂੰ। ਹੁਣ ਕਿਹਦਾ ਆ ਗਿਆ ਤੁਹਾਨੂੰ ਫੋਨ? ਹੈਲੋ ਹੈਲੋ, ਹਾਂ ਗੁਰਪ੍ਰੀਤ। ਹਾਂ ਵਰਿੰਦਰ। ਹਾਂ ਹਾਂ ਦੱਸ, ਫੋਨ ਕਰਿਆ। ਮਾੜਾ ਜਿਹਾ ਆ ਇੱਧਰ, ਥੋੜਾ ਜਿਹਾ ਕੰਮ ਹੈ ਇੱਕ। ਉਹ ਯਾਰ ਕੰਮ, ਉਹ ਮੈਂ ਕਹਿੰਦਾ ਸੀ ਯਾਰ, ਉਹ ਤੇਰੀ ਭਾਬੀ ਨਾਲ ਮਾੜਾ ਜਿਹਾ ਕੰਮ ਜਿਹਾ ਜਾਣਾ ਸੀ ਯਾਰ ਇੱਕ। ਮੈਂ ਬਹੁਤਾ ਟਾਈਮ ਨਹੀਂ ਲਾਉਣਾ, ਤੂੰ ਬਸ 2 ਮਿੰਟ ਵਾਸਤੇ ਆ ਜਾ। ਉਹ 2 ਮਿੰਟ ਕਾਹਨੂੰ, ਫਿਰ ਟਾਈਮ ਲੱਗ ਜਾਣਾ ਯਾਰ, ਸਾਨੂੰ ਜਾਣਾ ਜ਼ਰੂਰੀ ਹੈਗਾ। ਤੂੰ ਐਂ ਕਰ, ਤੂੰ ਭਰਜਾਈ ਨੂੰ, ਭਰਜਾਈ ਨੂੰ ਵੀ ਲਿਆ ਨਾਲੇ। ਉਹ ਨਹੀਂ ਯਾਰ, ਉਹ ਕਿੱਥੇ ਵਿਚਾਰੀ ਆਊਗੀ। ਗੁਰਪ੍ਰੀਤ ਆਪਾਂ ਸ਼ਾਮ ਨੂੰ ਮਿਲ ਲੈਂਦੇ ਯਾਰ। ਮੈਂ ਦੇਖ ਤੇਰਾ ਟਾਈਮ ਨਹੀਂ ਖਰਾਬ ਕਰਦਾ, ਬਸ ਤੂੰ ਮੇਰੇ ਕੋਲ 5 ਮਿੰਟ ਬਸ ਆਉਣਾ ਜਾਣਾ ਹੈ, ਬਸ ਬਹੁਤਾ ਟਾਈਮ ਨਹੀਂ ਹੈ। ਉਹ ਤਾਂ ਠੀਕ ਹੈ ਯਾਰ, ਆਜਾ ਆਜਾ ਭਾਈ ਬਣ ਕੇ ਆਜਾ। ਚੱਲ ਚੱਲ ਆਉਣਾ ਫਿਰ ਆਉਣਾ। ਠੀਕ ਹੈ ਠੀਕ ਹੈ, ਓਕੇ। ਕੀ ਗੱਲ ਹੋ ਗਈ? ਪਤਾ ਨਹੀਂ ਯਾਰ, ਕਹਿੰਦਾ 5 ਮਿੰਟ ਵਾਸਤੇ ਆਜਾ, ਦਿਖਾਉਣਾ ਕੁਛ ਤੈਨੂੰ। ਕੀ ਹੈ ਜਦ ਮੈਂ ਕਿਧਰੇ ਜਾਣਾ ਹੁੰਦਾ ਨਾ, ਇੱਕ ਤਾਂ ਤੇਰਾ ਦੋਸਤ ਜੇ ਵਿੱਚ ਫਸਿਆ ਰਹਿੰਦਾ ਹਰ ਟਾਈਮ। ਹੁਣ ਮੇਰਾ ਹੋੜੋ ਕਸੂਰ ਹੈ, ਹੁਣ ਰੈਂਡਮ ਚੱਕ ਕੇ ਫੋਨ ਕਰ ਦਿੰਦਾ, ਇਹ ਨਹੀਂ ਸੋਚਦਾ ਬਿੰਦ ਨੇ ਜਾਣਾ ਆਣਾ ਕਿਤੇ। ਤੁਸੀਂ ਇਹਨੂੰ ਮਾੜਾ ਮੋਟਾ ਕਹਿ ਦਿਆ ਕਰੋ ਵੀ ਮੇਰੇ ਘਰ ਦੇ ਵੀ ਕੰਮ ਹੈਗੇ ਨੇ। ਉਹ ਮੈਂ ਬਥੇਰੀ ਵਾਰ ਕਹਿ ਲਿਆ ਇਹਨੂੰ ਵੀ ਮੈਨੂੰ ਨਾ 5-4 ਘੰਟੇ ਪਹਿਲਾਂ ਦੱਸਿਆ ਕਰ ਕੰਮ ਹੁੰਦਾ, ਮੈਂ ਉਹ ਕਿਤੇ ਕਹਿ ਦੂੰਗਾ। ਆਈ ਮਾੜਾ ਜਾ ਐ ਕਰੀ ਉਹ ਕਰੀ ਬਗਾਰ ਜੀ ਪਾ। ਮੇਰੇ ਕੰਮ ਤਾਂ ਬਾਅਦ 'ਚ ਹੋਈ ਜਾਣਗੇ, ਪਹਿਲਾਂ ਆਪਣੇ ਦੋਸਤ ਨੂੰ ਹੀ ਦੇਖ ਲਓ। ਤੂੰ ਮੇਰੀ ਸੁਣ ਗੱਲ, ਤੂੰ ਤਿਆਰ ਰਹੀ, ਮੈਂ ਗਿਆ ਆਇਆ, ਉਹ ਕਹਿੰਦਾ 5 ਮਿੰਟ ਲਵਾਉਣੇ ਆ ਤੇਰੇ। ਚੰਗਾ ਵਗ ਜਾ ਫਿਰ। ਚੱਲ ਤੂੰ ਹੁਣ ਗੁੱਸਾ ਨਾ ਕਰੀ, ਹੁਣ ਤੂੰ ਤਿਆਰ ਰਹੀ, ਠੀਕ ਹੈ? ਆਇਆ ਮੈਂ। ਜਾ ਦੇਖੋ ਦੋਸਤ, ਜਾ ਦੇਖੋ ਦੋਸਤ, ਆ ਹੋ ਜਾਓ ਤਿਆਰ। ਮੈਂ ਨਹੀਂ ਹੋਣਾ ਤਿਆਰ, ਮੈਂ ਨਹੀਂ ਕਿਤੇ ਜਾਣਾ, ਉਹਨਾਂ ਨੂੰ ਹੀ ਦੇਖ ਲਾ ਹੁਣ ਜਿਹੜੇ ਦੋਸਤ ਬਣਾ ਕੇ ਰੱਖੇ ਹੋਏ ਨੇ। ਮੂਡ ਖਰਾਬ ਕਰਕੇ ਧਰਤਾ ਨਹੀਂ ਕੋ ਕਦੇ ਕਿ ਦਿਲ ਮੰਗਦਾ ਦਿਲ ਮੰਗਦਾ। ਹੋਰ ਬਾਈ ਠੀਕ ਹੈ? ਕਿੱਧਰ ਚੱਲੇ ਆ? ਆਇਆ ਮੈਂ ਕੰਮ ਹੈ ਮੜਾ। ਹੈਂ ਨਹੀਂ ਕੋ ਸਾਰੇ ਕਿ ਦਿਲ ਮੰਗਦਾ ਅਬੀ। ਹਾਂ ਦੱਸ, ਤੂੰ ਬੜਬੜ ਜੀ ਕਰੀ ਜਾਂਦੀ ਆ। ਆ ਨਾਲੇ ਵੀਰਾ, ਵੀਰੇ ਬਾਰੇ ਪੁੱਛ ਰਿਹਾ ਗਾ, ਉਸੇ ਨੂੰ ਪੁੱਛ ਲੈਂਦਾ ਕਿੱਥੇ ਜਾ ਰਿਹਾ, ਕੀ ਗੱਲ ਹੋ ਗਈ? ਉਹ ਜਾਣਾ ਸੀਗਾ, ਅਸੀਂ ਨੇ ਫੋਨ ਆ ਗਿਆ, ਉਹਦੀ ਭੱਜ ਗਿਆ। ਹੁਣ ਕਿਹਦਾ ਆ ਗਿਆ? ਉਹ ਗੁਰਪ੍ਰੀਤ ਨਹੀਂ ਹੈਗਾ, ਉਹਦਾ ਦੋਸਤ, ਸਾਰਾ ਦਿਨ ਉਸੇ ਦੀ ਫੋਨ ਆਉਂਦਾ, ਹੋਰ ਕਿਹਦਾ ਆਉਣਾ ਉਹਨੂੰ। ਆ ਗੁਰਪ੍ਰੀਤ ਨੇ ਨਾ ਮੱਤ ਮਾਰੀ ਪਈ ਆ, ਮੈਨੂੰ ਤਾਂ ਨਾ ਭਾਬੀ ਸੱਚ ਪੁੱਛੇ, ਇਹਦਾ ਦੋਸਤ ਚੰਗਾ ਹੀ ਨਹੀਂ ਲੱਗਦਾ ਹੈਗਾ। ਜਦ ਵੀ ਦੇਖੋ ਆ ਜਾ ਮਾੜਾ ਜਾ ਬਾਈ, ਆ ਜਦ ਵੀ ਫੋਨ ਕਰਕੇ ਬੁਲਾ ਲੂ, ਬਾਈ ਇੱਥੇ ਆ ਜਾ, ਬਾਈ ਇੱਥੇ ਆ ਜਾ, ਬਾਈ ਇੱਥੇ ਆ ਜਾ, ਬਾਈ ਜਿਵੇਂ ਵਿਹਲਾ ਹੀ ਸਮਝਾਉਂਦਾ, ਆਪ ਤਾਂ ਉਹਨੇ ਕੰਮ ਕਰ ਨਹੀਂ ਦੇਣਾ, ਨਾਲ ਬਾਈ ਨੂੰ ਵੀ ਲਾਈ ਰੱਖਿਆ। ਵਿਹਲਾ ਤਾਂ ਹੈਗਾ ਤੇਰਾ ਬਾਈ, ਹੋਰ ਕੀ ਹੈਗਾ, ਜਦ ਫੋਨ ਆਉਂਦਾ ਉਹਦੀ ਤਾਂ ਭੱਜ ਲੈਂਦਾ, ਵਿਹਲਾ ਹੀ ਹੈ। ਉਹੀ ਤਾਂ ਕਹਿੰਦਾ ਭਾਬੀ, ਜੇ ਕਿਤੇ ਆਪ ਕੰਮ ਕਾਰ ਲੱਗਿਆ ਹੋਵੇ ਤਾਂ ਆਪ ਇਹਨਾਂ ਵੀਰੇ ਨੂੰ ਬੁਲਾਵੇ। ਵੀਰਾ ਵੀ ਤਾਂ ਉਹਦੀ ਭੱਜ ਲੈਂਦਾ, ਜੇ ਉਹਨੂੰ ਜਵਾਬ ਦੇਵੇ ਕਾਹਨੂੰ ਜਾਵੇ ਫਿਰ। ਮੈਂ ਤਾਂ ਹੀ ਤਾਂ ਕਹਿੰਦਾ, ਮੈਨੂੰ ਤਾਂ ਚੰਗਾ ਹੀ ਨਹੀਂ ਲੱਗਦਾ ਹੈਗਾ, ਵੀਰਾ ਇੱਕ ਅੱਧੀ ਵਾਰ ਜਵਾਬ ਦੇਊਗਾ ਆਪੇ ਹਟ ਜੂਗਾ, ਵੀਰਾ ਕਿਹੜਾ ਸਮਝਦਾ ਨਹੀਂ ਹੈਗਾ। ਤੂੰ ਨਹੀਂ ਸਮਝਾ ਸਕਦਾ ਆਪਦੇ ਵੀਰੇ ਨੂੰ, ਆ ਕੇ ਮੇਰੇ ਲਵੇ ਲੱਗ ਜੂਗਾ। ਉਹ ਭਾਬੀ ਮੈਂ ਤਾਂ ਬਾਹਰੋਂ ਆਇਆ, ਮੈਨੂੰ ਕੀ ਪਤਾ ਤੁਹਾਡੀ ਕੀ ਗੱਲ ਹੋਈ ਜਾਂ ਕੀ ਨਹੀਂ, ਜਾਣਾ ਹੋਣਾ ਕਿਤੇ ਉਹਨੇ ਤੁਹਾਨੂੰ ਜਵਾਬ ਦਿੱਤਾ, ਮੈਨੂੰ ਵੀ ਨਹੀਂ ਦੱਸ ਕੇ ਗਿਆ, ਮੈਨੂੰ ਕਹਿੰਦਾ ਮੈਂ ਆਇਆ ਆਇਆ 5 ਮਿੰਟ, ਇੰਨੀ ਗੱਲ ਕਰਕੇ ਚਲੇ ਗਿਆ। ਭਾਬੀ ਹੁਣ ਤੁਹਾਡਾ ਜਾਣਾ ਤਾਂ ਕਿਤੇ ਕੈਂਸਲ ਹੋ ਗਿਆ ਜਿੱਥੇ ਜਾਣਾ ਸੀ, ਉਹ ਮੈਂ ਕਹਿੰਦਾ ਵਾ ਜਾਣਾ ਤਾਂ ਕੁਛ ਹੈ ਨਹੀਂ, ਚਾਹ ਧਰ ਲੈਂਦੇ। ਚਾਹ? ਚਾਹ ਤਾਂ ਮੈਂ ਵੀ ਪੀਣੀ ਆ, ਐਂ ਕਰ ਤੂੰ ਕਰ ਲਾ, ਨਾ ਘੁੱਟ ਮੈਂ ਪੀ ਲੂੰਗੀ। ਮੈਂ ਕਰ ਲਾ, ਮੈਂ ਤੁਹਾਡੇ ਤੋਂ ਮੰਗਦਾ, ਤੁਸੀਂ ਮੇਰੇ ਤੋਂ ਮੰਗੀ, ਚਲੋ ਕਰ ਲਿਆ ਵੀ 4 ਦਿਨ, ਮੇਰੇ ਤੋਂ ਤਾਂ ਹੀ ਨਹੀਂ ਮੁੱਕਦਾ ਹੈਗਾ, ਦੇ ਦੀ ਘੁੱਟ ਕਰਨ ਵਾਲੇ ਮੈਨੂੰ ਵੀ। ਇਹਦੇ ਨਾਲ ਤਾਂ ਵੀਰਾ ਨਾਲੇ ਲੈ ਜਾਂਦਾ। ਕੀ ਬੋਲੀ ਜਾਂਦਾ? ਉਹ ਮੈਂ ਤਾਂ ਕੁਛ ਨਹੀਂ ਕਿਹਾ ਭਾਬੀ, ਮੈਂ ਤਾਂ ਐਂ ਕਹਿੰਦਾ ਸੀਗਾ ਵੀ ਵੀਰੇ ਨੇ ਵਾਪਸ ਆਉਣਾ, ਉਹਦੀ ਵੀ ਧਰ ਲਵਾਂ ਚਾਹ। ਤੂੰ ਆਪਣੀ ਆਪਣੀ ਕਰ ਲੈ, ਵਧੀਆ ਜੀ ਦੁੱਧ 'ਚ ਪੱਤੀ ਪਾ ਲਾ, ਤੇਰੇ ਵੀਰੇ ਨੂੰ ਚਾਹ ਪੀ ਪੀ ਆਊਗਾ ਉੱਥੇ। ਮੈਨੂੰ ਤਾਂ ਲੱਗਦੀ ਆ ਆ ਗਿਆ, ਉਹੀ ਹੈ ਗੁਰਿੰਦਰੇ ਹੈ। ਲੈ ਮੈਂ ਤੈਨੂੰ ਪਿੱਛੇ ਦੇਖੀ ਜਾਂਦਾ ਯਾਰ। ਹੋਰ ਗੁਰਿੰਦਰ ਕਿਆ ਹਾਲ ਹੈ? ਵਾ ਠੀਕ ਹੈ, ਵਧੀਆ ਹਾਂ ਵਧੀਆ। ਨਹੀਂ ਗੱਲ ਸੁਣ ਯਾਰ, ਤੂੰ ਮੈਨੂੰ ਫੋਨ ਕਰਕੇ ਬੁਲਾਇਆ, ਉਹ ਤੂੰ ਫੋਨ ਤੇ ਦੱਸ ਦੇ ਕੀ ਗੱਲ ਹੈਗੀ। ਚੱਲ ਤੂੰ ਛੱਡ ਕਿਹੜਾ, ਮੈਂ ਤੈਨੂੰ ਇੱਕ ਚੀਜ਼ ਦਿਖਾਉਣੀ ਹੈ। ਕੀ ਗੱਲ? ਅੱਖਾਂ ਬੰਦ ਕਰ ਪਹਿਲਾਂ।
ਯਾਰ ਤੂੰ ਨਹੀਂ ਦੱਸ ਦੇ, ਤੂੰ ਅੱਖਾਂ ਬੰਦ ਕਰ ਪਹਿਲਾਂ, ਮੈਂ ਜਾਣਾ ਗੁਰਪ੍ਰੀਤ, ਟਾਈਮ ਖਰਾਬ ਹੋ ਜਾਂਦਾ ਯਾਰ, ਬਹੁਤਾ ਟਾਈਮ ਨਹੀਂ ਲੈਂਦਾ, ਬਸ 2 ਮਿੰਟ ਕਰ, 2 ਮਿੰਟ ਵਾਸਤੇ ਯਾਰ, ਪਤਾ ਨਹੀਂ ਹੁਣ ਤੂੰ ਕੀ ਦਿਖਾਉਣਾ, ਲੈ ਕਰ ਲਈ, ਆ ਜਾ ਆ ਜਾ ਮਾੜਾ ਜਿਹਾ, ਤੈਨੂੰ ਚੀਜ਼ ਦਿਖਾਉਣੀ ਆ ਇੱਕ ਯਾਰ, ਹੈ ਯਾਰੀ ਦੋਸਤੀ ਨੂੰ ਤਾਂ ਹੀ ਤਾਂ ਕਹਿੰਦੇ ਆਪਾਂ ਵੀ, ਓਹੋ ਮੈਂ ਜਾਣਾ ਸੀ, ਭਰਜਾਈ ਤੇਰੀ ਤਿਆਰ ਹੋਈ ਬੈਠੀ ਹੈ, ਕੋਈ ਗੱਲ ਨਹੀਂ, ਬਸ ਤੂੰ ਲੈ ਕੇ ਕਿੱਥੇ ਚੱਲਿਆ ਮੈਨੂੰ, ਆ 2 ਮਿੰਟ ਤਾਂ ਖੜ ਜਾ ਹੁਣ ਤੂੰ, ਯਾਰ ਹੱਦ ਹੋ ਗਈ ਯਾਰ, ਆ ਲੈ ਅੱਖਾਂ ਖੋਲ, ਹਾਂ ਆ ਦੇਖ ਮੋਟਰਸਾਈਕਲ ਲੈ ਆਣਾ ਵਾ, ਮੋਟਰਸਾਈਕਲ ਲੈ ਆਣਾ, ਹਾਂ ਹਾਂ ਦੇਖ ਆ ਦਿਖਾਉਣਾ ਸੀ ਤੂੰ ਮੈਨੂੰ, ਹਾਂ ਕਿਆ ਗੱਲ ਯਾਰ, ਤੂੰ ਫੋਨ ਤੇ ਦੱਸ ਦਿੰਦਾ ਮੋਟਰਸਾਈਕਲ ਲਿਆ, ਉਹ ਯਾਰ ਮੈਂ ਤਾਂ ਹਲੇ ਗੁਰਦੁਆਰੇ ਵੀ ਨਹੀਂ ਗਿਆ, ਮੱਥਾ ਵੀ ਨਹੀਂ ਟੇਕਿਆ, ਮੈਂ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਦੋਸਤ ਨੂੰ ਆਪਣੀ ਚੀਜ਼ ਲਿਆਂਦੀ ਵੀ ਦਿਖਾਵਾਂ, ਤੈਨੂੰ ਖੁਸ਼ੀ ਨਹੀਂ ਹੋਈ? ਨਾ ਨਾ ਯਾਰ ਖੁਸ਼ੀ ਹੈਗੀ ਹੈ, ਉਹ ਮੈਂ ਹੈਰਾਨ ਹੋ ਗਿਆ ਮੋਟਰਸਾਈਕਲ ਦੇਖ ਕੇ, ਅੱਛਾ ਵੀ ਮੇਰੇ ਵੀਰ ਨੇ ਮੋਟਰਸਾਈਕਲ ਲੈ ਲਿਆ, ਮੈਂ ਤਾਂ ਤਾਂ ਚੁੱਪ ਸੀ, ਵੇਖ ਤਾਂ ਠੀਕ ਹੈ, ਹਾਂ ਯਾਰ ਸਹੀ ਹੈ ਮੋਟਰਸਾਈਕਲ, ਹੈ ਨਾ, ਹਾਂ ਐਵੇਂ ਬੱਸਾਂ 'ਚ ਧੱਕੇ ਖਾਂਦਾ ਸੀ, ਵਧੀਆ ਹੋ ਗਿਆ, ਹਾਂ ਚੱਲ ਵਧੀਆ, ਕਿੰਨੇ ਦਾ ਲਿਆ? ਬਸ 25,000 ਦਾ ਮਿਲ ਗਿਆ, 25,000 ਦਾ ਮਿਲ ਗਿਆ, ਹਾਂ ਚੱਲ ਵਧੀਆ, ਠੀਕ ਹੈ, ਮੁਬਾਰਕਾਂ ਯਾਰ ਤੁਹਾਨੂੰ, ਨਾ ਨਾ ਖੁਸ਼ ਹੈ, ਖੁਸ਼ ਹੈ ਜੀ, ਗੱਲ ਥੋੜ੍ਹੋ ਯਾਰ, ਹਾਂ ਬਾਕੀ ਪਾਰਟੀ ਕਰਦੇ ਹਾਂ ਫਿਰ ਆਪਾਂ ਬੈਠ ਕੇ, ਪਾਰਟੀ ਫਿਰ ਹੁਣ, ਚੱਲ ਮੈਂ ਸ਼ਾਮ ਨੂੰ ਮਿਲਦਾ, ਹਾਂ ਤੇਰੀ ਭਰਜਾਈ ਉਹ ਕਰ ਲਈ, ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ, ਠੀਕ ਹੈ, ਹਾਂ ਮੈਂ ਐਨਾ ਹੋਚੀ ਵੀ ਖੁਸ਼ ਨਹੀਂ, ਮੈਂ ਪੂਰਾ ਖੁਸ਼ ਹਾਂ, ਮੈਂ ਵੀ ਇਹੀ ਕਿਹਾ ਤਾਂ, ਮੈਂ ਨਵੀਂ ਚੀਜ਼ ਲੈ ਕੇ ਆਇਆ ਪਹਿਲੀ ਵਾਰੀ, ਵੀ ਪਹਿਲਾਂ ਮੈਂ ਆਪਣੇ ਦੋਸਤ ਨੂੰ ਦਿਖਾਉਣੀ ਆ, ਹਾਏ ਹਾਏ ਹਾਏ, ਚੱਲ ਕੋਈ ਨਹੀਂ, ਤੇਰੀ ਮਿਹਰਬਾਨੀ, ਉਹ ਮੈਂ ਜਾਵਾਂ ਹੁਣ, ਹਾਂ ਹਾਂ ਚੱਲ ਠੀਕ, ਮੁਬਾਰਕਾਂ ਤੁਹਾਨੂੰ, ਹੈ ਤੈਨੂੰ ਵੀ, ਹਾਂ ਚੱਲ ਧੰਨਵਾਦ, ਹਾਂ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਲੈ ਵੀ ਐਂ ਆ, ਪਹਿਲਾਂ ਚੀਜ਼ ਆਪਣੇ ਯਾਰ ਦੋਸਤ ਨੂੰ ਦਿਖਾਊਂਗਾ ਮੈਂ, ਫਿਰ ਚਲਾਊਂਗਾ, ਚੱਲ ਖੁਸ਼ ਤਾਂ ਹੋ ਗਿਆ, ਕਹਿੰਦਾ ਵਧੀਆ, ਮੁਬਾਰਕਾਂ ਤੈਨੂੰ, ਲੈ ਦੱਸ ਹੁਣ ਤੱਕ ਨਹੀਂ ਆਏ ਹੈਗੇ, ਸ਼ਾਮ ਹੋ ਗਈ, ਮੈਂ ਤਾਂ ਸੂਟ ਵੀ ਲੈ ਕੇ ਆਉਣੇ ਤੇ, ਕੱਲ੍ਹ ਨੂੰ ਫਿਰ ਛੇਤੀ ਛੇਤੀ ਕਰਨਗੇ ਵੀ ਵਿਆਹ ਜਾਣਾ ਹੈਗਾ, ਫੋਨ ਕਰਕੇ ਨਾ ਦੇਖਾਂ, ਦੱਸ ਨਾਲੇ ਮੈਂ ਕਹਿ ਕੇ ਤੋਰਿਆ ਵੀ ਛੇਤੀ ਆ ਜਾਓ, ਉੱਥੇ ਬਹਿ ਜਾਂਦੇ ਇੱਕ ਤਾਂ ਜਿੱਥੇ ਜਾਂਦੇ ਹੈਗੇ। ਹੈਲੋ ਹੈਲੋ, ਤੁਸੀਂ ਕਿੱਥੇ ਰਹਿ ਗਏ, ਦੇਖਿਓ ਕਿੰਨਾ ਟਾਈਮ ਹੋ ਗਿਆ, ਮੈਨੂੰ ਤਾਂ ਟਾਈਮ ਲੱਗ ਜੂਗਾ, ਮੈਂ ਤਾਂ ਰਾਤ ਦੇ 10-11 ਵੱਜਣੇ, ਹਾਏ ਦੱਸ ਮੈਂ ਤਾਂ ਕੱਪੜੇ ਫੜ ਕੇ ਲੈ ਕੇ ਆਉਣੇ ਦੇ, ਮੈਂ ਦੱਸ ਹੁਣ ਕਿਹਦੇ ਨਾਲ ਜਾਵਾਂ, ਕਹਿੰਦੀ ਕਿਹਦੇ ਨਾਲ ਜਾਵਾਂ, ਉਹ ਬਿਲਡ ਹੈਗਾ ਆਪਣੇ ਵਾਲਾ ਛੋਟਾ ਜਗਰੂਪ, ਲੈ ਜਗਰੂਪ ਨੂੰ ਕਹਿ ਰਿਹਾ, ਉਹ ਘਰੇ ਖੜਦਾ ਸਵੇਰ ਦਾ ਨਿਕਲਿਆ ਹੋਇਆ ਆਪਣੇ ਦੋਸਤਾਂ ਨਾਲ, ਪਰ ਹਾਂ ਯਾਰ ਉਹ ਤਾਂ ਸ਼ਿਮਲੇ ਜਾਣ ਦੀ ਗੱਲ ਕਰਦੇ ਸੀ, ਹੈ ਨਾ ਵੀ ਤੁਸੀਂ ਚਲੀ ਜਾਣਾ ਵਿਆਹ, ਪਿੱਛੇ ਤਾਂ ਮੈਂ ਇਕੱਲਾ ਕੀ ਕਰੂੰਗਾ ਘਰੇ, ਉਹ ਤਾਂ ਲੰਘ ਗਿਆ ਸ਼ਿਮਲੇ, ਤੂੰ ਐਂ ਕਰ ਕੱਲ੍ਹ ਨੂੰ ਫੜ ਲਈ, ਕੱਲ੍ਹ ਨੂੰ ਸਵੇਰੇ ਕਿੱਥੋਂ ਫੜ ਹੋ ਜਾਣਗੇ, ਫਿਰ ਤੁਸੀਂ ਕਹੋਗੇ ਛੇਤੀ ਚੱਲੋ, ਉਹ ਹਾਂ ਚਿਰ ਆਪਾਂ ਨੇ ਵਿਆਹ ਹਜਰੇ ਨਿਕਲਣਾ, ਹੈ ਨਾ, ਹੋਰ ਤੂੰ ਐਂ ਕਰ ਤੂੰ ਕੈਬ ਕਰਕੇ ਜਾਇਆ, ਮੈਂ ਨਹੀਂ ਇਕੱਲੀ ਨੇ ਜਾਣਾ ਹੈਗਾ, ਮੇਰੀ ਗੱਲ ਸੁਣੋ, ਤੁਸੀਂ ਆ ਜਾਓ ਮੈਨੂੰ ਕੱਪੜੇ ਦਵਾ ਲਿਓ ਫਿਰ ਚਲੇ ਜਾਇਓ, ਮੇਰੀ ਸੁਣ ਲੈ ਗੱਲ, ਮੈਂ ਤਾਂ ਇੱਥੋਂ 60-70 ਕਿਲੋਮੀਟਰ ਦੂਰ ਆਇਆ ਹੋਇਆ, ਪਟਿਆਲੇ ਸਾਈਡ ਆਇਆ ਹੋਇਆ ਮੈਂ ਤਾਂ, ਅੱਛਾ ਹਾਂ, ਫਿਰ ਹੁਣ ਮੈਂ ਦੱਸ ਕੀ ਕਰਾਂ, ਤੂੰ ਐਂ ਕਰ ਮੇਰੀ ਸੁਣ ਗੱਲ, ਮੈਂ ਨਾ ਗੁਰਪ੍ਰੀਤ ਨੂੰ ਕਰਦਾ ਫੋਨ, ਅੱਛਾ ਠੀਕ ਹੈ, ਉਹ ਆਜੂਗਾ, ਉਹ ਤੈਨੂੰ ਲੈ ਕੇ ਲੰਘ ਜੂਗਾ, ਤੂੰ ਕਿ ਨਾਲ ਜਾ ਕੇ ਸੂਟ ਫੜ ਲਈ, ਚੱਲ ਠੀਕ ਹੈ ਫਿਰ ਐਂ ਕਰ ਲਓ, ਹਾਂ ਗੱਡੀ ਲੈ ਜੀ, ਚਲੋ ਕੋਈ ਨਾ ਉਹ ਤਾਂ ਲੈ ਜਾਵਾਂਗੇ ਅਸੀਂ, ਮੜੇ ਜਿਹੇ ਫੋਨ ਕਰ ਦਿਓ ਤੁਸੀਂ ਹੁਣ, ਹਾਂ ਮੈਂ ਹੁਣੀ ਫੋਨ ਕਰਦਾ, ਠੀਕ ਹੈ ਠੀਕ ਹੈ, ਹਾਂ ਓਕੇ, ਚਲ ਹੁਣ ਮੇਰੇ ਸੂਟ ਤਾਂ ਆ ਜਾਣਗੇ, ਸਵੇਰੇ ਕਾਹਲੀ ਕਰਨੀ ਹੈ, ਫਿਰ ਸੂਟ ਵੀ ਨਹੀਂ ਆਉਣੇ ਹੈਗੇ ਮੇਰੇ, ਚਲ ਉਸੇ ਨਾਲ ਹੀ ਜਾਣਾ ਪੈਣਾ ਗਾ, ਜਾ ਆਊਂਗੀ, ਹੋਰ ਕੀ ਹੈਗਾ, ਹੈਲੋ ਹੈਲੋ, ਹਾਂ 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 ਗੁਰਿੰਦਰ, ਗੁਰਪ੍ਰੀਤ ਕੀ ਹਾਲ ਹੈ, ਬਸ ਠੀਕ ਹੈ, ਮੈਂ ਤਾਂ ਇਹ ਕਹਿੰਦਾ ਸੀ ਯਾਰ ਵੀ ਘਰੇ ਹੀ ਹੈ ਤੂੰ, ਹਾਂ ਮੈਂ ਘਰੇ,
ਯਾਰ ਹੱਦ ਹੋ ਗਈ, ਕਿਆ ਗੱਲ ਕਰਦਾ, ਮੈਂ ਲੈ ਜਾਣਾ ਭਾਬੀ ਨੂੰ ਨਾਲ। ਜਗਰੂਪ ਵੀ ਘਰੇ ਹੈ ਨੀ ਯਾਰ। ਉਹ ਚੱਲ ਤਾਂ ਕਿਆ ਹੋ ਗਿਆ, ਮੈਂ ਤਾਂ ਹੈਗਾ, ਮੈਂ ਲੈ ਜਾਣਾ ਭਾਬੀ ਨੂੰ ਨਾਲ। ਕੋਈ ਗੱਲ ਨੀ, ਤੂੰ ਫਿਕਰ ਨਾ ਕਰ ਯਾਰ। ਹਾਂ ਮੈਂ ਲੈ ਜਾਣਾ। ਠੀਕ ਹੈ ਠੀਕ ਹੈ। ਲੈ ਗੱਲ ਨਾ ਕੋਈ ਯਾਰ, ਉਹ ਤਾਂ ਗੁਰਿੰਦਰ ਦਾ ਫੋਨ ਤਾ। ਕੀ ਕਹਿੰਦਾ? ਉਹਨਾਂ ਨੇ ਵਿਆਹ ਜਾਣਾ ਕਿਤੇ, ਉਹ ਹੈਗਾ ਬਾਹਰ ਅੱਜ, ਕੱਲ ਨੂੰ ਸਵੇਰੇ ਸਾਜਰੇ ਜਾਣਾ। ਉਹ ਤੇ ਭਰਜਾਈ ਨੇ ਸੂਟ ਦਿੱਤੇ ਪਏ ਕਿਤੇ, ਉਹ ਬੁਟੀਕ ਤੋਂ ਫੜ ਕੇ ਲੈ ਕੇ ਆਉਣੇ ਆ, ਮੈਂ ਨਾਲ ਜਾਣਾ। ਅੱਛਾ ਤੁਸੀਂ ਜਾਣਾ, ਮੈਂ ਤਾਂ ਤਿਆਰ ਹੋਈ ਤੇ ਆਪਣੇ, ਮੇਰੇ ਅੱਜ ਟੈਸਟ ਨਹੀਂ ਹੈਗੇ। ਅੱਛਾ ਡਾਕਟਰ ਨੇ ਬੁਲਾਇਆ ਹੋਇਆ ਸੀਗਾ। ਫਿਰ ਤੂੰ ਐਂ ਕਰ, ਤੈਨੂੰ ਮੈਂ ਨਾਲ ਲੈ ਚੱਲਦਾ, ਉੱਥੇ ਤੇ ਆਟੋ ਚੜਾ ਦਿੰਦਾ, ਤੂੰ ਜਾ ਕੇ ਟੈਸਟ ਟੁਸਟ ਕਰਾ, ਇੰਨੇ ਨੂੰ ਮੈਂ ਭਰਜਾਈ ਨੂੰ ਸੂਟ ਛੱਡ ਦਵਾ ਕੇ ਘਰੇ ਛੱਡ ਕੇ ਫਿਰ ਤੈਨੂੰ ਲਿਆਉਂਗਾ। ਜੇ ਤੁਹਾਨੂੰ ਉੱਥੇ ਟਾਈਮ ਲੱਗ ਗਿਆ? ਨਹੀਂ ਨਹੀਂ ਟਾਈਮ ਨਹੀਂ ਲੱਗਦਾ, ਮੈਂ ਫੋਨ ਕਰ ਲੂੰਗਾ ਤੈਨੂੰ। ਚਲੋ ਠੀਕ ਆ, ਜੇ ਤੈਨੂੰ ਕੋਈ ਇਤਰਾਜ਼ ਨਹੀਂ ਹੈਗਾ। ਨਾ ਨਾ, ਮੈਨੂੰ ਕੀ ਇਤਰਾਜ਼ ਹੁਣ। ਹਾਂ ਚਲੋ ਚੱਲਦੇ ਆ ਫਿਰ। ਨਾਲੇ ਗੁਰਿੰਦਰ ਦੇਖ ਲੈ, ਤੂੰ ਆਪਣੇ ਕੰਮ ਆਉਂਦਾ ਰਹਿੰਦਾ, ਮੰਨਦਾ ਮੈਨੂੰ ਬਹੁਤ, ਚੰਗੀ ਦੋਸਤੀ ਹੈ ਸਾਡੀ। ਠੀਕ ਹੈ, ਚੱਲ ਠੀਕ ਹੈ ਫਿਰ, ਤੂੰ ਤਿਆਰ ਹੋ ਫਟਾਫਟ। ਚੱਲ ਠੀਕ ਆ। ਹਾਂ ਮੈਂ ਹੁਕਰ ਚੱਕ ਲਿਆਵਾਂ, ਬਸ ਚੱਕ ਲਿਆ ਛੇਤੀ ਕਰ, ਮੈਂ ਤੈਨੂੰ ਛੱਡ ਜਾਂਦਾ ਫਿਰ। ਹਾਂ ਆ ਜਾ ਛੇਤੀ ਕਰ, ਆ ਜਾ। ਲੈ ਬਈ ਪਹੁੰਚ ਗਏ ਹੁਣ। ਅਸੀਂ ਆਪ ਵੀ ਸਤਿ ਸ਼੍ਰੀ ਅਕਾਲ, ਆ ਗਏ ਨੂੰ? ਹਾਂਜੀ ਹਾਂ, ਚੱਲੀਏ ਜੀ। ਹਾਂ ਚਲੋ, ਆਜੋ ਮੋਟਰਸਾਈਕਲ ਤੇ। ਹਾਂਜੀ ਨਹੀਂ, ਮੋਟਰਸਾਈਕਲ ਤੇ ਨਹੀਂ, ਇੱਕ ਮਿੰਟ ਰੁਕ, ਮੈਂ ਆਈ, ਮੋਟਰਸਾਈਕਲ ਤੇ ਜਾਓ। ਭੁੱਲ ਗਏ ਕੁਛ? ਐਂ ਕਰ, ਗੱਡੀ ਦੀ ਚਾਬੀ ਲੈ, ਗੱਡੀ ਸਟਾਰਟ ਕਰ। ਗੱਡੀ 'ਚ ਜਾਣਾ ਜੀ? ਹਾਂ ਗੱਡੀ 'ਚ ਚੱਲਾਂਗੇ ਆਪਾਂ, ਸੂਟ ਫੜ ਕੇ ਲੈ ਕੇ ਆਉਣੇ ਆ ਮੈਂ। ਭਾਬੀ ਅੱਗੇ ਬਹਿ ਜਾਂਦੇ ਜੀ? ਨਾ ਨਾ, ਮੈਂ ਪਿੱਛੇ ਠੀਕ ਹਾਂ। ਅੱਛਾ ਜੀ, ਹਾਂਜੀ ਹਾਂਜੀ ਹਾਂਜੀ, ਗੋਪੀ ਸਿੰਘ ਬੋਲਦਾ। ਹਾਂਜੀ ਅੱਛਾ ਜੀ, ਠੀਕ ਹੈ ਜੀ ਠੀਕ ਹੈ। ਹਾਂਜੀ ਕੋਈ ਗੱਲ ਨਹੀਂ ਜੀ, ਪਹੁੰਚੂਗਾ ਜੀ। ਹਾਂਜੀ ਹਾਂ ਪਹੁੰਚੂਗਾ, ਠੀਕ ਹੈ ਜੀ, ਬਣ ਗਿਆ ਕੰਮ। ਗਗਨ ਗਗਨ! ਹਾਂਜੀ, ਕੀ ਰੌਲਾ ਪਾਇਆ? ਉਹ ਰੌਲਾ ਕੀ, ਮੇਰੀ ਤਾਂ ਨੌਕਰੀ ਲੱਗ ਗਈ। ਹਾਂ ਉਹ ਦਿੱਲੀ ਜਿਹੜੀ ਮੈਂ ਇੰਟਰਵਿਊ ਤੇ ਗਿਆ ਤਾ, ਸਿਲੈਕਸ਼ਨ ਹੋ ਗਈ ਉਹ 'ਚ ਮੇਰੀ। ਸ਼ੁਕਰ ਆ ਪਰਮਾਤਮਾ ਦਾ, ਪਰਮਾਤਮਾ ਨੇ ਆਪਣੀ ਸੁਣ ਲਈ। ਨਾਲੇ ਤਨਖਾਹ ਵੀ 50,000 ਕਹਿੰਦੇ ਆ। ਚੱਲ ਸ਼ੁਕਰ ਆ, ਸਾਰੀ ਗਰੀਬੀ ਚੱਕੀ ਜਾਊਗਾ। ਹੋਰ ਕਿਆ, ਹੁਣ ਤੂੰ ਐਂ ਕਰ, ਕੱਲ ਨੂੰ ਜਾਣਾ ਮੈਂ, 1,000 ਰੁਪਇਆ ਲਿਆ, ਮੈਨੂੰ ਤਾਂ ਕਿਰਾਏ ਵਾਸਤੇ ਚਾਹੀਦੇ ਪੈਸੇ। 1,000 ਰੁਪਇਆ? ਘਰੇ ਤਾਂ ਆਪਣੇ ਕੋਈ ਪੈਸਾ ਹੈ ਨੀਗਾ। ਹੈ ਨੀ? ਜਿਹੜਾ ਉਹ 1,500 ਤੇ ਉਹ ਟੈਸਟਾਂ ਤੇ ਲੱਗ ਲਿਆ। ਅੱਛਾ, ਉਹ ਚੱਲ ਜਿੱਥੇ ਮੈਂ ਪਹਿਲਾਂ ਨੌਕਰੀ ਕਰਦਾ ਤਾ ਉਹ ਤੋਂ ਫੜ ਲਿਆਉਣਾ ਹੈ, ਉਹਦੇ ਕਿੰਨੀ ਰਹਿੰਦੀ ਹੋ ਮੈਂ ਮੇਰੇ? ਤੁਸੀਂ ਝੱਲੇ ਹੋਏ ਹੋ, 1 ਮਹੀਨਾ ਪਹਿਲਾਂ ਪੈਸੇ ਲੈ ਤਾਂ ਆਏ ਤੀ, ਤੁਸੀਂ ਸਾਰਾ ਹਿਸਾਬ ਕਰਤਾ ਆਏ ਤੀ ਉਹਨਾਂ ਨਾਲ। ਮੈਂ ਤਾਂ ਵਹੀ ਭੁੱਲ ਗਿਆ, ਮੈਂ ਫੜ ਲਿਆ ਪੈਸੇ ਉੱਥੋਂ। ਹੈ ਹਾਂਜੀ, ਤੁਸੀਂ ਲੈ ਆਏ ਸੀਗੇ। ਫਿਰ ਹੁਣ ਕੀ ਕਰੀਏ, ਪੈਸੇ ਤਾਂ 1,000 ਰੁਪਇਆ ਤਾਂ ਲੱਗ ਜਾਣਾ ਦਿੱਲੀ ਵਾਸਤੇ। ਤੁਸੀਂ ਐਂ ਕਰੋ, ਗੁਰਿੰਦਰ ਨੂੰ ਪੁੱਛ ਲਓ, ਆਪਣੇ ਦੋਸਤ ਨੂੰ। ਨਹੀਂ ਯਾਰ, ਗੁਰਿੰਦਰ ਨੂੰ ਕਿੱਥੇ, ਮੈਂ ਤਾਂ ਕਦੇ ਮੰਗੇ ਨਹੀਂ ਪੈਸੇ ਉਹਦੇ ਕੋਲੋਂ। ਫਿਰ ਹੋਰ ਲਵਾਂਗੇ ਵੀ ਕਿਤੋਂ।
ਜੇ ਤੁਸੀਂ ਉਹਦਾ ਇੰਨਾ ਕਰਦੇ ਹੋ ਉਹ ਵੀ ਤਾਂ ਕਰੂਗਾ ਹੀ। ਤੁਸੀਂ ਉਦਣ ਦੇਖ ਲਓ ਮੈਂ ਬਿਮਾਰ ਪਈ ਸੀਗੀ, ਟੈਸਟ ਕਰਾਉਣ ਮੇਰੇ ਨਹੀਂ ਗਏ, ਉਹਦੀ ਘਰਵਾਲੀ ਨੂੰ ਕੱਪੜੇ ਦਵਾਉਣ ਗਏ, ਉਹ ਸੋਚੂਗਾ ਤਾਂ ਸਹੀ। ਉਹ ਨਹੀਂ ਐਂ ਨਹੀਂ ਜਵਾਬ ਦਿੰਦਾ ਮੈਨੂੰ ਉਹ, ਇਹ ਨਾ ਗੱਲ ਕਰ ਤੂੰ, ਪੈਸੇ ਪੂਸੇ 'ਤੇ ਨਹੀਂ ਜਵਾਬ ਦਿੰਦਾ, ਨਾਲੇ ਯਾਰੀ ਦੋਸਤੀ 'ਚ ਪੈਸਾ ਥੋੜ੍ਹੀ ਦੇਖਦਾ ਉਹ। ਚੱਲ ਤੁਸੀਂ ਦੇਖੋ ਫਿਰ ਗੁਰਿੰਦਰ ਨੂੰ ਪੁੱਛ ਕੇ ਦੇਖੋ, ਹੋਰ ਆਪਾਂ ਹੁਣ ਕਿਹਨੂੰ ਪੁੱਛਦੇ ਫਿਰ? ਪੁੱਛਣਾ ਕੀ ਲੈ, ਮੈਨੂੰ ਤਾਂ ਦੇ ਦੇਣੇ ਉਹਨੇ, ਮੈਂ ਹੁਣੇ ਜਾਂਦਾ ਉਹਦੇ ਕੋਲ। ਚੱਲ ਠੀਕ ਆ ਜਾਓ, ਫਿਰ ਸਵੇਰੇ ਮੈਂ ਜਲਦੀ ਲੰਘ ਜੂੰਗਾ। ਹਾਂਜੀ ਹਾਂਜੀ, ਕੱਪੜੇ ਪਾ ਦੇ, ਕੱਪੜੇ ਪਾ ਦੇ, ਕੱਪੜੇ ਪਾ ਦੇ ਮੇਰੇ ਫਟਾਫਟ। ਠੀਕ ਹੈ ਠੀਕ, ਹਾਂ ਚੱਲ ਠੀਕ ਹੈ, ਮੈਂ ਲਿਆਉਣਾ ਗੁਰਿੰਦਰ 'ਤੇ। ਆਹ ਵੀ ਲਿਖ ਲਓ ਜੀ, 20,000 ਰੁਪਏ ਜਿਹੜਾ ਹੁਣ ਦੇਖਦਾ ਹੈਗਾ ਹੈ ਨਾ ਟੈਂਟ ਵਾਲੇ ਨੂੰ, ਹੈ ਨਾ। ਠੀਕ ਹੈ, ਅਤੇ ਗੁਰਪ੍ਰੀਤ ਦਾ ਫੋਨ ਹੈ, ਚੱਕਣਾ ਨਹੀਂ ਹੈਗਾ, ਤੁਸੀਂ ਆਪਣਾ ਕੰਮ ਕਰੋ, ਹੁਣ ਫਿਰ ਬੁਲਾ ਲਊਗਾ ਤੁਹਾਨੂੰ। ਆਹੋ ਮੈਨੂੰ ਜ਼ਰੂਰੀ ਕੰਮ ਹੈ, ਹੈ ਨਾ। ਇਹ ਹਲਵਾਈ ਦਾ ਹੋ ਗਿਆ ਹੈ ਨਾ, ਕੈਟਰਿੰਗ। ਚੱਲ ਕੋਈ ਨੀ, ਤੂੰ ਮੈਨੂੰ ਲਿਖਾ ਫੁਰ ਕੇ ਲਿਖਣਾ ਗਾ, ਤੇ 10,000 ਰੁਪਏ ਲਿਖ ਲਓ ਜਿਹੜਾ ਹਲਵਾਈਆਂ ਦਿੱਤਾ। ਉਹ ਯਾਰ ਇਹਨੂੰ ਬੰਦੇ ਕਰਾਂ ਫੋਨ, ਕਿੱਥੇ ਲਹੂ ਪੀ ਆ। ਲੈ ਹੁਣ ਫੋਨ ਹੀ ਨਹੀਂ ਕਰੂਗਾ ਮੈਂ, ਫਲਾਈ ਮੋਡ 'ਤੇ ਲਾਤਾ। ਕਿਉਂਕਿ ਜਦ ਵੀ ਨਾ ਮੈਂ ਕੋਈ ਘਰ ਦਾ ਕੰਮ ਕਰਨਾ ਹੁੰਦਾ ਕੋਈ, ਜਾਂ ਕੋਈ ਵੀ ਲਹਿਣ ਜਾਣਾ ਹੁੰਦਾ, ਇਹਦਾ ਫੋਨ ਪਹਿਲਾਂ ਆ ਜਾਂਦਾ। ਅੱਜ ਪਤਾ ਕੀ ਸੋਚਿਆ ਸੀ, ਵਿਹਲਾ ਹੈਗਾ ਇਹਨੂੰ, ਨੌਕਰੀ ਨੁਕਰੀਆਂ ਨੇ ਕਈ ਲੱਭ ਲਿਆ, ਕੋਈ ਮਿਲਦੀ ਹੈ ਨਹੀਂ ਢੰਗ ਸਿਰ ਦੀ ਕੋਈ ਇਹਨੂੰ। ਫਿਰ ਤੁਹਾਡਾ ਹੀ ਦਿਮਾਗ ਖਾਣਾ ਇਹਨੇ, ਪਤਾ ਨਹੀਂ ਸਮਝਦਾ ਕੀ ਕਰੀ ਜਾਂਦਾ ਉਂਝ, ਕਰਨਾ ਵੀ ਕੀ ਹੁੰਦਾ, ਆ ਜਾ ਬਾਈ ਆ ਜਾ, ਆ ਜਾ ਬਾਈ ਬੈਠ ਕੇ ਚਾਹ ਪੀ ਲੈ। ਉਦਣ ਮੈਂ ਗਿਆ, ਮਹਾਂ ਪਤਾ ਨਹੀਂ ਯਾਰ ਕੀ ਐਡਾ ਕੰਮ ਹੈਗਾ, ਅੱਖਾਂ ਬੰਦ ਕਰ ਲਈਆਂ ਮੇਰੀਆਂ, ਮਹਾਂ ਗੱਲ ਤਾਂ ਦੱਸ ਕੀ ਹੋਈ, ਅੱਖਾਂ ਚੱਕੀਆਂ ਪਰਦਾ ਅੱਖਾਂ ਵਰਦੇ, ਟੁੱਟਾ ਜਿਹਾ ਮੋਟਰ ਖੜਾ ਇੱਕ, ਉਹ ਮਹਾਂ ਆ ਕੀ, ਮੈਂ ਨਵਾਂ ਲਿਆ ਬਾਈ, ਤੈਨੂੰ ਦਿਖਾਉਣਾ ਉੱਤੇ ਪਹਿਲਾਂ, ਵੀ ਮੈਂ ਕਿਤੇ ਖਰਾਬ ਹੈਗਾ, ਮੈਨੂੰ ਦਿਖਾਉਣਾ ਉੱਤੇ ਪਹਿਲਾਂ, ਤੂੰ ਘਰ ਵਾਲੀ ਨੂੰ ਦਿਖਾ ਆਪਦੇ ਨੂੰ, ਤੂੰ ਜਵਾਕਾਂ 'ਚ ਲੈ ਜਾ, ਮੈਨੂੰ ਦੱਸ ਕਿ ਮੇਰਾ ਵੀ ਕੰਮ ਖਰਾਬ ਕਰਿਆ, ਆਪਦਾ ਵੀ ਟਾਈਮ ਖਰਾਬ ਕਰਿਆ, ਹੋਰ ਆਹੀ ਕੁਛ ਅੱਜ ਕਰਨਾ ਹੋਣਾ। ਚਲੋ ਛੱਡੋ ਫਿਰ, ਤੁਸੀਂ ਆਪਣਾ ਕੰਮ ਕਰੋ। ਚਲ ਕੋਈ ਨਹੀਂ, 10,000 ਇਹਦਾ ਹੋ ਗਿਆ ਹੈ ਨਾ। ਹਾਂ ਲਿਖ ਦੇ ਵੀ। ਹਾਂ ਠੀਕ ਹੈ, ਹੋਰ ਕਿਹੜਾ ਦਾ? ਬਸ ਮੈਂ ਤਾਂ ਆਪਦੇ ਹੱਥ ਨਾਲ ਆਹੀ ਪੈਸੇ ਦਿੱਤੇ, ਬਾਕੀ ਤੁਸੀਂ ਦੇਖ ਲਓ। ਚਲ ਠੀਕ ਹੈ ਫਿਰ, ਬਾਕੀ ਗੂਗਲ ਪੇ ਕਰੇ ਹੋਏ ਨੇ, ਮੈਂ ਉੱਧਰੋਂ ਦੇਖ ਕੇ ਫਿਰ ਲਿਖ ਲਊਂਗਾ, ਹੈ ਨਾ, ਇਹ ਤਾਂ ਮੋਟੀ ਮੋਟੀ ਰਕਮ ਹੋ ਗਈ। ਚਲ ਕੋਈ, ਅੱਛਾ ਗੱਲ ਸੁਣ, ਆਊਗਾ ਜ਼ਰੂਰ ਘਰ ਉਹ, ਕਿਉਂਕਿ ਮੈਨੂੰ 12 ਫੋਨ ਕਰ ਰਿਹਾ, ਆਊਗਾ ਨਾ, ਕਹਿ ਦੀ ਵਰਿੰਦਰ ਤਾਂ ਹੈ ਨਹੀਂ ਘਰੇ, ਮੈਂ ਅੰਦਰ ਲੁਕ ਜੂੰਗਾ। ਚਲ ਵਧੀਆ, ਤੁਸੀਂ ਮੈਨੂੰ ਪਹਿਲਾਂ ਹੀ ਦੱਸਤਾ। ਹਾਂ ਕਿ ਤੂੰ ਸਿਰ ਤੇ ਆ ਖੜਦਾ, ਮੈਂ ਕਹਿ ਦਿੰਦੀ ਅੰਦਰ ਬੈਠੇ ਤਾਂ ਘੰਟਾ ਨਹੀਂ ਫਰੀ ਲੈਣਾ। ਚਲ ਐਂ ਕਰ, ਆਹ ਲੈ ਜਾ, ਨਾਲੇ ਚਾਹ ਬਣਾ ਵਧੀਆ ਜੀ। ਉਹ ਦੂਆ ਕਿੱਥੇ ਅੱਜ ਜਗਰੂਪ? ਮੈਨੂੰ ਤਾਂ ਦੱਸ ਕੇ ਜਾਂਦਾ ਵੀ ਯਾਰ, ਉਹਦਾ ਵੀ ਵਿਆਹ ਵੂਹ ਕਰੀਏ, ਫਾਹਾ ਵੱਢੀ ਜੇ ਪਰਾਂ ਉਹਦਾ। ਵਰਿੰਦਰ ਏ ਬਣਾਊਗਾ ਆਪਣਾ ਕੰਮ, ਤਾਂ ਇਹੀ ਵਿਚਾਰਾ ਕੰਮ ਆਉਂਦਾ ਆਪਣੇ, ਆਪਣੀ ਬੇੜੀ ਤਾਂ ਇਹੀ ਬੰਨੇ ਲਾਉਂਦਾ। ਸਤਿ ਸ਼੍ਰੀ ਅਕਾਲ ਬਾਬੀ। ਸਤਿ ਸ਼੍ਰੀ ਅਕਾਲ ਗੁਰਪ੍ਰੀਤ, ਤੂੰ? ਹਾਂਜੀ, ਵਰਿੰਦਰ ਕਿੱਥੇ ਹੈ ਜੀ? ਉਹ ਤਾਂ ਪਤਾ ਨਹੀਂ ਕਿੱਧਰ ਲੰਘ ਗਿਆ, ਉਹਦਾ ਦੋਸਤ ਆਇਆ ਸੀ ਗੱਡੀ 'ਚ ਬਿਠਾ ਕੇ ਲੈ ਗਿਆ ਉਹਨੂੰ। ਅੱਛਾ, ਕੌਣ ਹਿੰਦਾ ਆਇਆ ਤਾਂ? ਐਂ ਤਾਂ ਮੈਨੂੰ ਪਤਾ ਨਹੀਂ, ਮੈਂ ਸ਼ਕਲ ਨਹੀਂ ਦੇਖੀ ਹੈਗੀ ਉਹਦੀ। ਅੱਛਾ ਜੀ। ਅੱਛਾ, ਆਪਣੀ ਗੱਡੀ ਨਹੀਂ ਲੈ ਕੇ ਗਿਆ ਹੈ ਜੀ? ਨਾ ਨਾ, ਗੱਡੀ ਤਾਂ ਉਰੀ ਖੜੀ ਆ ਉਹਨਾਂ ਦੀ ਤਾਂ। ਚਲੋ ਠੀਕ ਹੈ ਜੀ। ਅੱਜ ਚਾਹ ਪਾਣੀ ਪੀ ਲਾ? ਨਹੀਂ ਜੀ ਨਹੀਂ, ਬਸ। ਉਹ ਕੰਮ ਤੀਗਾ ਕੋਈ? ਹਾਂ ਜੀ, ਕੰਮ ਤਾਂ ਹੈਗਾ ਤਾਂ ਜੀ, ਅਤੇ ਇੱਕ ਖੁਸ਼ਖਬਰੀ ਵੀ ਦੇਣੀ ਤੀ। ਅੱਛਾ, ਚੱਲ ਤੂੰ ਮੈਨੂੰ ਦੱਸ ਦੇ ਫਿਰ। ਨਹੀਂ, ਮੈਂ ਫਿਰ ਵੀਰ ਨੂੰ ਹੀ ਦੱਸੂਗਾ, ਤੁਹਾਨੂੰ ਦੱਸ ਦੂੰਗਾ। ਅੱਛਾ ਹਾਂਜੀ, ਕੋਈ ਨਹੀਂ, ਮੈਂ ਸ਼ਾਮ ਨੂੰ ਆਊਂਗਾ ਜੀ।
ਠੀਕ ਹੈ ਹਾਂ ਲੰਘ ਗਿਆ ਦੋਸਤਾਂ ਨਾਲ ਗੁਰਿੰਦਰ ਤਾਂ ਫਿਰ ਹੈ ਚੱਲ ਕੋਈ ਨਹੀਂ ਸ਼ਾਮ ਨੂੰ ਮਾਰੇਂਗੇ ਗੇੜਾ ਜੀ ਦੱਸ ਕਹਿੰਦਾ ਖੁਸ਼ਖਬਰੀ ਦੀ ਕੀ ਖੁਸ਼ਖਬਰੀ ਉਹ ਜਿਹਾ ਜਿਹਾ ਮੋਟਰਸਾਈਕਲ ਲਿਆ ਤੀ ਉਹ ਇਹੋ ਜਿਹਾ ਕੁਛ ਹੋਰ ਲੈ ਲਿਆ ਹੁਣ ਇਹੀ ਜਿੱਦਾਂ ਤੇਰੇ ਖੁਸ਼ਖਬਰੀਆਂ ਹੁੰਦੀਆਂ ਨੇ ਅੱਛਾ ਤੁਸੀਂ ਉਰੇ ਖੜ ਗਏ ਮੈਂ ਸੁਣਦਾ ਸੀ ਕੀ ਕਹਿੰਦਾ ਗਾ ਉਹ ਤਾਂ ਕਹਿੰਦਾ ਮੈਂ ਤਾਂ ਖੁਸ਼ਖਬਰੀ ਦੇਣੀ ਹੈਗੀ ਖੁਸ਼ਖਬਰੀ ਦੇਣੀ ਹੈ ਹਾਂ ਉਹ ਪਹਿਲਾਂ ਟੁੱਟਿਆ ਜਿਹਾ ਮੋਟਰਸਾਈਕਲ ਲਿਆ ਆ ਜਦ ਕਹਿੰਦਾ ਖੁਸ਼ਖਬਰੀ ਹੈ ਹੁਣ ਟੁੱਟਿਆ ਜਿਹਾ ਫਰਿੱਜ ਚੱਕ ਲਿਆ ਹੋਣਾ ਉਹ ਦਿਖਾਉਣਾ ਹੋਣਾ ਮੈਨੂੰ ਉਹ ਦਿਖਾਉਣਾ ਹੋਣਾ ਚੱਲ ਐਂ ਕਹਿੰਦਾ ਤੀ ਮੈਂ ਸ਼ਾਮ ਨੂੰ ਆਊਂਗਾ ਦੁਬਾਰਾ ਸ਼ਾਮ ਨੂੰ ਆਊਗਾ ਹੈ ਹਾਂ ਚੱਲ ਐਂ ਕਰੂੰਗਾ ਸ਼ਾਮ ਹੋਣ ਦੇ ਪਹਿਲਾਂ ਨਾ ਮੈਂ ਗੱਡੀ ਲੈ ਕੇ ਨਿਕਲ ਜੂੰਗਾ ਨਿਕਲ ਜੇ ਚੱਲ ਨਹੀਂ ਸੁਣ ਲਿਓ ਉਹਦੀ ਕੀ ਕਹਿੰਦਾ ਹੈ ਉਹ ਮੈਨੂੰ ਪਤਾ ਉਹ ਚੱਟਣਾ ਦਿਮਾਗ ਉਹਨੇ ਉਹੀ ਕਰੀ ਜਾਂਦਾ ਧੱਕੇ ਦੀ ਉਈ ਉਹ ਮੈਨੂੰ ਚੱਲ ਮਰ ਜੀ ਤੁਹਾਡੀ ਮੈਂ ਤਾਂ ਹੁਣ ਵਾਪਸ ਕਰਤਾ ਉਹ ਹਾਂ ਚੱਲ ਕੋਈ ਨਹੀਂ ਮੈਂ ਲਾ ਲਾਂ ਦੇ ਮਸਾਂਤਾ ਜੀ ਮੈਨੂੰ ਜੀ ਤੁਸੀਂ ਕਿੱਧਰ ਚੱਲਨੇ ਹੋ ਅੱਛਾ ਤੂੰ ਆ ਗਈ ਉਹ ਮੈਂ ਕਰਦਾ ਸ਼ਾਮ ਹੋਣ ਵਾਲੀ ਹੈ ਆਊਗਾ ਫੇਰ ਪੁੱਛੂਗਾ ਫੇਰ ਤੂੰ ਝੂਠ ਬੋਲੂਗੀ ਉਸ ਤੋਂ ਪਹਿਲਾਂ ਮੈਂ ਨਿਕਲੇ ਜਾਂਦਾ ਆਹੋ ਚੱਲ ਪਰ ਛੇਤੀ ਆ ਜਾਓ ਹਾਂ ਤੂੰ ਐਂ ਕਹਿ ਦੀ ਕਹਿੰਦੇ ਉਹ ਤਾਂ ਟਾਈਮ ਨਾਲ ਆ ਗਏ ਸੀ ਤੁਹਾਨੂੰ ਡੀਕਦੇ ਵੀ ਸੀ ਤੁਹਾਨੂੰ ਡੀਕ ਕੇ ਉਹਨਾਂ ਫਿਰ ਕੰਮ ਲਾਂਗੇ ਹੈ ਨਾ ਠੀਕ ਹੈ ਕੋਈ ਗੱਲ ਨਹੀਂ ਮੈਂ ਕਹਿ ਦੂੰਗੀ ਤੁਸੀਂ ਜਾਓ ਚੰਗਾ ਪਰ ਫੋਨ ਤਾਂ ਕਰ ਦਵਾਂ ਨੂੰ ਇੱਕ ਵਾਰੀ ਬਣ ਗਈ ਗੱਲ ਵਰਿੰਦਰ ਧੌਰੀ ਹੁੰਦਾ ਹੈਲੋ ਹਾਂ ਹਾਂ ਮੈਂ ਆਉਣ ਲੱਗਿਆ ਤੁਰਨ ਲੱਗਿਆ ਘਰ ਤੇ ਬਸ ਗੁਰਿੰਦਰ ਅੱਛਾ ਤੂੰ ਗੁਰਪ੍ਰੀਤ ਆ ਜਾ ਹਾਂ ਠੀਕ ਹੈ ਬਾਈ ਆਇਆ ਮੈਂ ਹੈ ਆਇਆ ਠੀਕ ਹੈ ਹੋਰ ਠੀਕ ਹੈ ਕੀ ਹਾਲ ਹੈ ਬਸ ਵਧੀਆ ਉਹ ਯਾਰ ਮੈਂ ਤਾਂ ਨਾ ਗਿਆ ਹੋਇਆ ਸੀ ਕਿਤੇ ਅੱਜ ਅੱਛਾ ਉਹ ਦੱਸਿਆ ਸੀ ਤੇਰੀ ਭਰਜਾਈ ਨੇ ਕਹਿੰਦੇ ਗੁਰਪ੍ਰੀਤ ਆ ਕੇ ਮਿਲ ਗਿਆ ਮੈਂ ਪਹਿਲਾਂ ਆ ਕੇ ਗਿਆ ਹਾਂ ਤੇ ਉਹ ਯਾਰ ਤੂੰ ਫੋਨ ਵੀ ਕਰਦਾ ਸੀ ਹਨਾ ਖੁਸ਼ਖਬਰੀ ਦੇਣ ਆਇਆ ਤਾ ਖੁਸ਼ਖਬਰੀ ਕੋਈ ਸਮਾਨ ਸਮੂਨ ਲੈ ਲਿਆ ਕੋਈ ਨਹੀਂ ਨਹੀਂ ਹੁਣ ਤਾਂ ਸਮਾਨ ਨਵਾਂ ਲਊਗੇ ਹੁਣ ਪੁਰਾਣਾ ਨਹੀਂ ਲੈਣਾ ਆਪਾਂ ਨੇ ਅੱਛਾ ਜੀ ਇਹ ਜੀ ਕਿਆ ਲਾਟਰੀ ਲੱਗੀ ਤੇਰੀ ਉਹ ਮੈਂ ਨਾ ਦਿੱਲੀ ਇੰਟਰਵਿਊ ਦੇ ਕੇ ਆਇਆ ਤਾਂ ਇੱਕ ਨੌਕਰੀ ਦੀ ਹਾਂ ਉੱਥੇ ਮੇਰੀ ਸਿਲੈਕਸ਼ਨ ਹੋ ਗਈ ਅੱਛਾ ਹੁਣ ਉਹਨਾਂ ਨੇ ਮੈਨੂੰ ਬੁਲਾਇਆ ਉਹ ਮੇਰੇ ਕਾਗਜ਼ ਕੂਗਜ਼ ਦੇਖਣੇ ਆ ਦੁਬਾਰੇ ਹਾਂ ਹਾਂ ਠੀਕ ਹੈ ਅੱਛਾ ਸਿਲੈਕਸ਼ਨ ਕਰਕੇ ਹੁਣ ਮੈਂ ਦਿੱਲੀ ਜਾਣਾ ਤਾਂ ਤੈਨੂੰ ਖੁਸ਼ਖਬਰੀ ਦੇਣੀ ਸੀ ਲੈ ਬਾਈ ਮੈਂ ਬਹੁਤ ਖੁਸ਼ ਹਾਂ ਵਧੀਆ ਯਾਰ ਦੋਸਤ ਮੇਰਾ ਹੈ ਨਾ ਨੌਕਰੀ ਲੱਗ ਗਿਆ ਹੋਰ ਕਿਆ ਚਾਹੀਦਾ ਅੱਛਾ ਫਿਰ ਅੱਛਾ ਹੋਰ ਕੰਮ ਤਾਂ ਫਿਰ ਕੋਈ ਹੋਰ ਵੀ ਕੋਈ ਹਾਂ ਤਾਂ ਹੀ ਤਾਂ ਮੈਂ ਤੇਰੇ ਕੋਲ ਆਇਆ ਤਾਂ ਹਾਂ ਉਹ ਹੁਣ ਉੱਥੇ ਮੈਂ ਜਾਣਾ ਦਿੱਲੀ ਜਾਣ ਵਾਸਤੇ ਮੇਰੇ ਕੋਲ ਕਿਰਾਇਆ ਭਾੜਾ ਨਹੀਂ ਹੈਗਾ ਮੈਂ ਤਾਂ ਤੇਰੇ ਕੋਲ ਤਾਂ ਹੀ ਆਇਆ ਤਾਂ ਵੀ ਮੈਨੂੰ ਕਿਰਾਇਆ ਭਾੜਾ ਦੇ ਦਿੰਦਾ ਤੂੰ ਮੈਂ ਚੱਲ ਜਾਂ ਬਾਅਦ 'ਚ ਮੈਂ ਤੇਰਾ ਮੋੜ ਦੇਊਂਗਾ ਮੋੜ ਦੇਣਾ ਮੈਂ ਤੇਰਾ ਅੱਛਾ ਹਾਂ ਕਿਰਾਇਆ ਭਾੜਾ ਕਿੰਨਾ ਕਿੰਨਾ ਚਾਹੀਦਾ ਬਸ 1000 ਰੁਪਈਆ ਲੱਗੂਗਾ ਹਾਂ ਦੇਖ ਲੈ ਜੇ ਤੰਗ ਹੈ ਫਿਰ ਕੋਈ ਗੱਲ ਨਹੀਂ ਮੈਂ ਹੋਰ ਤੇ ਮੰਗ ਲੂੰਗਾ ਨਾ ਨਾ ਤੰਗ ਕਾਹਦਾ ਹੋਣਾ ਯਾਰ 1000 ਕਿੱਡੀ ਗੱਲ ਹੈ ਯਾਰ ਨਾਲੇ ਮੈਂ ਮੋੜ ਦੇਣਾ ਹੈ ਬਾਅਦ 'ਚੋਂ ਤਾਂ ਮੋੜ ਦੇਣਾ ਮੈਂ ਆਹੋ ਆਹ ਵੀ ਗੱਲ ਹੈ ਨਾ ਯਾਰੀ ਦੋਸਤੀ 'ਚ ਤਾਂ ਪੈਸੇ ਮੋੜੇ ਜਾਂਦੇ ਇੱਕ ਦੂਜੇ ਨੂੰ ਚੱਲ ਠੀਕ ਹੈ ਠੀਕ ਹੈ ਲੈ ਲੈ 1000 ਰੁਪਏ ਲੈ ਲੈ ਚੱਲ ਕੋਈ ਨਹੀਂ ਯਾਰ ਕਿਆ ਗੱਲ ਖੁਸ਼ ਨਹੀਂ ਲੱਗਦਾ ਮੈਨੂੰ ਨਾ ਨਾ ਖੁਸ਼ ਬਹੁਤ ਹੈ ਮੈਨੂੰ ਪਤਾ ਕਿਆ ਹੋ ਗਿਆ ਵੀ ਯਾਰ ਤੂੰ ਕਿਤੇ ਗੁੱਸਾ ਨਾ ਕਰ ਮੈਂ ਤੇਰਾ ਫੋਨ ਨਹੀਂ ਚੱਕਿਆ ਨਹੀਂ ਹੱਦ ਹੋ ਗਈ ਮੈਂ ਕਹਿੰਦਾ ਗੁੱਸਾ ਕਰਨਾ ਤੇ ਮੈਂ ਨਾ ਮੈਂ ਪੁੱਛਿਆ ਪੂਰਾ ਯਾਰ ਆਪਾਂ ਕਿਉਂ ਗੁੱਸਾ ਕਰਨਾ ਹੱਦ ਹੋ ਗਈ ਲੈ ਹਾਂ 1000 ਰੁਪਏ ਚੱਲ ਧੰਨਵਾਦ ਤੇਰਾ ਹੈ ਹਾਂ ਮੈਂ ਮੋੜ ਦੂੰਗਾ ਆ ਕੇ ਕੋਈ ਨਹੀਂ ਤੂੰ ਜਾ ਜਾ ਹੈ ਚੱਲ ਠੀਕ ਹੈ ਬੈਸਟ ਆਫ ਲੱਕ ਹੈ ਠੀਕ ਹੈ ਠੀਕ ਹੈ ਚੱਲ ਠੀਕ ਹੈ ਮੈਂ ਜਾਣਾ ਕਿਤੇ ਨਹੀਂ ਤੈਨੂੰ ਚਾਹ ਪਾਣੀ ਪਿਲਾਉਂਦਾ ਯਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ
ਚੱਲ ਠੀਕ ਹੈ, ਆਹੀ ਬੜੀ ਤੈਂ ਮਿਹਰਬਾਨੀ ਹੈ। ਨਾ ਨਾ ਕੋਈ ਨਹੀਂ, ਮੈਂ ਤਾਂ ਮੋੜੇ ਦੇਣੇ ਨਾਲੇ। ਹਾਂ ਹਾਂ ਟਿਕਟ ਰੱਖਣੇ। ਲੈ ਲੈ ਰੱਖਣ ਵਾਲੀ ਗੱਲ ਕਰਦਾ, ਮੈਂ ਤਾਂ ਮੋੜ ਦੇਣੇ ਆ। ਹਾਂ ਹਾਂ ਠੀਕ ਹੈ, ਪਹਿਲੀ ਤਨਖਾਹ ਪਰੇ ਮੋੜ ਦੂੰਗਾ ਮੈਂ। ਠੀਕ ਹੈ ਠੀਕ ਹੈ, ਚੱਲ ਠੀਕ ਹੈ ਫਿਰ ਮਿਲਦੇ ਆ। ਹੈ ਹਾਂ ਚੰਗਾ ਚੰਗਾ, ਥੋੜ੍ਹਾ ਜਾਈ ਦਿੱਲੀ ਬਣ ਗਈ ਗੱਲ। ਐਂ ਹੈ ਯਾਰੀ ਦੋਸਤੀ ਦਾ ਫਾਇਦਾ ਐਂ ਆਉਂਦਾ, ਬੰਦਾ ਜਵਾਬ ਨਹੀਂ ਦਿੰਦਾ ਬਾਈ, ਇਹ ਮਾੜਾ ਨਹੀਂ ਬਣਦਾ। ਲੰਘ ਗਿਆ ਚੱਲ, ਲੈ 1000 ਰੁਪਏ ਦੀ ਬਗਾਰ ਪਾਉਣੀ ਸੀ ਤਾਂ ਸਵੇਰ ਦਾ ਗੇੜੇ ਮਾਰਦਾ ਫਿਰਦਾ ਸੀ, ਪਰ ਹੁਣ ਮੈਂ ਜਾ ਕੇ ਬਾਹਰ ਕਰਨਾ ਕੀ ਹੈਗਾ। ਇਹ ਤਾਂ ਉਹੀ ਗੱਲ ਹੋ ਗਈ, ਕਹਿੰਦੇ ਮੂਸਾ ਭੱਜੇ ਮੌਤ ਤੋਂ, ਆਹ ਮੌਤ ਮੂਹਰੇ ਖੜੀ। ਮੈਂ ਕਹਿੰਦਾ ਹੁਣ ਆਪਣਾ ਟਾਈਮ ਖਰਾਬ ਕਰਨਾ ਬਾਹਰ ਜਾ ਕੇ, ਹਾਂ ਇਹ ਤੋਂ ਤਾਂ ਭੱਜਦਾ ਸੀ ਮੈਂ, ਇਹ ਮਿਲੇ ਗਿਆ ਮੈਨੂੰ। ਚਲ ਜਾ ਕੇ ਰੈਸਟ ਕਰੀਏ ਘੜੀ। ਤੁਸੀਂ ਵਾਪਸ ਆ ਗਏ? ਉਹ ਲੈ ਮੈਂ ਕੀ ਕਰਨਾ ਤਾਂ ਬਾਹਰ ਜਾ ਕੇ, ਉਹ ਜੀ ਤੋਂ ਭੱਜਦਾ ਸੀ ਬਾਹਰ, ਮੈਂ ਉਹ ਤਾਂ ਮੇਰੇ ਮੂਹਰੇ ਖੜ ਗਿਆ ਆ ਕੇ। ਆ ਗਏ ਤੀ ਉਹ ਗੁਰਪ੍ਰੀਤ ਆ ਕੇ ਗਿਆ ਮੇਰੇ ਕੋਲ। ਹੋਰ ਕੀ ਕਰਨ ਆਏ ਤੀ? ਕਾਹਨੂੰ? ਕਹਿੰਦਾ ਖੁਸ਼ਖਬਰੀ ਹੈ। ਮੈਂ ਕੀ ਹੋ ਗਿਆ? ਕਹਿੰਦਾ ਨੌਕਰੀ ਲੱਗ ਗਈ ਮੇਰੀ ਦਿੱਲੀ। ਮੈਂ ਚੱਲ ਵਧੀਆ ਗੱਲ ਹੈ, ਮੈਂ ਕਿਹਾ ਜਾ ਫਿਰ ਮੇਰੇ ਨੂੰ ਕੀ ਕਰ ਦਾਂਗਾ। ਕਹਿੰਦਾ ਮੈਂ ਤਾਂ 1000 ਰੁਪਏ ਲੈਣਾ ਆਇਆ। ਓਹੋ ਮੈਂ ਸੋਚਿਆ, ਮੈਂ ਤਾਂ ਸੋਚਿਆ ਹੀ ਰਿਹਾ ਵੀ ਤੂੰ ਬਗਾਰ ਪਾਉ ਕੋਈ ਨਾ ਕੋਈ, ਦੇ ਤਾ 1000 ਰੁਪਏ ਜੇ ਹੁਣ ਬੰਦਾ ਮੂੰਹ ਪਰੇ ਖੜ ਗਿਆ ਆ ਕੇ। ਹੈਂ ਨਾਲੇ 1000 ਰੁਪਏ ਤਾਂ ਮੈਂ ਕਿਉਂ ਮਨਾ ਕਰਨਾ? ਅਗਲਾ ਕਹਿੰਦਾ ਐਡੀ ਗੱਡੀ ਚੱਕੀ ਫਿਰਦਾ 1000 ਰੁਪਏ ਇਹਦੇ ਕੋਲ। ਚੱਲ ਕੋਈ ਨਹੀਂ, ਜਾਣ ਦੇ ਦਿੱਲੀ, ਤਨਖਾਹ ਮਿਲ ਜਾਣੀ ਉਹਨੇ ਮੈਨੂੰ ਮੋੜ ਦੂੰਗਾ, ਪੈਸੇ ਤਾਂ ਮੋੜ ਦਿੰਦਾ ਹੈ ਤਾਂ, ਲੈਣ ਦੇਣ ਚੰਗਾ ਉਹਦਾ, ਇਹੋ ਜਿਹੀ ਗੱਲ ਨਹੀਂ। ਹਾਂ ਠੀਕ ਆ, ਦੋਸਤ ਆ ਤੁਹਾਡਾ ਤਾਂ। ਆਹੋ ਛੇੜ ਤੁਸੀਂ ਟਿਚਰਾਂ ਕਰਦੀ ਆ, ਹੁਣ ਤੂੰ ਦੋਸਤ ਆ ਤੁਹਾਡਾ ਤਾਂ। ਉਹ ਛੱਡ ਹੁਣ ਵੇਪਰਾ ਸ਼ੈਪਰਾ ਨੂੰ, ਆ ਗਏ ਤੁਸੀਂ? ਹਾਂ ਨੌਕਰੀ ਲੱਗ ਗਈ ਪੱਕੀ, ਨਾਲੇ ਤਨਖਾਹ 50,000 ਨਹੀਂ 70,000 ਰੁਪਈਆ ਹੈ। ਹਾਂ 2 ਸਾਲ ਬਾਅਦ 2-2, 3-3, 4-4% ਵਧਾਉਂਦਿਆਂ ਨੇ ਜਾਣਾ, 70-80 ਤੱਕ ਜਾਊਗੀ। ਸ਼ੁਕਰ ਆ ਵਾਹਿਗੁਰੂ ਦਾ, ਸ਼ੁਕਰ ਹੈ। ਹਾਂ ਚਲੋ ਨਾਲੇ ਹੁਣ ਮੈਂ ਨਾ ਆਪਣੇ ਯਾਰ ਦੋਸਤ ਨੂੰ ਦੱਸ ਕੇ ਆਇਆ ਗੁਰਿੰਦਰ ਨੂੰ। ਹੋਰ ਤੁਸੀਂ ਥੱਕੇ ਹੋਏ ਹੋ, ਫੋਨ ਕਰਕੇ ਦੱਸ ਦਿਓ। ਨਹੀਂ ਨਹੀਂ ਚੱਲ ਫੋਨ ਕਰਕੇ ਤਾਂ ਮੈਂ ਦੱਸ ਦੂੰਗਾ, ਪਰ ਉਹਨਾਂ ਨੂੰ ਆਪਾਂ ਨੇ ਘਰਾਂ ਬੁਲਾਉਣਾ, ਫਿਰ ਖਬਰੇ ਕਦ ਮੇਲੇ ਹੋਣੇ ਆ। ਠੀਕ ਹੈ ਠੀਕ ਹੈ। ਹਾਂ ਕਿਉਂ ਮੇਲੇ ਹੋਣ ਨੂੰ ਕੀ ਗੱਲ? ਨੌਕਰੀ ਦਿੱਲੀ ਮਿਲੀ ਹੈ ਆਪਾਂ ਨੂੰ, ਦਿੱਲੀ ਜਾਣਾ ਪੈਣਾ। ਹਾਏ ਮੈਂ ਵੀ ਦਿੱਲੀ ਜਾਊਂ। ਹੋਰ ਕਿਆ, ਤੂੰ ਕੀ ਨਿਆਣੇ ਵੀ ਉੱਥੇ ਜਾਣਗੇ? ਮੇਰਾ ਤਾਂ ਉੱਥੇ ਜੀ ਨਹੀਂ ਲੱਗਣਾ। ਆਪੇ ਲੱਗ ਜਾਣਾ ਦਿਲ, ਜਦ ਪੈਸੇ ਘਰ ਨੂੰ ਆਉਂਦੇ ਸਭ ਕਿਤੇ ਦਿਲ ਲੱਗਦਾ, ਨਾਲੇ ਆਪਣੇ ਨਿਆਣੇ ਵੀ ਚੰਗੇ ਸ਼ਹਿਰ 'ਚ ਪੜ੍ਹ ਲੈਣਗੇ। ਠੀਕ ਹੈ, ਤਾਂ ਯਕੀਨ ਜਿਹਾ ਹੀ ਨਹੀਂ ਹੁੰਦਾ ਹੈਗਾ। ਯਕੀਨ ਦੀ ਕੀ ਗੱਲ ਹੈ, ਨੌਕਰੀ ਲੱਗ ਗਈ, ਹੁਣ ਤੂੰ ਫਟਾਫਟ ਤਿਆਰੀ ਖਿੱਚ, ਅਤੇ ਨਾਲੇ ਆਪਾਂ ਨੇ ਨਾ ਗੁਰਿੰਦਰ ਨੂੰ ਘਰੇ ਬੁਲਾ ਕੇ ਚਾਹ ਪਾਣੀ ਪਿਲਾਉਣਾ। ਠੀਕ ਹੈ ਠੀਕ ਹੈ ਠੀਕ ਹੈ ਨਾ। ਚਲੋ ਠੀਕ ਆ, ਫਿਰ ਤੁਸੀਂ ਕੁਝ ਖਾਣ ਪੀਣ ਨੂੰ ਲਿਆਓ ਨਾਲ, ਹੈ ਨਾ? ਹਾਂ ਨਾਲ ਲਿਆਉਂਦੇ ਹਾਂ ਖਾਣ ਪੀਣ ਨੂੰ ਕੁਛ। ਹਾਂਜੀ ਪਰ ਇੱਕ ਗੱਲ ਹੈ, ਮੇਰੇ ਦੋਸਤ ਨੇ ਸੱਚੇ ਮਨ ਨਾਲ ਪੈਸੇ ਦਿੱਤੇ ਆ, ਦੇਖ ਲਾ। ਉਹੀ ਤਾਂ ਗੱਲ, ਜੇ ਉਹਨੇ ਪੈਸੇ ਦਿੱਤੇ ਤਾਂ ਤੁਸੀਂ ਗਏ, ਦੇਖ ਲਓ। ਹਾਂ 1000 ਰੁਪਏ 'ਚ ਬਰਕਤ ਹੈ ਪੂਰੀ ਉਹਦੇ 'ਚ। ਹਾਂਜੀ ਹਾਂ ਚੱਲ ਫਿਰ ਹੁਣ ਐਂ ਕਰ, ਤੂੰ ਦੇਖ ਕਰਕੇ ਯਾਰ ਕਿਆ ਸਮਾਨ ਪਿਆ ਕੁਛ ਕਿ ਨਹੀਂ ਖਾਣ ਪੀਣ ਵਾਲਾ। ਐਂ ਤਾਂ ਥੋੜ੍ਹਾ ਬਹੁਤਾ ਤਾਂ ਪਿਆ ਹੋਊ, ਬਿਸਕੁਟ ਨਮਕੀਨ ਤੁਸੀਂ ਹੋਰ ਲਿਆਓ, ਕੁਛ ਸਮੋਸੇ ਜਾਂ ਕੁਛ ਹੋਰ ਲਿਆਓ, ਫੜ ਲਿਆਓ। ਹਾਂ ਚੱਲ ਠੀਕ ਹੈ ਠੀਕ ਹੈ, ਨਾਲੇ ਮੈਂ ਉਹਨੂੰ ਕਹਿਣਾ ਵੀ ਘਰ ਨੂੰ ਆ ਜਾਵੇ। ਠੀਕ ਠੀਕ ਹੈ ਜੀ। ਹਾਂ ਚੱਲ ਠੀਕ ਹੈ, ਚੱਲ ਆ ਤਾਂ ਸ਼ੁਕਰ ਆ ਵਾਹਿਗੁਰੂ ਦਾ, ਬਹੁਤ ਖੁਸ਼ੀ ਮਿਲੀ ਮੈਨੂੰ ਤਾਂ ਗੱਲ ਸੁਣ ਕੇ। ਲੈ ਬਈ ਬੂਟ ਰਹਿ ਗਏ ਇਕੱਲੇ ਪਾਉਣ, ਹੈ ਨਾ ਕਰਮਜੀਤ? ਹਾਂਜੀ। ਉਹ ਇਹ ਦੱਸ ਮੈਨੂੰ ਜਗਰੂਪ ਕਿੱਥੇ ਦਿਖਿਆ ਨਹੀਂ ਸਵੇਰ ਦਾ ਅੱਜ? ਉਹ ਤਾਂ ਕਹਿੰਦਾ ਮੈਂ ਨੌਕਰੀ ਲੱਗਣਾ ਹੈਗਾ, ਹੁਣ ਡਾਕੂਮੈਂਟ ਲੈ ਕੇ ਚਲੀ ਗਿਆ ਆਪਣੇ। ਡਾਕੂਮੈਂਟ ਲੈ ਕੇ ਚਲਾ ਗਿਆ? ਹਾਂਜੀ। ਆਹ ਅੱਜ ਚੰਨ ਕਿੱਧਰੋਂ ਉੱਠ ਗਿਆ ਅੱਜ? ਪਤਾ ਨਹੀਂ, ਕਹਿੰਦਾ ਤੇ ਮੇਰੇ ਦੋਸਤ ਵੀ ਫਾਰਮ ਭਰ ਰਹੇ ਨੇ, ਕਹਿੰਦਾ ਚੱਲ ਮੈਂ ਵੀ ਦੇ ਆਉਣਾ ਮਹਾ ਭਈ ਜਾਇਆ। ਚੱਲ ਵਧੀਆ, ਉਹਨੂੰ ਆਪਦੀ ਜ਼ਿੰਮੇਵਾਰੀ ਦਾ ਅਹਿਸਾਸ ਹੋਊਗਾ। ਹੋਰ ਕਿਆ, ਨਾਲੇ ਆਹ ਤੁਸੀਂ ਕਿੱਧਰ ਚੱਲੇਓਗੇ? ਓਹੋ ਮੈਂ ਤੈਨੂੰ ਕਿਹਾ ਤਾਂ ਹੈ ਸੀ, ਉਹ ਬੈਂਕ ਦਾ ਕੰਮ ਮੇਰਾ ਪੈਂਡਿੰਗ ਪਿਆ ਹੈਗਾ, ਹੋਰ ਮੈਨੂੰ ਉਹ ਕਰਾ ਜਾਣ ਦੇ। ਠੀਕ ਹੈ ਚਲੋ, ਉਹ ਤਾਂ ਠੀਕ ਹੈਗਾ, ਵਧੀਆ ਚੱਲ ਜਾਏ ਉਹ। ਨਾਲੇ ਆਹ ਬੂਟ ਤੁਹਾਡੇ। ਹਾਂ ਸੱਚ, ਬੂਟੇ ਦਾ ਤਾਂ ਮੰਗਣ ਲੱਗਿਆ ਤਾਂ ਮੈਂ, ਮੇਰੇ ਬੂਟ ਕਿੱਥੇ ਹੈ ਧੋਏ ਤੇ ਉਹ? ਅੱਛਾ ਉਹ ਤਾਂ ਉੱਪਰ ਹੀ ਪਏ ਹੈਗੇ, ਹਜੇ ਥੋੜ੍ਹੇ ਜਿਹੇ ਸਲਾਬੇ ਜੇ ਤੀ, ਮਹਾਂ ਚੱਲ ਥੋੜ੍ਹੀ ਧੁੱਪ ਸੁੱਕ ਗਏ ਹੋਣੇ ਆਏ ਤਾਂ।
ਚੱਲ ਮੈਂ ਡਰਾਈਵਰ ਮਾਰ ਲੂੰਗਾ ਜੇ ਗਿੱਲੇ ਹੋਏ ਹਨ। ਇਹਦਾ ਫੋਨ ਕਿੱਥੇ ਆ ਗਿਆ, ਜਾਂ ਜਾਣਾ ਹੁੰਦਾ ਇਹਦਾ ਫੋਨ ਪਹਿਲਾਂ ਆ ਜਾਂਦਾ ਗਾ। ਇੱਕ ਤਾਂ ਨਾ ਇਹ ਨਹੀਂ ਸੁਣ ਕੋਈ ਕੰਮ ਕਰਨ ਦਿੰਦਾ, ਐਂ ਕਰੋ ਚੱਲ ਚੱਕ ਕੇ ਦੇਖ ਲਓ ਕੋਈ ਕੰਮ ਧੰਦਾ ਹੀ ਨਾ ਹੋਵੇ। ਕੱਟ ਗਿਆ, ਚੱਲ ਦੁਬਾਰੇ ਕਰੂ ਕੋਈ ਨਹੀਂ। ਆਹੋ ਚੱਲ ਦੇਖ ਲਿਓ ਤੁਸੀਂ। ਇਹ ਮਿਥਿਆ ਹੋਇਆ, ਜਦ ਵੀ ਮੈਂ ਕਿਤੇ ਕੰਮ ਜਾਣਾ ਹੁੰਦਾ ਨਾ ਇਹਦਾ ਫੋਨ ਆਉਣਾ ਹੀ ਆਉਣਾ ਗਾ। ਲੈ ਫੇਰ ਆ ਗਿਆ, ਚੱਲ ਕੋਈ ਨਾ ਚੱਕ, ਚੱਲ ਮੈਂ ਚੱਕ ਲੈਣਾ ਕੋਈ ਨਹੀਂ। ਹੈਲੋ, ਹਾਂ ਗੁਰਪ੍ਰੀਤ ਕਿੱਦਾਂ? ਬਸ ਠੀਕ ਹੈ, ਤੂੰ ਸੁਣਾ? ਹਾਂ ਦੱਸ। ਹਾਂ ਯਾਰ ਮੈਂ ਗੁਰਪ੍ਰੀਤ ਚੱਲਿਆ ਸੀ ਯਾਰ ਕੰਮ ਕਿਤੇ। ਭਰਜਾਈ ਜਗਰੂਪ ਤਾਂ ਯਾਰ ਇੰਟਰਵਿਊ ਦੇਣ ਗਿਆ ਅੱਜ ਸਵੇਰ ਦਾ, ਨਿਕਲਿਆ ਹੋਇਆ ਉਹ ਤਾਂ ਨੀ ਆਉਂਦਾ। ਕੰਮ ਦੱਸ, ਕੰਮ ਕੀ ਹੈਗਾ? ਮੈਂ ਆ ਜਾਣਾ, ਭਰਜਾਈ ਕੀ ਕਰੂਗੀ ਯਾਰ, ਉਹਨੂੰ ਘਰੇ ਕੰਮ ਧੰਦਾ ਕਰਨ ਦੇ। ਫੇਰ ਮੇਲੇ ਹੋਣੇ ਕੀ ਕੋਈ ਗੱਲ, ਜਾਣਾ ਤੂੰ ਕਿਤੇ? ਚੱਲ ਕੋਈ ਨੀ ਮੈਂ ਦੇਖਦਾ ਫਿਰ, ਕੋਈ ਨੀ। ਠੀਕ ਠੀਕ ਹੈ, ਚੱਲ ਠੀਕ ਹੈ ਠੀਕ ਹੈ, ਓਕੇ। ਕੀ ਕਹਿ ਰਹੇ? ਕਹਿੰਦਾ ਘਰੇ ਆ ਜਾ ਖੁਸ਼ਖਬਰੀ ਦੇਣੀ, ਕਹਿੰਦਾ ਫੇਰ ਪਤਾ ਨੀ ਕਦ ਮੇਲੇ ਹੋਣੇ, ਚੱਲਿਆ ਕਿਤੇ ਇਹ। ਜਾਣ ਦੇ ਪਰਾਂ ਖੇੜਾ ਸੁੱਟੂਗਾ, ਕਦੇ ਫੋਨ ਕਦੇ ਇੱਥੇ ਬਾਹਰ 'ਚ ਕੱਢ ਜਾਂਦਾ ਟੁੱਟੇ ਜਿਹੇ ਮੋਟਰਸਾਈਕਲ ਲੈ ਕੇ। ਹੁਣ ਕੀ ਕਹਿ ਰਹੇ ਤੁਸੀਂ, ਮੇਰੇ ਕੋਲ ਆ ਕੇ ਜਾ? ਮੈਨੂੰ ਕਹਿੰਦਾ ਤੇਰਾ ਟਾਈਮ ਨਹੀਂ ਲੈਣਾ ਬਹੁਤਾ ਮੈਂ, ਤੂੰ ਭਰਜਾਈ ਨੂੰ ਲੈ ਕੇ ਆ ਜਾ, ਨਾਲੇ ਜਗਰੂਪ ਨੂੰ ਲਿਆ, ਹੁਣ ਜਗਰੂਪ ਤਾਂ ਗਿਆ ਹੋਇਆ ਇੰਟਰਵਿਊ 'ਤੇ। ਮੈਂ ਕੀ ਕਰੂੰਗੀ, ਤੁਸੀਂ ਜਾਇਓ। ਮੇਰੀ ਸੁਣ ਗੱਲ, ਉਹ ਐਂ ਕਹਿੰਦਾ ਸੀ, ਕਹਿੰਦਾ ਪਤਾ ਨਹੀਂ ਫੇਰ ਮੇਲੇ ਕਦੇ ਹੋਣੇ। ਮੈਨੂੰ ਤਾਂ ਐਂ ਲੱਗਦਾ ਵੀ ਉਹਦੀ ਇੰਟਰਵਿਊ ਹੋਈ ਸੀ ਨਾ, ਸਲੈਕਟ ਹੋ ਗਿਆ ਮੈਨੂੰ ਲੱਗਦੀ, ਉਹ ਨਾ ਦਿੱਲੀ ਜਾਣਾ ਸੀ। ਮੈਨੂੰ ਲੱਗਦਾ ਵੀ ਸ਼ਾਇਦ ਦਿੱਲੀ ਉਹਦੀ ਨੌਕਰੀ ਪੱਕੀ ਹੋ ਗਈ ਹੋਣੀ, ਉਹ ਤਾਂ ਕਰਕੇ ਲਾਸਟ ਵਾਰੀ ਬੁਲਾਉਂਦਾ ਆਪਾਂ ਨੂੰ। ਅੱਛਾ ਹਾਂ, ਚੱਲ ਦੇਖ ਲਓ ਫਿਰ, ਤੁਹਾਡੀ ਮਰਜ਼ੀ ਹੈ। ਚੱਲ ਐਂ ਕਰ ਫਿਰ, ਮੈਂ ਬੈਂਕ ਫਿਰ ਬਾਅਦ 'ਚ ਆਊਂਗਾ ਹੈ ਨਾ, ਤੂੰ ਐਂ ਕਰ ਤੂੰ ਤਿਆਰ ਹੋ ਜਾ ਕੇ ਅਸੀਂ ਜਾਊਂ ਕੱਪੜਿਆਂ 'ਚ। ਉਹੀ ਬਾਬੂ ਚੱਲਦਾ, ਗੱਡੀ 'ਚ ਤਾਂ ਜਾਣਾ। ਚੱਲ ਠੀਕ ਹੈ, ਮੈਂ ਫਿਰ ਬੂਟ ਦੂਜੇ ਪਾ ਲੈਂਦਾ। ਚਲੋ ਠੀਕ ਹੈ, ਉਹ ਪਾ ਲਓ। ਹਾਂ ਠੀਕ ਹੈ ਠੀਕ ਹੈ, ਚੱਲ ਆ ਜਾ ਫਿਰ। ਕੀ ਆ ਜਾ, ਦਮ ਛੱਡ ਗਿਆ ਮੇਰਾ ਤਾਂ, ਕਿੱਥੇ ਫਸਾਦਾ ਮੈਨੂੰ। ਉਹ ਆਰਾਮ ਨਾਲ ਆ ਜਾ, ਦਮ ਨੂੰ ਕੀ ਹੈ, ਦੋ ਤਾਂ ਮੰਜ਼ਲਾਂ ਨੇ। ਦੋ ਮੰਜ਼ਲਾਂ ਕਿਆ, ਪੌੜੀਆਂ ਨਹੀਂ ਥਕਾਦਾ ਮੈਨੂੰ ਤਾਂ। ਚੱਲ ਆ ਜਾ, ਰਹਿੰਦੇ ਆ ਹਜੇ ਹੋਰ। ਆਹ ਦੋ ਕਮਰੇ ਇਹਨਾਂ ਦੀ ਹੈਗੇ ਇਹ, ਹੋਰ ਕਿਆ, ਥੱਲੇ ਮਕਾਨ ਮਾਲਕ ਰਹਿੰਦੇ। ਚੱਲ ਚੱਲ ਆ ਜਾ, ਦੇਖੀ ਕਿਤੇ ਧੁੱਪ ਇੰਨੀ ਪੈ ਰਹੀ ਹੈਗੀ, ਮੈਨੂੰ ਤਾਂ ਇਹ ਲੱਗਦਾ ਕਿ ਇਹਨਾਂ ਦੇ ਪੱਖਾ ਵੀ ਨਹੀਂ ਆਉਣਾ, ਏਸੀ ਤਾਂ ਦੂਰ ਦੀ ਗੱਲ ਹੈ। ਓਹੋ ਯਾਰ, ਪੱਖਾ ਤਾਂ ਗਰੀਬ ਦੇ ਗਰੀਬ ਘਰੇ ਵੀ ਹੁੰਦਾ। ਚੱਲ ਮੰਨਿਆ ਏਸੀ ਨਹੀਂ ਹੈਗਾ, ਆਪਾਂ ਕਿਹੜੇ ਉਰੇ ਖੜਨਾ ਬਹੁਤਾ, ਪਾਣੀ ਪੀ ਕੇ ਮੁੜ ਜਾਵਾਂਗੇ, ਸੁਣ ਲਾਂਗੇ ਕੀ ਕਹਿੰਦਾ ਗਾ। ਹੋਰ ਚੱਲ ਚੱਲ ਚੱਲ, ਕੁਛ ਨਹੀਂ ਹੁੰਦਾ, ਚੱਲ ਕੁਰਸੀ ਲਿਆਉਣਾ ਮੈਂ ਕਰੋ ਭਾਬੀ, ਤੁਸੀਂ ਇੱਥੇ ਬਹਿ ਜਾਓ, ਮੈਂ ਲਿਆਇਆ ਕੁਰਸੀ। ਖੜ ਜਾ, ਲਿਆਓ ਕੁਰਸੀ ਲਿਆਊਗਾ, ਖੜ ਜਾ ਉੱਥੇ, ਮੈਂ ਬੈਠ ਜਾਂਦਾ ਕੁਰਸੀ ਲੈ ਕੇ ਆਊਗਾ। ਆਜੋ ਬੈਠੋ। ਹੋਰ ਭਰਜਾਈ ਕਿੱਧਰ ਹੈ? ਬਸ ਚਾਹ ਬਣਾਉਣ ਲੱਗੀ ਹੋਣੀ। ਲੈ ਮੈਂ ਮੇਜ਼ ਵੀ ਰੱਖ ਦਿੰਦਾ ਆਹ। ਹੈ ਕੀ ਕਰੀ ਜਾਂਦਾ? ਲੈ ਆ ਕੀ ਕਰਿਆ, ਕੁਛ ਵੀ ਨਹੀਂ। ਗੱਲ ਤਾਂ ਦੱਸ ਕੀ ਹੋ ਗਈ ਯਾਰ, ਇੰਨਾ ਟਾਈਮ ਨਹੀਂ ਗੁਰਪ੍ਰੀਤ ਸਾਡੇ ਕੋਲ ਹੈਗਾ।
ਓਹੋ ਉਹ ਗੱਲ ਤਾਂ ਗੁਰਿੰਦਰ, ਮੈਂ ਇੰਟਰਵਿਊ ਨਹੀਂ ਤਾਂ ਦੇਣ ਗਿਆ ਦਿੱਲੀ। ਅੱਛਾ, ਮੇਰੀ ਉੱਥੇ ਨੌਕਰੀ ਲੱਗ ਗਈ ਪੱਕੀ। ਅੱਛਾ ਹਾਂ, ਫਿਰ ਤਾਂ ਬਾਈ ਮੁਬਾਰਕਾਂ ਬਣਦੀਆਂ ਤੈਨੂੰ, ਹੈ ਨਾ ਤੈਨੂੰ ਵੀ। ਹਾਂ ਫਿਰ ਤਾਂ ਪਾਰਟੀ ਬਣਦੀ ਤੇਰੇ ਕਹਿੰਦੇ, ਤਾਂ ਹੀ ਤਾਂ ਤੈਨੂੰ ਬੁਲਾਇਆ। ਮੈਂ ਕਿਹਾ ਹੁਣ ਦੇਖ ਅੱਜ ਹੈਗੇ ਅਸੀਂ, ਕੱਲ੍ਹ ਨੂੰ ਫਿਰ ਅਸੀਂ ਸਾਜਰੇ ਨਿਕਲ ਜਾਣਾ। ਅੱਛਾ ਲੈ, ਭਾਬੀ ਵੀ ਆ ਗਈ। ਹਾਂ ਸਤਿ ਸ਼੍ਰੀ ਅਕਾਲ ਭਾਬੀ। ਠੀਕ ਹੈ, ਹਾਂਜੀ ਠੀਕ ਹੈ, ਤੁਸੀਂ ਠੀਕ ਹੋ? ਮੁਬਾਰਕਾਂ ਬਹੁਤ। ਭਾਬੀ ਮੁਬਾਰਕਾਂ ਭਾਈ ਤੁਹਾਨੂੰ, ਹੈ ਬਾਈ ਸਾਡਾ ਡਿਊਟੀ ਲੱਗ ਗਿਆ ਹੈ। ਚੱਲ ਵਧੀਆ। ਅਤੇ ਉਹ ਆਪਣਾ ਤਨਖਾਹ ਤਨਖੂਹ ਕਿੰਨੀ? ਤਨਖਾਹ ਤਾਂ ਬਥੇਰੀ ਆ ਉੱਥੇ, ਮੈਨੂੰ ਇੰਟਰਵਿਊ 'ਤੇ ਦੱਸ ਦਿੱਤੇ, ਬਾਕੀ ਜਿਉਂ ਜਿਉਂ ਕੰਮ ਦੇ ਹਿਸਾਬ ਨਾਲ ਤਨਖਾਹ ਵਧਾਈ ਜਾਣਗੇ। ਅੱਛਾ, ਬਾਹਰ ਦੀ ਕੰਪਨੀ ਹੈ ਕੋਈ? ਅੱਛਾ ਬਾਹਰ ਦੀ, ਬਾਹਰ ਦੀ ਕੰਪਨੀ ਹੈ ਕੋਈ? ਹਾਂ ਹੋਰ ਹੁੰਦੇ ਕੱਪੜੇ ਕੁਪੜੇ ਮੈਂ ਬੈਠਾ, ਨਾ ਨਾ ਕੱਪੜੇ ਤਾਂ ਹਲੇ ਮੈਂ ਸਵਾਉਣੇ ਆ ਹੋਰ। ਅੱਛਾ, ਨਵੇਂ ਸ਼ਲਟਾਂ ਲੈ ਕੇ ਜਾਊਂਗਾ। ਅੱਛਾ ਫਿਰ ਵੀ ਇੱਥੇ ਰਹਿੰਦੇ ਨੀ ਤੁਸੀਂ? ਹੈ ਨਹੀਂ, ਫਿਰ ਹੁਣ ਗੁਰਿੰਦਰ ਕੰਮ ਉੱਥੇ ਹੈ, ਫਿਰ ਇੱਥੇ ਹੁਣ ਬੱਚਿਆਂ ਨੂੰ ਛੱਡ ਕੇ ਤਾਂ ਜਾ ਨਹੀਂ ਹੋਣਾ, ਇਹਨਾਂ ਨੂੰ ਵੀ ਨਾਲੇ ਲੈ ਜਾਣਾ ਮੈਂ। ਅੱਛਾ ਹਾਂ, ਲੈ ਲੈ ਚਾਹ ਲੈ ਲੈਂਦੇ, ਲਓ ਚਾਹ ਲਓ। ਲੈ ਬਈ ਗੁਰਪ੍ਰੀਤ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਭਾਬੀ, ਤੁਹਾਨੂੰ ਵੀ। ਲੈ ਹੁਣ ਸਾਨੂੰ ਜਾਣ ਦਿਓ। ਨਾ ਨਾ, ਹਲੇ ਕਿੱਥੇ ਜਾਣਾ, ਮੈਂ ਤਾਂ ਹਲੇ ਸਮੋਸੇ ਲੈ ਕੇ ਆਉਣੇ ਆ। ਨਹੀਂ ਨਹੀਂ, ਮੈਂ ਸਮੋਸੇ ਲੈ ਕੇ ਆਇਆ ਕਾਹਨੂੰ ਯਾਰ, ਸਮੋਸੇ ਪਤਾ ਨੀ ਕਿਹੋ ਜਿਹੇ ਤੇਲ ਚ ਤਲੇ ਹੋਣੇ ਯਾਰ, ਗੰਦ ਮੰਦੇ। ਨਹੀਂ ਨਹੀਂ, ਗੰਦੇ ਮੰਦੇ ਨੀ, ਜਿੱਥੇ ਤੂੰ ਖਾਣਾ ਹੁੰਦਾ ਉਸੀ ਹੋਟਲ ਤੇ ਲੈ ਕੇ ਆਊਂਗਾ ਮੈਂ। ਅੱਛਾ ਹਾਂ, ਉਹ ਸਵੇਰੇ ਬਣਾਏ ਨੀ ਤੇ ਉਹਨੇ, ਹੁਣ ਬਣਾਤੇ ਹੋਣੇ। ਬਾਬਾ ਦੋ ਮਿੰਟ ਬੈਠੇ, ਮੈਂ ਲੈ ਕੇ ਆਇਆ ਹੁਣੇ। ਠੀਕ ਹੈ, ਉਹ ਮਦੀਪ, ਚਲੋ ਠੀਕ ਹੈ, ਮੈਂ ਲੈ ਕੇ ਆਇਆ ਬਸ। ਮਦੀਪ, ਹੋਰ ਤਾਂ ਨੀ ਕੋਈ ਸਮਾਨ ਮੰਗਾਉਣ ਵਾਲਾ? ਚਲੋ ਮੈਂ ਦੱਸਦੀ। ਆਜਾ ਦੱਸ ਫਿਰ ਛੇਤੀ ਕਰ। ਆਜਾ ਆਇਆ ਕਰਿੰਦਰ, ਮੈਂ ਆਇਆ ਹੁਣੇ। ਹਾਂ ਚੱਲ ਠੀਕ ਹੈ, ਗੱਲ ਸੁਣ, ਤੁਹਾਨੂੰ ਸਮੋਸੇ ਰਾਤ 'ਚ ਖਾ ਦੂੰਗਾ ਮੈਂ। ਚਲੋ ਕੋਈ ਨਾ, ਮੈਨੂੰ ਵੀ ਭੁੱਖ ਜਿਹੀ ਲੱਗੀ ਹੋਈ ਆ, ਮੈਂ ਕਿਹਾ ਲੈ ਕੇ ਆਉਂਦੇ, ਲੈ ਆਉਣ ਦੋ ਫਿਰ। ਓਹੋ ਪਤਾ ਨਹੀਂ ਕਿੱਥੋਂ ਲਿਆਊਗਾ, ਨਾਲੇ ਜਗ੍ਹਾ ਹੈ ਬੈਠਣ ਦੀ, ਕਿੰਨਾ ਗੰਦ ਮੇਚਿਆ ਪਿਆ ਹੈਗਾ, ਉੱਪਰੋਂ ਦੀ ਪੱਖਾ ਵੀ ਲਾਇਆ ਨਾ, ਇੰਨੀ ਗਰਮੀ ਹੈਗੀ। ਚਲੋ ਕੋਈ ਨਾ, ਹੁਣ ਖਾ ਕੇ ਚੱਲ ਜਾਵਾਂਗੇ। ਆਪੇ ਤੂੰ ਕਹਿੰਦੀ ਇੱਥੇ ਏ ਸੀ ਨਹੀਂ ਹੈ, ਇੱਥੇ ਬੈਠਣੀ ਹੋਣਾ, ਆਪੇ ਹੁਣ ਤੂੰ ਸਮੋਸੇ ਵਿੱਚ ਉਹ ਕਰਗੀ। ਪਤਾ ਕੀ ਆ, ਪੱਖਾ ਚਲਾਇਆ ਨਹੀਂ ਹੋਇਆ ਇਹਨਾਂ ਨੇ, ਲਾਈਟ ਨਹੀਂ ਹੋਣੀ, ਇਨਵਰਟਰ ਤਾਂ ਮੈਨੂੰ ਵੈਸੇ ਕਿਤੇ ਦਿਖ ਨਹੀਂ ਰਿਹਾ ਹੈਗਾ। ਚਲੋ ਕੋਈ ਨਾ, ਆ ਖਿੜਕੀਆਂ ਖੋਲੀਆਂ ਹੋਈਆਂ ਨੇ, ਹਵਾ ਵਧੀਆ ਆ ਰਹੀ ਹੈ। ਇਨਵਰਟਰ ਭਾਲਦੀਆਂ, ਕਿਰਾਏ 'ਤੇ ਲਿੱਤਾ ਹੋਇਆ ਮਕਾਨ, ਪਤਾ ਨਹੀਂ ਕਿਰਾਇਆ ਦਿੰਦਾ ਪਤਾ ਨਹੀਂ। ਹੁਣ ਤੂੰ ਮੇਰੀ ਸੁਣ, ਗੱਲ ਖਾ ਕੇ ਨਾ ਸਮੋਸੇ, ਇੱਥੋਂ ਨਿਕਲਣ ਦੀ ਕਰੀ, ਮੈਨੂੰ ਬੈਠੀ ਨਾ ਰਹੀ ਇੰਨੀ ਗਰਮੀ 'ਚ। ਨਹੀਂ ਨਹੀਂ, ਚੱਲਾਂਗੇ ਆਪਾਂ, ਬੈਠਣਾ ਕੀ ਹੈਗਾ, ਦੋ ਮਿੰਟ ਹੋਰ ਸੀ, ਮੇਰੇ ਬੈਂਕ ਦੇ ਕੰਮ ਵੀ ਰਹਿ ਜਾਣੇ। ਉਹ ਤੂੰ ਮੇਰੇ ਨਾਲੇ ਆ ਗਈ, ਉੱਥੇ ਦੱਸ ਦਿੰਦੀ ਕਿਹੜਾ ਸਮਾਨ ਮੰਗਾਉਣਾ। ਤਾਂ ਮੇਰੀ ਗੱਲ ਤਾਂ ਸੁਣ, ਮੈਂ ਤਾਂ ਹੀ ਆ ਗਈ, ਸਮਾਨ ਤਾਂ ਕੋਈ ਨਹੀਂ ਮੰਗਾਉਣਾ ਹੈਗਾ। ਮੈਨੂੰ ਤੇਰਾ ਦੋਸਤ ਕੁਛ ਨਹੀਂ ਲੱਗਦਾ ਹੈਗਾ, ਵੀ ਆਪਣੀ ਗਰੀਬੀ ਦਾ ਮਜ਼ਾਕ ਜਿਹਾ ਡਾ ਰਿਹਾ ਕਦੇ। ਪਹਿਲਾਂ ਤਾਂ ਦਿਲ ਬੈਠਣ ਪਿੱਛੇ ਕੀ ਕਰ ਰਿਹਾ ਸੀ, ਫਿਰ ਕਹਿੰਦਾ ਲੈ ਸੜੇ ਜੇ ਤੇਲ 'ਚ ਸਮੋਸੇ ਕੱਢ ਗਏ ਹੋਣਗੇ, ਬੇਇੱਜ਼ਤੀ ਕਰ ਦਿੱਤਾ ਤੁਹਾਡੀ। ਨਹੀਂ ਨਹੀਂ, ਤੈਨੂੰ ਜਿਵੇਂ ਭੁਲੇਖਾ ਲੱਗਿਆ, ਇਹੋ ਜਿਹਾ ਨਹੀਂ ਹੈਗਾ ਉਹ। ਦੇਖ ਆਪਣਾ ਮਕਾਨ ਹੈਗਾ ਥੋੜ੍ਹਾ ਜਿਹਾ ਛੋਟਾ, ਠੀਕ ਹੈ ਨਾ, ਉਹਨਾਂ ਦਾ ਮਕਾਨ ਹੈ ਬੜਾ, ਉਹ ਤਾਂ ਕਰਕੇ ਕਹਿੰਦਾ ਸਾ। ਦਿਲ ਦਾ ਨਹੀਂ ਮਾੜਾ ਹੈਗਾ ਗੁਰਿੰਦਰ, ਬਹੁਤ ਸਾਊ ਬੰਦਾ, ਮੈਂ ਅਸੀਂ ਬਚਪਨ ਦੇ ਦੋਸਤ ਹੈ, ਤੈਨੂੰ ਉਂਝੋਂ ਲੱਗੀ ਜਾਂਦਾ। ਪਰ ਮੈਨੂੰ ਠੀਕ ਜਿਹਾ ਨਹੀਂ ਲੱਗਿਆ ਹੈਗਾ, ਜਿਵੇਂ ਤੁਹਾਡਾ ਮਜ਼ਾਕ ਜਿਹਾ ਹੀ ਬਣਾਉਂਦਾ। ਮਜ਼ਾਕ ਨਹੀਂ ਬਣਾਉਂਦਾ ਉਹ, ਉਹਨੂੰ ਆਦਤ ਹੈ ਇਹੋ ਜਿਹੇ ਘਰ 'ਚ, ਵਧੀਆ ਘਰ 'ਚ ਰਹਿੰਦਾ ਉਹ। ਉਹਨਾਂ ਦਾ ਖਾਣਾ ਪੀਣਾ ਅਲੱਗ ਕਮਰੇ 'ਚ, ਬੈਠਣਾ ਅਲੱਗ ਕਮਰੇ 'ਚ, ਹੈ ਸੌਣਾ ਅਲੱਗ ਕਮਰੇ 'ਚ, ਤਾਂ ਕਰਕੇ ਉਹਨੂੰ ਲੱਗਿਆ, ਤੈਨੂੰ ਤਾਂ ਉਂਝੋਂ ਲੱਗਦਾ। ਚੱਲ ਪਰ ਗੁੱਸਾ ਨਾ ਕਰਿਓ ਤੁਸੀਂ, ਪਰ ਮੇਰੇ ਦਿਲ 'ਚ ਜੋ ਆਈ ਗੱਲ ਮੈਂ ਤੁਹਾਨੂੰ ਕਹਿਤੀ ਹੈ ਨਾ। ਨਹੀਂ ਐਂ ਨਾ ਸੋਚਿਆ ਕਰ, ਵਧੀਆ ਬੰਦਾ, ਆਹ ਦੇਖ ਲੈ ਮਾੜਾ ਜਿਹਾ ਫੋਨ ਕਰਿਆ, ਦੋਨੇ ਜਣੇ ਆ ਗਏ, ਨਹੀਂ ਕੌਣ ਆਉਂਦਾ ਭਲਾ। ਚਲੋ ਤਾਂ ਠੀਕ ਹੈ, ਹੁਣ ਤੂੰ ਐਂ ਕਰ ਉਹਨਾਂ ਦੇ ਕੋਲ ਬਹਿ ਜਾ, ਕੀ ਸੋਚਣਗੇ ਉਹ। ਚਲੋ ਠੀਕ ਹੈ, ਫਿਰ ਤੁਸੀਂ ਲੈ ਆਓ। ਮੈਂ ਲਿਆਉਣਾ ਸਮੋਸੇ, ਪਲੇਟਾਂ ਪਲੂਟਾਂ ਰੱਖ ਲਈ ਸਾਫ਼ ਕਰਕੇ। ਠੀਕ ਹੈ ਜੀ, ਠੀਕ ਹੈ ਨਾ, ਠੀਕ। ਹਾਂ ਚੱਲ ਠੀਕ ਹੈ ਫਿਰ, ਹੈ ਚਲੀ, ਹਾਂ ਆ ਜਾ। ਚੱਲ ਆ ਤਾਂ ਚੰਗਾ ਹੋ ਗਿਆ, ਹਾਂ ਚੱਕਰ ਮਾਰ ਗਿਆ ਤੂੰ। ਅੱਛਾ ਫਿਰ ਹੁਣ ਤੂੰ ਐਂ ਦੱਸ ਮੈਨੂੰ ਵੀ ਤੂੰ ਆਊਂਗਾ ਦੁਬਾਰਾ ਇੱਥੇ,
ਨਹੀਂ ਹੁਣ ਨਹੀਂ, ਮੈਨੂੰ ਲੱਗਦਾ ਵੀ ਛੇਤੀ ਗੇੜਾ ਵੱਜੂਗਾ ਕਿਉਂਕਿ ਨਵਾਂ ਨਵਾਂ ਕੰਮ ਹੈ, ਫਿਰ ਮਾਲਕ ਦਾ ਕਿਆ ਪਤਾ ਛੁੱਟੀ ਦੇਵੇ ਨਾ ਦੇਵੇ। ਅੱਛਾ ਅੱਛਾ, ਫਿਰ ਨਿਆਣੇ ਉੱਧਰ ਹੀ ਲਾਉਂਗਾ ਸਕੂਲ 'ਚ ਹੈ? ਹਾਂ, ਨਿਆਣੇ ਉੱਥੇ ਪੜ੍ਹਨ ਲਾ ਦੇਣੇ ਆ, ਪਰ ਜਦ ਵੀ ਆਊਂਗਾ ਤੇਰੇ ਘਰਾਂ ਜ਼ਰੂਰ ਆਊਂਗਾ। ਉਹ ਤਾਂ ਫਿਰ ਆਉਣਾ ਹੀ ਪੈਣਾ, ਹੱਦ ਹੋ ਗਈ ਯਾਰ, ਦੋਸਤ ਨਹੀਂ ਮੇਰਾ। ਚੱਲ ਠੀਕ ਹੈ ਭਾਬੀ, ਸਾਨੂੰ ਫਿਰ ਮੁਬਾਰਕਾਂ ਤੈਨੂੰ ਵੀ ਵੀਰ। ਠੀਕ ਹੈ, ਤੇ ਚੱਲ ਠੀਕ ਹੈ ਫਿਰ, ਚੱਲੀਏ ਫਿਰ। ਠੀਕ ਹੈ, ਚੰਗਾ ਚੰਗਾ। ਦੇਖ ਲੈ ਕਿੰਨੇ ਖੁਸ਼ ਹੋ ਕੇ ਗਏ ਆ, ਤੂੰ ਕਹੀ ਜਾਂਦੀ ਐਂ ਕਰਦਾ ਗੁਰਿੰਦਰ ਐਂ ਕਰਦਾ, ਉਹ ਅਸੀਂ ਛੋਟੇ ਛੋਟੇ ਹੁੰਦੇ ਦੋਸਤ ਹੈ, ਐਂ ਨਹੀਂ ਕਰਦਾ ਇਹ, ਬਹੁਤ ਸਾਊ ਹੈ। ਠੀਕ ਹੈ, ਚੱਲ ਹੁਣ ਤੂੰ ਵੀ ਕੋਈ ਆਪਣਾ ਕੰਮ ਧੰਦਾ ਕਰ ਲੈ, ਤੇ ਨਾਲੇ ਕੱਪੜੇ ਕੁਪੜੇ ਪੈਕ ਕਰ। ਠੀਕ ਹੈ, ਹਾਂ ਹਾਂ ਛੇਤੀ ਕਰ। ਓਹੋ ਆ ਜਾਓ ਜੀ, ਫਿਰ ਤਾਂ ਬਾਹਰ ਲੈਟ, ਪੱਖਾ ਚਲਾ, ਫਿਰ ਕਰਦੇ ਏਸੀ ਆਉਣ। ਸਹੀ ਗੱਲ ਹੈ, ਗਰਮੀ ਆ ਗਈ, ਧੁੱਪ ਹੋਣ ਲੱਗ ਗਈ ਨਾ ਹੁਣ ਬਹੁਤ ਜ਼ਿਆਦੇ। ਮੈਂ ਤੈਨੂੰ ਇਹ ਗੱਲ ਕਹਾਂ, ਹਾਂਜੀ, ਮੇਰਾ ਹੀ ਉੱਥੇ ਮਨ ਲੱਗਿਆ ਹੈਗਾ। ਚਲੋ ਹੁਣ ਗਏ ਤੇ ਮੈਂ ਕਿਹਾ ਚਲ ਆਖਰੀ ਵਾਰ ਹੈ, ਚਲੋ ਬੈਠੇ ਰਹਿੰਦੇ ਆ ਦੋ ਮਿੰਟ। ਇੱਕ ਤਾਂ ਇੰਨੀ ਗਰਮੀ, ਉੱਪਰ ਕਹਿੰਦਾ ਮਿੱਟੀ ਘੱਟਾ, ਉੱਪਰ ਕਹਿੰਦਾ ਮੰਜੇ ਤੇ ਬੈਠ ਜਾਓ। ਉਹ ਤੂੰ ਭਲੇ ਮਾਨਸਾ, ਤੇਰਾ ਦੋਸਤ ਹੈ, ਤੂੰ ਸਾਡਾ ਸਟੇਟਸ ਦੇਖ, ਅਸੀਂ ਕਿੱਥੇ ਸਟੈਂਡ ਕਰਦੇ ਹਾਂ, ਤੂੰ ਮੰਜੇ ਤੇ ਬਿਠਾ ਲੈਗਾ ਸਾਨੂੰ, ਦੱਸ। ਚਲੋ ਛੱਡੋ ਪਰਾਂ, ਜਿਹੜਾ ਕੁਛ ਹੋ ਗਿਆ ਵਧੀਆ, ਮੇਰੀ ਗੱਲ ਸੁਣੋ ਜੀ, ਆਖਰੀ ਵਾਰ ਮਿਲਿਆ, ਪਤਾ ਨਹੀਂ ਹੁਣ ਕਦੋਂ ਮਿਲਣਾ ਹੈਗਾ। ਓਹੋ, ਮੈਂ ਵੀ ਤਾਂ ਹੀ ਚੁੱਪ ਕਰੇ ਬੈਠਾ ਰਿਹਾ, ਮੈਂ ਕਿਹਾ ਚੱਲ ਜਿਹੜਾ ਹੈ ਜਾਂ ਆਖਰੀ ਵਾਰ ਹੈ, ਹੋਰ ਕੀ, ਨਾਲੇ ਦਿੱਲੀ ਜਾਣਾ, ਉੱਥੇ ਕਿੱਥੇ ਟਾਈਮ ਹੈ ਬੰਦੇ ਕੋਲ, ਕਿੱਥੇ ਇਹਨੇ ਆਉਣਾ ਉਰੇ। ਨਹੀਂ ਨਹੀਂ, ਪਤਾ ਕੀ ਹੈ, ਇਹਨਾਂ ਨੇ ਦੇਖੀ ਹੋਈ ਹੈ ਗਰੀਬੀ, ਉਸ ਤੋਂ ਬਾਅਦ ਫਿਰ ਜਦ ਬੰਦਾ ਪੈਸਾ ਕਮਾਉਣ ਲੱਗ ਜਾਂਦਾ, ਫਿਰ ਐਂ ਹੋ ਜਾਂਦਾ ਵੀ ਆਪਾਂ ਹੋਰ ਵੀ ਕਮਾਈਏ, ਹੋਰ ਵੀ ਕਮਾ ਲਈਏ। ਹਾਂ, ਨਾਲੇ ਗੱਲ ਹੋਰ ਹੈ, ਜੇ ਕਿਤੇ ਆਊਗਾ ਤਾਂ ਫੋਨ ਕਰਕੇ, ਹਾਂ, ਆਪਾਂ ਕਹਿ ਦਿਆ ਕਰਾਂਗੇ, ਅਸੀਂ ਤਾਂ ਮਨਾਲੀ ਹੈ ਜੀ, ਅਸੀਂ ਤਾਂ ਸਹੁਰੇ ਗਏ ਹੋਏ ਜੀ। ਚਲੋ ਕੋਈ ਨਾ ਜੀ, ਕਿਤੇ ਇਹਨੇ ਕਿੱਥੇ ਆਉਣਾ ਹੈਗਾ ਹੁਣ, ਮੈਂ ਪਾਣੀ ਲੈ ਕੇ ਆਈ। ਚੱਲ ਹੋਰ ਲਿਆ ਲਿਆ ਪਾਣੀ ਲਿਆ ਯਾਰ, ਦੱਸ ਕਮਾਲ ਹੈ ਦਿਹਾਲੀ ਦਾ, ਉਹ ਲਿਆ ਦੇ ਪਾਣੀ, ਇੰਨਾ ਟਾਈਮ ਆ ਗਈ ਜੀ, ਆ ਗਈ। ਓਹੋ, ਆ ਲਓ ਪਾਣੀ, ਹੁਣ ਨਾ ਗਰਮੀ ਹੋਣ ਲੱਗ ਗਈ, ਹੋਰ ਪਾਣੀ ਦੀ ਪਿਆਸ ਤਾਂ ਹੁਣ ਲੱਗਦੀ ਹੈਗੀ, ਮੈਂ ਫਰਿੱਜ 'ਚ ਰੱਖਣ ਲੱਗ ਗਈ ਹੁਣ ਤਾਂ ਪਾਣੀ। ਆ ਲੈ ਨਾਲੇ ਪੱਖਾ ਕਰਦੀ ਆਉਣ, ਹਨਾ। ਹਾਂਜੀ ਹਾਂਜੀ, ਫੋਨ ਆ ਰਿਹਾ ਕਿਸੇ ਦਾ? ਨਾ, ਫੋਨ ਤਾਂ ਮੈਂ ਸਾਰਾ ਦਿਨ ਐਸੇ ਕਿੰਨੀ ਦੇਖੀ ਜਾ ਰਹੇ ਹੋ, ਉਹ ਤੁਹਾਡੇ ਦੋਸਤ ਦਾ ਨਹੀਂ ਕਦੇ ਫੋਨ ਆਇਆ ਹੈਗਾ, ਗੁਰਪ੍ਰੀਤ ਦਾ? ਹਾਂਜੀ, ਇੱਕਦਮ ਜੀ ਭੁੱਲ ਗਏ ਮੈਂ ਕਿਹਾ ਬਾਹਰ ਜਾ ਕੇ, ਹੈ ਨਾ ਯਾਰ। ਹਾਂ, 2 ਸਾਲ ਤੋਂ ਉੱਪਰ ਹੋ ਗਿਆ ਨਾ, ਕਦੀ ਫੋਨ ਫੋਨ ਨਹੀਂ ਆਇਆ, ਪਹਿਲਾਂ 1-2 ਵਾਰ ਆਇਆ ਮੈਨੂੰ। ਅੱਛਾ, 2-3 ਮਹੀਨੇ ਦਾ ਤਾਂ ਫੋਨ ਫੋਨ ਆਉਂਦਾ ਰਿਹਾ। ਦੇਖ ਲੈ ਨਾ ਬੰਦਾ ਕਿਹਾ ਜਾਏਗਾ, ਇੱਕਦਮ ਹੀ ਛੱਡਤਾ ਆਪਣਾ ਦੋਸਤ। ਉਹ ਵਧੀਆ, ਕਰਨਾ ਵੀ ਕੀ ਹੈ, ਬਗਾਰੇ ਪਾਉਣੀ ਹੈ ਉਹਨੇ। ਚਲੋ ਫਿਰ ਵੀ ਬਾਹਰ ਬੰਦੇ ਦਾ ਕੰਮ ਧੰਦੇ ਦਾ ਪਤਾ ਲੱਗ ਜਾਂਦਾ, ਬਗਾਰ ਹੁਣ ਕਿਹੜੀ ਬਗਾਰ ਪਾਉਣ ਤੋਂ ਪੈਸੇ ਕਮਾਉਣ ਲੱਗ ਗਿਆ। ਮੈਂ ਤੈਨੂੰ ਦੱਸਦਾ, ਦਿੱਲੀ ਦੇ ਵਿੱਚ ਨਾ ਇੱਕ ਤਾਂ ਸ਼ੋਰ ਸ਼ਰਾਬਾ ਬਹੁਤ ਹੈ, ਇੱਕ ਕੰਮ ਕਾਰ ਬਹੁਤ ਪ੍ਰੈਸ਼ਰ ਹੈ, ਕੰਮ ਕਾਰ ਦਾ ਬੰਦੇ ਕੋਲ ਟਾਈਮ ਹੀ ਨਹੀਂ ਹੁੰਦਾ, ਫਿਰ ਉੱਪਰੋਂ ਪਰਿਵਾਰਕ ਹੈਗਾ, ਪਰਿਵਾਰ ਹੈ ਉਹਦਾ, ਨਿਆਣੇ ਆ ਉਹਦੇ, ਘਰ ਵਾਲੀ ਹੈ, ਉਹ ਬੰਦਾ ਗੁੰਮ ਹੋ ਜਾਂਦਾ ਚੀਜ਼ਾਂ 'ਚ, ਵਧੀਆ ਨਹੀਂ ਫੋਨ ਕਰਦਾ। ਚਲੋ ਉਹ ਤਾਂ ਖਹਿੜਾ ਛੁੱਟ ਗਿਆ ਜਿਹੜਾ ਚਲੇ ਗਿਆ, ਨਹੀਂ ਹਰ ਟਾਈਮ ਜਦ ਵੀ ਕਿਤੇ ਜਾਣਾ ਹੁੰਦਾ ਸੀ ਨਾ, ਮੈਂ ਤਾਂ ਪਹਿਲਾਂ ਉਹਦਾ ਫੋਨ ਆ ਜਾਣਾ, ਆ ਜਾ ਗੁਰਿੰਦਰ, ਮੈਂ ਆ ਗਿਆ ਗੁਰਿੰਦਰ, ਸਾਰਾ ਦਿਨ ਐਂ ਕਰੀ ਜਾਂਦਾ ਸੀ, ਮੇਰਾ ਤਾਂ ਨਾ ਜਾਣਾ ਆਉਣਾ ਵੀ ਛੁੱਟਿਆ ਪਿਆ ਸੀ, ਹੁਣ ਟੋਰ 'ਤੇ ਚਲੇ ਤਾਂ ਜਾਂਦੇ ਹਾਂ ਆਪਣਾ। ਮੈਂ ਤਾਂ ਉਹੀ ਤਾਂ ਕਹਿੰਦਾ, ਹੁਣ ਉਹਦੇ ਕਰਕੇ ਆਪਣੇ ਘਰੇ ਕਲੇਸ਼ ਲੱਗਦਾ ਰਹਿਣ, ਹੈਂ, ਜੇ ਤਾਂ ਮੈਂ ਉਹਨੂੰ ਜਵਾਬ ਦੇਵਾਂ ਤਾਂ ਔਖਾ, ਘਰੇ ਆ ਖੜਦਾ ਤਾ, ਜੇ ਤੈਨੂੰ ਜਵਾਬ ਦੇਵਾਂ ਤਾਂ ਔਖਾ, ਮੈਂ ਤਾਂ ਗੱਬੇ ਫਸ ਗਿਆ ਸੀ ਉਹਦੇ ਕਰਕੇ। ਚਲੋ ਛੱਡੋ ਭਰਾ, ਹੁਣ ਕੀ ਯਾਦ ਕਰਨਾ ਹੈਗਾ, ਮੈਂ ਤਾਂ ਵੈਸੇ ਹੀ ਪੁੱਛ ਲਿਆ ਸੀ। ਕਹਿੰਦੇ ਜਿੱਧਰ ਗਏ ਬਾਣੀ ਉੱਧਰ ਗਏ ਬਾਜ਼ਾਰ, ਹੈ ਨਾ, ਗਏ ਜੀ। ਚੱਲ ਤੂੰ ਚਾਹ ਪਿਲਾ ਵਧੀਆ ਜੀ। ਹਾਂਜੀ ਹਾਂਜੀ, ਹਾਂ, ਦੇਖੀ ਬੈੱਲ ਵੱਜੀ ਆਪਣੀ, ਦੇਖੀ ਕੌਣ ਹੈ ਬਾਹਰ? ਹਾਂਜੀ ਦੇਖਦੀ ਹਾਂ, ਮੈਂ ਦੇਖਦੀ ਹਾਂ ਕੋਈ ਆ ਗਿਆ ਹੁਣ। ਆ ਗਏ ਭਾਈ, ਆ ਗਏ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਭਾਬੀ। ਤੁਸੀਂ ਇੱਕਦਮ, ਤੁਸੀਂ ਫੋਨ ਫੋਨ ਤਾਂ ਕਰ ਦਿੰਦੇ,
ਓ ਮੈਂ ਤਾਂ ਸਰਪ੍ਰਾਈਜ਼ ਦੇਣਾ ਸੀ ਤੁਹਾਨੂੰ। ਉਹ ਤਾਂ ਠੀਕ ਹੈ, ਚੱਲ ਇੱਥੇ ਆ ਕੇ ਫੋਨ ਕਰ ਦਿੰਦੇ ਜੇ ਸਰਪ੍ਰਾਈਜ਼ ਦੇਣਾ ਦੀ। ਕਿਆ ਗੱਲ ਭਾਬੀ, ਖੁਸ਼ ਨਹੀਂ ਲੱਗਦੇ ਤੁਸੀਂ? ਲੈ ਮੈਂ ਮਠਿਆਈ ਸਟੇਈ ਸੌ ਕੁਛ ਮੰਗਾ ਕੇ ਰੱਖਦੀ ਵੀਰ ਜੀ। ਓਹੋ, ਉਹ ਭਾਬੀ ਕੋਈ ਲੋੜ ਨਹੀਂ, ਨਾਲੇ ਅਸੀਂ ਤਾਂ ਅਚਾਰ ਨਾਲ ਰੋਟੀ ਖਾਣ ਵਾਲੇ ਬੰਦੇ ਆ। ਉਹ ਤਾਂ ਗੱਲ ਠੀਕ ਹੈਗੀ ਵੀਰ ਜੀ, ਫੇਰ ਵੀ ਹੁਣ ਤਾਂ ਤੁਸੀਂ ਬਾਹਰ ਲਿਓਗੇ, ਦਿੱਲੀ ਵਾਲੇ ਹੋਗੇ ਨਾ। ਨਹੀਂ ਨਹੀਂ ਨਹੀਂ, ਇਹ ਜੀ ਕੋਈ ਗੱਲ ਨਹੀਂ। ਹਾਂ ਚਲੋ ਆ ਜਾਓ ਅੰਦਰ, ਆ ਜਾਓ ਵੀਰ ਜੀ। ਠੀਕ ਹੈ, ਗੁਰਿੰਦਰ ਅੰਦਰ ਹੀ ਹੈਗੇ, ਚਲੇ ਜਾਓ। ਲੈ ਦੱਸ, ਇੱਕਦਮ ਆ ਗਏ, ਬੰਦਾ ਫੋਨ ਤਾਂ ਕਰਦੇ, ਘਰੇ ਹੋਵੇ ਬੰਦਾ ਨਾ ਹੋਵੇ, ਪਤਾ ਨਹੀਂ ਕਿੱਧਰੋਂ ਟਪਕ ਗਏ ਆ ਕੇ। ਬਣਾਈ ਜਾਓ ਚਾਹ। ਲੈ ਇੱਥੇ ਤਾਂ ਕੋਈ ਹੈ ਨਹੀਂ, ਭਾਬੀ ਤਾਂ ਕਹਿੰਦੀ ਅੰਦਰੇ ਬੈਠਾ। ਚੱਲ ਭਾਬੀ ਨੂੰ ਆਉਣ ਦੇ, ਉਹ ਤਾਂ ਪੁੱਛ ਲੈਂਦੇ ਹਾਂ। ਭਾਬੀ ਗੁਰਿੰਦਰ ਤਾਂ ਹੈ ਨਹੀਂ, ਤੁਸੀਂ ਕਹਿੰਦੇ ਅੰਦਰੇ ਆ। ਪੂਰੀ ਬੈਠੇ ਤੇ, ਮੈਨੂੰ ਲੱਗਦਾ ਪਿੱਛੇ ਵਾਸ਼ਰੂਮ ਜਿਹਨੇ ਚਲੇ ਗਏ ਹੁਣ। ਚੱਲ ਕੋਈ ਨਾ ਵੀਰ ਜੀ, ਇੰਨੇ ਪਾਣੀ ਪੂਣੀ ਪੀਓ, ਪਾਣੀ ਲੈ ਕੇ। ਠੀਕ ਹੈ। ਕਰ ਵੀ ਕੌਣ ਸੀ ਬਾਹਰ? ਆ ਜਾਓ ਜੀ, ਆ ਜਾਓ। ਉਹ ਲੈ ਗੁਰਪ੍ਰੀਤ, ਹੋਰ ਕੀ ਹਾਲ ਹੈ? ਹਾਂ ਠੀਕ ਹੈ, ਹੋਰ ਠੀਕ ਠਾਕ। ਵਧੀਆ, ਹੋਰ ਤੂੰ ਸੁਣਾ? ਮੈਂ ਤਾਂ ਠੀਕ ਹੈ, ਤੂੰ ਬੜਾ ਬਾਬੂ ਸ਼ਾਹੂ ਬਣ ਗਿਆ ਹੈ। ਬਸ ਜੈਸਾ ਦੇਸ਼ ਵੈਸਾ ਭੇਸ। ਕਿਆ ਬਾਤ, ਕਿਆ ਬਾਤ, ਦਿੱਲੀ 'ਚ ਰਹਿੰਦੇ ਆ, ਦਿੱਲੀ ਵਾਲੇ ਬਣ ਗਏ। ਹਾਏ ਹਾਏ ਹਾਏ, ਪੂਰਾ ਸੇਠ ਲੱਗ ਰਿਹਾ ਹੈ ਪੂਰਾ ਹੈ। ਚਲ ਵਧੀਆ, ਹੋਰ ਨਿਆਣੇ ਨਿੱਕੇ ਠੀਕ ਹੈ? ਸਭ ਠੀਕ ਹੈ। ਹੋਰ ਭਰਜਾਈ? ਸਭ ਵਧੀਆ, ਤੁਸੀਂ ਸੁਣਾਓ? ਮੈਂ ਤਾਂ ਠੀਕ ਹੈ। ਤੂੰ ਫੋਨ ਤਾਂ ਕਰ ਦਿੰਦਾ ਆਉਣ ਤੋਂ ਪਹਿਲਾਂ ਯਾਰ, ਕੋਈ ਫੋਨ ਨੂੰ ਕੀ ਹੈ ਯਾਰ, ਸਰਪ੍ਰਾਈਜ਼ ਦਿੱਤਾ ਮੈਂ, ਭਰਜਾਈ ਵੀ ਇਹੀ ਗੱਲ ਕਹਿੰਦੀ। ਅੱਛਾ, ਆਹ ਸਰਪ੍ਰਾਈਜ਼ ਦਿੱਤਾ? ਮੈਂ ਤਾਂ ਐਂ ਸੋਚਦਾ ਸੀ ਵੀ ਚੱਲ ਬੰਦਾ ਕੋਈ ਤਿਆਰੀ ਵਿਆਰੀ ਕੋਈ ਥੋੜੀ ਥੋੜੀ ਹੈ ਨਾ ਬੰਦਾ। ਨਾ 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 ਨਾ, ਕੋਈ ਹੁਣ ਤਾਂ ਦੇਖ ਤੂੰ ਮੋਟਾ ਬੰਦਾ ਹੋ ਗਿਆ ਬੜਾ, ਹੁਣ ਤਾਂ ਅੰਗਰੇਜ਼ੀ ਬੁਲਾਣੀ ਪੈ ਗਈ ਹੈ। ਨਹੀਂ ਨਹੀਂ, ਮੋਟਾ ਨਹੀਂ ਹੋਇਆ, ਮੈਂ ਆਪਣੇ ਘਰੇ ਆਇਆ, ਕੋਈ ਐਡੀ ਫਾਰਮੈਲਿਟੀ ਵਾਲੀ ਗੱਲ ਨਹੀਂ। ਚੱਲ ਕੋਈ ਨਹੀਂ, ਬੈਠ ਫਿਰ ਬੈਠ, ਮੈਂ ਖੜਾ ਖਾਤੇ। ਹੋਰ ਕੰਮ ਕਰ ਤੇਰਾ ਵਧੀਆ ਚੱਲਦਾ? ਕੰਮ ਕਰ ਵਧੀਆ। ਚੱਲ ਠੀਕ ਹੈ, ਤੇਰਾ ਠੀਕ ਹੈ? ਹਾਂ ਬਸ ਉਹੀ ਮੇਰਾ ਤਾਂ ਹੈ ਨਾ। ਅੱਛਾ, ਚੱਲੀ ਜਾਂਦਾ ਮਾੜਾ ਮੋਟਾ। ਚਲੋ, ਤੇ ਕੋ ਪੀਜੀ ਦਾ ਕੀਤਾ ਸੀ ਸ਼ੁਰੂ? ਅੱਛਾ, ਉਧਰ ਥੋੜਾ ਜਿਹਾ ਪੈਸਾ ਖਾਸਾ ਲੱਗ ਗਿਆ, ਪਰ ਹਾਲ ਪੈਸੇ ਪੂਸੇ ਆਉਣ ਨਹੀਂ ਲੱਗੇ। ਅੱਛਾ ਅੱਛਾ ਅੱਛਾ, ਚੱਲ ਮੈਂ ਕਿਹਾ ਚੱਲੀ ਜਾਊਗਾ ਹੌਲੀ ਹੌਲੀ ਆਪੇ। ਚਲੋ ਕੋਈ ਨਹੀਂ, ਕੰਮ ਧੰਦਾ ਤਾਂ ਅੱਗੇ ਵਧਿਆ। ਹਾਂ, ਪਾਣੀ ਪੂਣੀ ਪੀਤਾ ਕੋਈ ਤੂੰ? ਹਾਂ ਕੋਈ ਨਹੀਂ, ਪੀ ਲਿਆ। ਕਰਮਜੀਤ ਲਿਆ ਕੋ? ਹਾਂ ਲਿਆ ਕੋ, ਚਾਹ ਚੂ ਬਣਾ ਕੇ ਹੈ? ਹਾਂਜੀ ਹਾਂਜੀ। ਹਾਂ ਉਹ ਠੀਕ ਠਾਕ ਹੈ? ਐਨ ਵਧੀਆ, ਠੀਕ ਠਾਕ ਬਈ। ਚਾਹ ਬਹੁਤ ਸਵਾਦ ਤੀ, ਬੜੀ ਦੇਰ ਬਾਅਦ ਉਹ ਇੰਨੀ ਸਵਾਦ ਚਾਹ ਪੀਤੀ ਹੈ। ਅਸੀਂ ਨਾ ਦੁੱਧ ਇੱਕੋ ਦੂਜੇ ਤੇ ਲੈ ਰਹੇ ਹਾਂਗੇ। ਅੱਛਾ, ਉਹ ਦੁੱਧ ਵਧੀਆ ਪਾ ਕੇ ਜਾਂਦਾ। ਹਾਂ ਵਧੀਆ ਚਾਹ ਤੀ। ਚੱਲ ਵਧੀਆ ਵਧੀਆ, ਹਾਂ ਚਾਹ ਪੀ ਲਈ। ਅੱਛਾ ਚੱਲ, ਚਾਹ ਤਾਂ ਪੀ ਲਈ, ਫਿਰ ਰੋਟੀ ਖਾ ਕੇ ਜਾਊਂਗਾ ਕਿੱਦਾਂ? ਨਾ ਨਾ, ਰੋਟੀ ਤਾਂ ਹਜੇ ਮੈਨੂੰ ਭੁੱਖ ਨਹੀਂ, ਨਾਲੇ ਜਾਣਾ ਨਹੀਂ ਮੈਂ, ਮੈਂ ਤਾਂ ਅੱਜ ਰਾਤ ਰਹੂੰਗਾ ਤੇਰੇ ਕੋਲੇ। ਅੱਛਾ ਰਾਤ ਰਹੇਗਾ ਤੂੰ? ਹਾਂ, ਕਿਆ ਗੱਲ? ਨਹੀਂ ਉਹ ਨਹੀਂ, ਮੈਂ ਕਹਿੰਦਾ ਸੀ ਮੈਨੂੰ ਐਂ ਲੱਗਿਆ ਵੀ ਸ਼ਾਇਦ ਤੂੰ ਆ ਕੇ ਦੁਬਾਰੇ ਮੁੜੇਗਾ, ਮੈਂ ਤੈਨੂੰ ਆਪ ਕਹਿਣ ਲੱਗਿਆ ਤਾ ਵੀ ਜੇ ਪਤੰਦਰਾ ਜੀ ਹੁਣ ਆਇਆ ਰਾਤ ਤਾਂ ਲਾ ਕੇ ਜਾ ਮੇਰੇ ਕੋਲੇ। ਰਾਤ ਤਾਂ ਮੈਂ ਤੇਰੇ ਕੋਲੇ ਰਹਿਣਾ ਤਾ। ਮੈਂ ਅਸਲ ਦੇ ਵਿੱਚ ਜਾਂ ਮੈਂ ਦਿੱਲੀ ਤੋਂ ਚੰਡੀਗੜ੍ਹ ਆਇਆ ਨਾ, ਪਹਿਲਾਂ ਮੈਂ ਸੋਚਿਆ ਵੀ ਹੋਟਲ 'ਚ ਰਹਿ ਜਾਂਦਾ, ਫਿਰ ਮਨ 'ਚ ਖਿਆਲ ਆਇਆ ਵੀ ਜੇ ਤੈਨੂੰ ਪਤਾ ਲੱਗ ਗਿਆ ਵੀ ਗੁਰਪ੍ਰੀਤ ਹੋਟਲ 'ਚੋਂ ਰਹਿ ਕੇ ਮੁੜ ਗਿਆ ਮੇਰੇ ਘਰੇ ਨਹੀਂ ਆਇਆ, ਫਿਰ ਤਾਂ ਮੈਂ ਸੋਚਿਆ ਵੀ ਚੱਲ ਗੁਰਿੰਦਰ ਕੋਲੇ ਜਾ ਕੇ ਰਾਤ ਰਹਿੰਦੇ ਹਾਂ। ਮੈਂ ਕਿਹਾ ਤੈਨੂੰ ਬੁਰਾ ਨਾ ਲੱਗੇ ਵੀ ਬਾਹਰ ਦੀ ਬਾਹਰ ਮੁੜ ਗਿਆ। ਹੋਲ ਮੈਨੂੰ ਲੱਗੂਗਾ ਨਹੀਂ ਬੁਰਾ ਮੇਰੇ ਯਾਰ, ਇੱਕ ਦਿਨ ਦੋਸਤ ਆ ਤੂੰ ਮੇਰਾ ਹੈ, ਜੇ ਤੂੰ ਉਰੇ ਆ ਕੇ ਮੁੜ ਜੇ ਵਾਪਸ ਮੈਨੂੰ ਪਤਾ ਨਾ ਲੱਗੇ ਮੈਂ ਗੁੱਸਾ ਕਰੂੰਗਾ। ਇਹੀ ਗੱਲ ਮੈਂ ਸੱਚੀ ਮੈਂ ਕਰੂੰ ਗੁੱਸਾ। ਅੱਛਾ ਤੇ ਹੁਣ ਕੰਮ ਆਇਆ ਸੀ ਤੂੰ ਚੰਡੀਗੜ੍ਹ? ਕੰਮ? ਹਾਂ ਦਫ਼ਤਰ ਦਾ ਕੰਮ ਆਇਆ ਸੀ ਤੇ ਕੰਮ ਬਸ ਖਤਮ ਹੋ ਕੇ ਵਾਪਸ ਚਲੇ ਜਾਊਂਗਾ ਅੱਜ ਰਾਤ ਰਹਿ ਕੇ। ਅੱਛਾ, ਹਾਂ
ਠੀਕ ਹੈ ਚੱਲ ਤੂੰ ਕੋਈ ਨੀ ਬੈਠ ਮੈਂ ਕਰਮ ਜੀ ਨੂੰ ਕਹਾਂ ਵੀ ਕੋਈ ਵਧੀਆ ਜਿਹਾ ਬਣਾ ਓ ਨਾ ਨਾ ਵਧੀਆ ਦੀ ਲੋੜ ਨਹੀਂ ਜਿਹਾ ਜਿਹਾ ਘਰ ਬਣਿਆ ਵਾ ਬਸ ਉਹ ਜਿਹਾ ਖਾਣਾ ਮੈਂ ਤਾਂ ਚੱਲ ਕੋਈ ਨੀ ਤੇਰੇ ਬਹਾਨੇ ਅਸੀਂ ਵਧੀਆ ਖਾ ਲਾਂਗੇ ਤੂੰ ਤਾਂ ਵਧੀਆ ਖਾਣਾ ਕਮਾਲ ਦੀ ਗੱਲ ਕਰ ਨਹੀਂ ਨਹੀਂ ਹੁਣ ਤਾਂ ਤੂੰ ਵੱਡਾ ਬੰਦਾ ਲੱਗ ਰਿਹਾ ਨਹੀਂ ਮੈਂ ਕੋਈ ਕੱਪੜੇ ਵਧੀਆ ਹੈ ਕੱਪੜੇ ਤੇ ਕੱਪੜੇ ਨਾਲ ਬੰਦਾ ਕਿਤੇ ਬੜਾ ਹੁੰਦਾ ਦੱਸ ਹੈ ਚੱਲ ਕੋਈ ਨੀ ਵਧੀਆ ਤੂੰ ਆ ਗਿਆ ਨਾ ਮੇਲੇ ਗੇਲੇ ਹੋ ਗਏ ਚੱਲ ਮੈਂ ਤੇਰੀ ਭਰਜਾਈ ਨੂੰ ਕਹਿਣਾ ਕੁਛ ਮਾੜਾ ਮੋਟਾ ਦਾ ਕੋਈ ਬਣਾਓ ਵਧੀਆ ਨਾ ਨਾ ਕੋਈ ਚੱਕਰ ਨਹੀਂ ਹੈਗਾ ਜਿਹਾ ਜਿਹਾ ਹੈਗਾ ਮੈਂ ਖਾ ਲੂੰਗਾ ਕੋਈ ਨਹੀਂ ਬੈਠ ਬੈਠ ਮੈਂ ਠੀਕ ਹੈ ਦਾਲ ਬਣਾਈ ਹੋਈ ਆ ਦਾਲ ਨਾਲ ਮੈਂ ਚਟਨੀ ਬਣਾ ਲਈ ਤੇ ਮੈਨੂੰ ਕੀ ਪਤਾ ਵੀ ਹੁਣ ਇਹਨੇ ਆਉਣਾ ਹੈਗਾ ਉਹੀ ਤਾਂ ਮੈਂ ਕਹਿੰਦਾ ਵੀ ਫੋਨ ਕਰਕੇ ਆਉਂਦਾ ਬੰਦੇ ਨੂੰ ਸਾਂ ਅੰਦਰ ਬਾਹਰ ਜਾਣਾ ਹੁੰਦਾ ਬੰਦਾ ਕਿਤੇ ਜਾ ਵੀ ਨਹੀਂ ਸਕਦਾ ਇਹ ਉਹੀ ਗੱਲ ਕਰ ਗਿਆ ਪਹਿਲਾਂ ਵਾਲੀ ਕੀ ਹੋ ਗਿਆ ਉਹੀ ਬਿਨਾਂ ਫੋਨ ਕਰੇ ਤੇ ਆ ਗਿਆ ਦੱਸ ਉਹ ਤਾਂ ਮੈਂ ਵੀ ਕਹਿ ਰਹੀ ਹਾਂ ਕਿ ਬਿਨਾਂ ਫੋਨ ਕਰੇ ਤੋਂ ਆ ਗਿਆ ਫੋਨ ਕਰਕੇ ਆਉਂਦਾ ਬੰਦਾ ਬਹਾਨਾ ਮਾਰ ਦਿੰਦਾ ਵੀ ਮੈਂ ਤਾਂ ਮਨਾਲੀ ਹੈ ਜੀ ਮੈਂ ਇੱਧਰ ਉੱਧਰ ਇਹ ਧੱਕੇ ਤੋਂ ਕਰਕੇ ਮੁੜ ਜਾਂਦਾ ਉੱਪਰੋਂ ਕਹਿੰਦਾ ਮੈਂ ਤਾਂ ਉਰੇ ਆ ਗਿਆ ਵੀ ਤੂੰ ਗੁੱਸਾ ਕਰੇਗਾ ਵੀ ਮੈਂ ਹੋਟਲ ਰਾਤ ਕੱਟ ਲਈ ਮੈਂ ਦੱਸ ਤੁਹਾਨੂੰ ਗੁੱਸਾ ਕਰਨਾ ਮੇਰੇ ਯਾਰ ਖਵਾਓ ਵੀ ਮੈਂ ਇੱਥੇ ਸਬਜ਼ੀਆਂ ਚਲੋ ਹੁਣ ਜਾਊਗਾ ਵੀ ਇਹ ਨਹੀਂ ਮੈਂ ਰੋਟੀ ਪਾ ਦਿੰਦੀ ਹਾਂ ਮੈਂ ਤਾਂ ਗੱਲਾਂ ਗੱਲਾਂ ਮੈਂ ਕਿਹਾ ਤਾ ਵੀ ਤੂੰ ਰੋਟੀ ਖਾ ਕੇ ਜਾਏਗਾ ਹੁਣ ਕਿੱਦਾਂ ਨਹੀਂ ਕਹਿੰਦਾ ਰਹੂੰਗਾ ਮੈਂ ਤਾਂ ਉਰੇ ਰਾਤ ਰਹੂੰਗਾ ਹੁਣ ਉਰੇ ਰਾਤ ਮੈਂ ਨਹੀਂ ਇਹਨੂੰ ਨੀਚੇ ਰੱਖਣਾ ਉੱਪਰਲੇ ਕਮਰੇ 'ਚ ਬਿਠਾ ਦਿਓ ਅੰਦਰ ਥੋੜ੍ਹੀ ਕਿਸੇ ਨੂੰ ਵਾੜੀ ਦਾ ਹੁੰਦਾ ਇੱਦਾਂ ਇੱਦਾਂ ਕਿੱਦਾਂ ਕਹਿਦਾ ਵੀ ਤੂੰ ਉੱਪਰ ਲੰਘ ਜਾ ਮੇਰੀ ਗੱਲ ਸੁਣੋ ਜੀ ਕਿ ਉੱਪਰ ਸਾਡਾ ਗੈਸਟ ਰੂਮ ਹੈਗਾ ਉੱਥੇ ਬਹਿ ਜਾ ਆਰਾਮ ਨਾਲ ਇੱਕ ਪਾਸੇ ਬੈਠ ਰਹੋ ਹੁਣ ਇੱਥੇ 100 ਕੰਮ ਧੰਦਾ ਕਰਨਾ ਮੈਂ ਵਿੱਚ ਬਿਠਾ ਕੇ ਰੱਖੂੰਗੀ ਇਹਨੂੰ ਜੇ ਤਾਂ ਘਰ ਵਾਲੀ ਨਾਲ ਹੁੰਦੀ ਚੱਲ ਫਿਰ ਤਾਂ ਨੀਚੇ ਰੱਖਦੀ ਵੀ ਵਧੀਆ ਲੱਗਦੀ ਹੁਣ ਆਪਦਾ ਮੂੰਹ ਚੱਕ ਕੇ ਇਕੱਲਾ ਆ ਗਿਆ ਫਿਰ ਮੈਂ ਵਿੱਚ ਨਹੀਂ ਰੱਖਣਾ ਹੈਗਾ ਹੁਣ ਉੱਪਰ ਚੜਾ ਦੇ ਤੁਸੀਂ ਵੀ ਕੰਮ ਧੰਦੇ ਚਲੇ ਜਾਂਦੇ ਹੋ ਮੈਂ ਤਾਂ ਇਕੱਲੀ ਹਾਂ ਉਹ ਤਾਂ ਹੈ ਨਾ ਔਖਾ ਹੋ ਜਾਂਦਾ ਪਿੱਛੇ ਦੇ ਯਾਰ ਮੈਂ ਭਰੋਸਾ ਗਿਆ ਤੇ ਓਹੋ ਫਿਰ ਹੁਣ ਮੈਂ ਕਹਿੰਦਾ ਮੈਂ ਤਾਂ ਕਹਿਤਾ ਵੀ ਤੇਰੀ ਭਰਜਾਈ ਵਧੀਆ ਬਣਾਉ ਕੁਛ ਮੈਂ ਉਹਨੂੰ ਕਿਹਾ ਖਾਉਣ ਕੋਈ ਨਾ ਕਹਾਉਣੇ ਦਾਲ ਬਣਾ ਰੱਖੀ ਹੈਗੀ ਪਨੀਰ ਬਣਾਉਣ ਲੱਗੀ ਹੈ ਕਹਿ ਦਿਓ ਫਿਰ ਉਹਨੇ ਕਹਿ ਦੇਣਾ ਵੀ ਮੈਂ ਦਾਲ ਵਾਲੀ ਰੋਟੀ ਖਾ ਲੂੰਗਾ ਕਹਿ ਦਿੰਦਾ ਉਹ ਤਾਂ ਅੱਗੇ ਕਿਹੜੇ ਪਨੀਰ ਖਾਂਦਾ ਤੀ ਯਾਰ ਉਹੀ ਤਾਂ ਗੱਲ ਹੈ ਹੋਰ ਜਾਓ ਤੁਸੀਂ ਆਪੇ ਸਾਂਭੋ ਹੁਣ ਬਸ ਕੀ ਹੈ ਯਾਰ ਕਿੱਦਾਂ ਆ ਕੇ ਟੱਪ ਗਿਆ ਦੱਸ ਹਾਂ ਕਰਦੇ ਮੈਂ ਤਾਂ ਹੁਣ ਦਾਲ ਬਣਾ ਰੱਖੀ ਮੈਂ ਤਾਂ ਉਹੀ ਦਊਂਗੀ ਨਾਲ ਚਟਣੀ ਨਾਲ ਸਲਾਦ ਕਰ ਦਾਂਗੇ ਦਹੀਂ ਕਰ ਦਾਂਗੇ ਹੋਰ ਦੱਸ ਮੈਂ ਇੱਥੇ ਕੀ ਮੀਟ ਨੂੰ ਤੜਕੇ ਲਾਉਣੇ ਚੱਲ ਕੋਈ ਨਹੀਂ ਚੱਲ ਐਂ ਕਰੀ ਫਿਰ ਦਾਲ ਬਣਾ ਲਈ ਚੱਲ ਪਨੀਰ ਨੂੰ ਕਾਹਨੂੰ ਤੂੰ ਹੁਣ ਹਨਾ ਕਰੇਗੀ ਚਲੋ ਕੋਈ ਨਾ ਰੋਟੀ ਤਾਂ ਮੈਂ ਤਿਆਰ ਕਰੀ ਹੋਈ ਆਪ ਹੀ ਦੇ ਦੂੰਗੀ ਹਾਂ ਨਾਲੇ ਦਾਲ ਪਸੰਦ ਹੈ ਗੁਰਪ੍ਰੀਤ ਨੂੰ ਹਨਾ ਹੈ ਗੁਰਪ੍ਰੀਤ ਹਾਂਜੀ ਦਾਲ ਪਸੰਦ ਹੈ ਤੈਨੂੰ ਫਿਰ ਹਾਂ ਹਾਂ ਦਾਲ ਪਸੰਦ ਹੈ ਮੈਨੂੰ ਓਹੋ ਮੈਂ ਤਾਂ ਕਿਹਾ ਤਾ ਤੇਰੀ ਭਰਜਾਈ ਨੇ ਬਣਾਈ ਵੀ ਦਾਲ ਹਾਂ ਉਹ ਕਹਿੰਦੀ ਤੂੰ ਪਨੀਰ ਫੜ ਲਿਆ ਮੈਂ ਪਨੀਰ ਬਣਾ ਦਿੰਦੀ ਹੈਗੀ ਉਹ ਨਾ ਨਾ ਪਨੀਰ ਦੀ ਲੋੜ ਨਹੀਂ ਮੈਨੂੰ ਦਾਲੇ ਪਸੰਦ ਆ ਮੈਂ ਦਾਲ ਨਾਲ ਰੋਟੀ ਖਾਊਂਗਾ ਗੁੱਸਾ ਨਾ ਕਰੇ ਵੀ ਦਾਲ ਮੱਥੇ ਮਾਰ ਨਹੀਂ 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 ਮੈਂ ਤੈਨੂੰ ਪਤਾ ਤਾਂ ਹੈ ਮੈਂ ਦਾਲ ਨਾਲ ਹੀ ਰੋਟੀ ਖਾਊਂਗਾ ਉਹ ਤਾਂ ਕਹਿੰਦੀ ਵੀਰ ਜੀ ਕਹਿੰਦੀ ਪਹਿਲੀ ਵਾਰ ਆਇਆ ਤੂੰ ਉਹ ਨਹੀਂ ਨਹੀਂ ਤੂੰ ਮਨਾ ਕਰ ਦੇ ਮਨਾ ਕਰ ਦੇ ਨਹੀਂ ਰਹਿਣ ਦੇ ਅੱਛਾ ਹਾਂ ਮੈਂ ਦਾਲ ਨਾਲ ਹੀ ਖਾ ਲੂੰਗਾ ਠੀਕ ਹੈ ਹਾਂ ਕਰਮ ਜੀ ਤਾਂ ਫਿਰ ਪਿਆਜ਼ ਪੂਜ ਨਾ ਕੱਟੀ ਹੈ ਗੁਰਪ੍ਰੀਤ ਦਾ ਕਹਿੰਦਾ ਦਾਲ ਨਾਲੇ ਖਾ ਲੂੰਗਾ ਮੈਂ ਹਾਂ ਨਾ ਨਾ ਦਾਲ ਨਾਲੇ ਖਾਊਂਗਾ ਜੀ ਮੈਂ ਤਾਂ ਹਾਂ ਠੀਕ ਹੈ ਜੀ ਹਾਂ ਅੱਛਾ ਹੋਰ ਕਿਆ ਹਾਂ ਵਧੀਆ ਚੱਲ ਵਧੀਆ ਤੇ ਤੂੰ ਥੱਕਿਆ ਹਾਰਿਆ ਹੋਣਾ ਹੈ ਨਾ ਹਾਂ ਥੱਕਿਆ ਵਾ ਤਾਂ ਹੈ ਤੇ ਮੈਂ ਯਾਰ ਨਹਾਉਣਾ ਵੀ ਹੈ ਅੱਛਾ ਨਹਾਉਣਾ ਤਾਂ ਹੈ ਹਾਂ ਨਹਾਉਣਾ ਮੈਂ ਫਰੈਸ਼ ਹੋ ਲਵਾਂ ਤੇ ਮਾੜਾ ਮੋਟਾ ਦਫ਼ਤਰ ਦਾ ਕੰਮ ਆ ਉਹ ਕਰਨਾ ਮੈਂ ਅੱਛਾ ਫਿਰ ਐਂ ਕਰ ਆਪਣਾ ਉੱਪਰ ਗੈਸਟ ਰੂਮ ਬਣਿਆ ਹੋਇਆ ਬਾਥਰੂਮ ਹੈਗਾ ਨਾ ਅਟੈਚ ਏ ਸੀ ਸਭ ਲੱਗਿਆ ਹੋਇਆ ਅੱਛਾ ਫਿਰ ਤੂੰ ਚੜ੍ਹ ਜਾ ਉੱਪਰ ਹੋਰ ਨਾ ਠੀਕ ਹੈ ਮੈਨੂੰ
ਨਾਲੇ ਮੈਂ ਦਫ਼ਤਰ ਦਾ ਕੰਮ ਕਰੀ ਜਾਊਂਗਾ। ਹਾਂ ਕੋਈ ਡਿਸਟਰਬੈਂਸ ਨਹੀਂ ਹੋਊਗੀ। ਗੁੱਸਾ ਤਾਂ ਨਹੀਂ ਉੱਪਰ ਟੰਗਦਾ ਹੈ ਨਹੀਂ ਹੱਦ ਹੋ ਬਾਈ ਹੁਣ ਉਹ ਨਹੀਂ ਪਹਿਲਾਂ ਨਾ ਹੋੜ ਗੁਰਪ੍ਰੀਤ ਦਾ ਨਹੀਂ 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 ਮੈਂ ਉਹੀ ਅਫਸਰ ਬਣ ਗਿਆ ਪੂਰਾ ਉਹ ਕਾਹਨੂੰ ਬਣਿਆ ਅਫਸਰ ਮੈਂ ਉੱਪਰ ਚਲੇ ਜਾਣਾ ਨਾਲੇ ਮੈਂ ਨਾਲ ਨੂੰ ਨਾ ਤੇ ਨਾਲੇ ਮੈਂ ਦਫ਼ਤਰ ਦਾ ਕੰਮ ਕਰ ਲਵਾਂਗਾ ਵਧੀਆ ਮੈਂ ਉੱਪਰ ਬੈਠ ਕੇ ਕੰਮ ਕਰ ਲਵਾਂਗਾ। ਅੱਛਾ ਹਾਂ ਚੱਲ ਐਂ ਕਰ ਫਿਰ ਮੈਂ ਤਿਆਰੀ ਬੈਰੀ ਕਰ ਰੋਟੀ ਪਾਣੀ ਉੱਪਰ ਖੁੱਲ੍ਹਾ ਹੀ ਹੈ ਜਾ ਠੀਕ ਹੈ ਚਾਬੀ ਵਿੱਚ ਹੈ ਅੱਛਾ ਹਾਂ ਲੰਘ ਜਾ ਠੀਕ ਹੈ ਠੀਕ ਹੈ ਬਸ ਮੈਂ ਨਾਲ ਪਾਣੀ ਦੇ ਗਿਆ ਨਾਲ ਬੋਤਲ ਬੋਤਲ ਪਾਣੀ ਦੀ ਨਾ ਨਾ ਕੋਈ ਗੱਲ ਨਹੀਂ ਪਾਣੀ ਹੋਣਾ ਉੱਪਰੇ ਹਾਂ ਹੈਗਾ ਹੈਗਾ ਬਸ ਬਸ ਠੀਕ ਹੈ ਫਿਰ ਲੈ ਬਾਈ ਉੱਪਰੇ ਚੱਲਦੇ ਹਾਂ ਇੱਕ ਗੱਲ ਹੈ ਬਾਈ ਕਿੰਨੇ ਖੁਸ਼ ਹੈ ਦੋਨੇ ਜਣੇ ਮੈਨੂੰ ਦੇਖ ਕੇ ਬਾਈ ਦੋਸਤੀ ਤਾਂ ਦੋਸਤੀ ਓ ਹੁੰਦੀ ਆ ਦੇਖ ਲੈ ਜੇ ਮੈਂ ਹੋਟਲ 'ਚ ਰਹਿ ਜਾਂਦਾ ਇਹਨੇ ਗੁੱਸਾ ਕਰਨਾ ਤਾਂ ਚੰਗਾ ਹੋਇਆ ਇੱਥੇ ਆ ਗਿਆ ਮੈਂ ਨਾਲੇ ਕਹਿੰਦਾ ਉੱਪਰ ਏ ਸੀ ਲੱਗਿਆ ਵਾ ਕਮਰੇ 'ਚ ਬਾਈ ਖਿਆਲ ਤਾਂ ਬਹੁਤ ਰੱਖਦਾ ਮੇਰਾ ਇਹੀ ਹੁੰਦੀ ਆ ਬਾਈ ਦੋਸਤੀ ਤਾਂ ਫਿਰ ਪੁਰਾਣੀ ਵਾਹ ਜੀ ਵਾਹ ਗੁਰਿੰਦਰ ਸਿਆ ਦੱਸ ਕਹਿੰਦਾ ਮੈਂ ਤਾਂ ਰਾਤ ਰਹੂੰਗਾ ਡਿਸਟਰਬ ਹੋਊਂਗੇ ਤੁਸੀਂ ਵੀ ਮੈਂ ਤੈਨੂੰ ਕਹੀ ਜਾਂਦਾ ਵੀ ਤੂੰ ਜਾ ਇੱਥੋਂ ਗੱਲਾਂ ਗੱਲਾਂ 'ਚ ਬੜਾ ਯਾਰ ਬੇਸ਼ਰਮ ਜਿਹਾ ਬੰਦਾ ਹੈ ਮੈਂ ਇੱਕ ਗੱਲ ਦੇਖੀ ਹੈ ਬੇਸ਼ੱਕ ਬੰਦੇ ਨਾ ਲਾਈਫ ਸਟਾਈਲ ਚੇਂਜ ਹੋ ਜਾਵੇ ਬੰਦੇ ਦਾ ਸੁਭਾਅ ਨਹੀਂ ਚੇਂਜ ਹੁੰਦਾ ਉਹੀ ਗੱਲਾਂ ਹੁਣ ਵੀ ਉਹੀ ਮਰੂ ਮਰੂ ਜਿਉਂ ਜਿਉਂ ਮੈਨੂੰ ਨਹੀਂ ਚੰਗਾ ਲੱਗਦਾ ਐਂ ਕਰੀ ਫਿਰ ਤੂੰ ਕੀ ਆ ਬਣਾ ਦਿੰਦੀ ਆ ਫਿਰ ਮੈਂ ਤਾਂ ਕਹਿੰਦਾ ਸੀ ਤੈਨੂੰ ਹਾਂਜੀ ਐਂ ਕਰਨ ਲੱਗੀ ਤੂੰ ਮਗਰ ਨਾਲ ਕੀ ਆ ਬਣਾ ਦਿੰਦੀ ਆ ਦਾਲ ਦੇ ਉਹ ਤੂੰ ਛੱਡ ਦਾਲ ਨੂੰ ਹਾਂ ਕਰਤਾ ਗਿਆ ਹੁਣ ਠੀਕ ਹੈ ਨਾ ਖਾ ਲੂ ਮੈਂ ਗੱਲਾਂ ਮੈਂ ਤਾਂ ਗੱਲਾਂ ਗੱਲਾਂ 'ਚ ਕਹੇ ਤਾਂ ਵੀ ਤੇਰੀ ਭਾਬੀ ਦਾ ਪਨੀਰ ਬਣਾਉਂਦੀ ਤੀ ਮੈਂ ਦਾਲ ਨੂੰ ਕਹਿ ਤਾਂ ਕਹਿੰਦਾ ਮੈਂ ਦਾਲ ਹੀ ਖਾ ਲੂੰਗਾ ਅੱਛਾ ਅੱਛਾ ਚੱਲ ਵਧੀਆ ਮੇਰੀ ਗੱਲ ਸੁਣੋ ਹੁਣ ਉਹਨੂੰ ਰੋਟੀ ਪਾਣੀ ਖਵਾ ਕੇ ਪਾਉਣ ਦੀ ਕਰੋ ਹੁਣ ਇੱਥੇ ਦਾਰੂਆਂ ਦੂਰੂਆਂ ਦਾ ਗਾਣਾ ਪਾ ਕੇ ਪੈ ਜੇ ਕਮਾਲ ਤੇਰੇ ਵਾਲੀ ਮੈਂ ਤਾਂ ਕਹਿ ਦੂੰਗਾ ਮੈਂ ਤਾਂ ਛੱਡਤੀ ਆ ਮੇਰੀ ਦਰਦ ਨੂੰ ਪਿੰਦਾ ਕਿਤੇ ਆਪਦੇ ਪੀਣ ਦੇ ਲਾਲਚ 'ਚ ਉਹਨੂੰ ਵੀ ਕਹਿ ਦੋ ਵੀ ਆ ਜਾ ਬੈਠ ਤੇ ਯਾਰ ਮੈਂ ਕਾਹਨੂੰ ਕਹੂੰਗਾ ਇੰਨਾ ਤਾਂ ਆਪਣਾ ਖਰਚਾ ਹੋ ਗਿਆ ਹਟਿਆ ਆ ਪੀਜੀ ਲਿਆਗਾ ਇੰਨਾ ਖਰਚਾ ਤਾਂ ਹੀ ਕਹਿ ਰਹੀ ਆ ਮੈਂ ਵੀ ਪੀਜੀ ਲਿਆਗਾ ਇੰਨਾ ਖਰਚਾ ਹੋ ਕੇ ਹਟਿਆ ਤੁਹਾਨੂੰ ਪਤਾ ਮਹੀਨਾ ਕਿੰਨਾ ਔਖਾ ਕੱਟ ਰਹੇ ਹਾਂ ਆਪਾਂ ਚੱਲ ਮੈਂ ਕਰੂੰਗਾ ਮੈਂ ਰੋਟੀ ਦੇ ਕੇ ਨਾ ਮੈਂ ਥੱਲੇ ਆ ਜਾਊਂਗਾ ਮੈਂ ਕੋਈ ਨਾ ਕੋਈ ਬਹਾਨਾ ਮਾਰ ਦੂੰਗਾ ਯਾਰ ਉੱਥੇ ਜਾਣਾ ਮੜੇ ਉੱਥੇ ਜਾਣਾ ਮੈਂ ਕੋਲੇ ਨਹੀਂ ਬੈਠਣਾ ਕੋਲ ਬੈਠ ਚੱਲ ਐਂ ਤਾਂ ਕੋਲ ਬਹਿ ਜਿਓ ਕਹਿ ਦਿਓ ਵੀ ਭਾਈ ਅੱਜ ਸਾਡੇ ਘਰੇ ਨਹੀਂ ਵੜਦੀ ਅੱਜ ਦਿਨ ਕੀ ਹੈ ਮੰਗਲਵਾਰ ਹੈ ਮੰਗਲਵਾਰ ਨੂੰ ਕਿ ਸਾਡੇ ਘਰੇ ਦਾਰੂ ਨਹੀਂ ਵੜਦੀ ਐਂ ਮੰਗਦਾ ਤਾਂ ਕੋਈ ਨਹੀਂ ਹੈਗਾ ਲੈ ਪਹਿਲਾਂ ਵੀ ਤਾਂ ਮੰਗਤਾ ਹੀ ਬਣਿਆ ਰਹਿੰਦਾ ਤੀ 10 ਰੁਪਏ ਦੇ ਦੇ 500 ਦੇ ਦੇ 100 ਦੇ ਦੇ ਖਬਰ ਉਹੀ ਕਿਸੇ ਹੋਵੇ ਫਿਰ ਪਤਾ ਕਿਆ ਨਹੀਂ ਨਹੀਂ ਦਿੱਲੀ 'ਚ ਚੱਲ ਜਿੱਥੇ ਲੱਗਿਆ ਹੋਣਾ ਨਾ ਉੱਥੇ 4 ਪੈਸੇ ਹੈਗੇ ਆ ਪੜ੍ਹੇ ਲਿਖੇ ਤਾਂ ਹੈਗਾ ਕੱਪੜੇ ਲੀੜੇ ਤੋਂ ਵੀ ਲੱਗ ਰਿਹਾ ਵੀ ਪੈਸਾ ਕਮਾਉਣ ਲੱਗ ਗਿਆ ਬਾਬੂ ਸਾਬੂ ਬਣੇ ਫਿਰਦਾ ਤੇ ਤੂੰ ਵੀ ਉਹ ਪੈਂਟ ਜੀ ਨਾਲ ਕੁੜਤਾ ਪਾਈ ਫਿਰੀ ਜਾਂਦਾ ਹੁੰਦਾ ਤੀ ਦੇਖ ਖੁਸ਼ਬੂ ਦੇਖਿਆ ਹੁਣ ਤਾਂ ਕਾਰ ਹੀ ਅੰਦਰੋਂ ਇੰਨਾ ਮਹਿੰਗਾ ਪਰਫਿਊਮ ਲਾਇਆ ਲੱਗਦਾਗਾ ਹੈ ਬੰਦਾ ਬਾਈ ਬਦਲ ਗਿਆ ਚੱਲ ਕੋਈ ਨਹੀਂ ਚੱਲ ਪਤਾ ਕਿਆ ਚੱਕਰ ਹੈ ਇੱਕ ਰਾਤ ਵਾਸਤੇ ਆਇਆ ਫਿਰ ਪਤਾ ਨਹੀਂ ਕਦੋਂ ਆਉਣਾ ਕਦੋਂ ਨਹੀਂ ਆਉਣਾ ਚੱਲ ਬੰਦੇ ਨੂੰ ਮਹਿਸੂਸ ਨਾ ਹੋਣ ਦੀ ਚੱਲ ਕੋਈ ਨਾ ਕੋਈ ਗੱਲ ਨਹੀਂ ਇੱਕ ਰਾਤ ਦੀ ਗੱਲ ਹੈਗੀ ਚੱਲ ਚਾਹ ਤਾਂ ਹੁਣ ਪਲਾਈ ਦਿੱਤੀ ਹੁਣ ਮੈਂ ਰੋਟੀ ਤਿਆਰ ਕਰਦੇ ਬਸ ਰੋਟੀ ਖਿਲਾ ਕੇ ਆਪਦੇ ਆਰਾਮ ਨਾਲ ਕਹਿ ਭਾਈ ਤੂੰ ਰੈਸਟ ਕਰ ਚੱਲ ਐਂ ਕਰਦਾ ਹੁਣ ਉੱਪਰ ਨਹੀਂ ਜਾਂਦਾ ਜਦੋਂ ਰੋਟੀ ਪੱਕੂਗੀ ਮੈਂ ਫੇਰ ਉੱਪਰ ਜਾਵਾਂਗਾ ਹਾਂ ਉਹਨੂੰ ਨਹਾ ਧੋ ਲੈਣ ਦੇ ਖਿਲਾ ਕੇ ਮੈਂ ਥੱਲੇ ਆ ਜਾਵਾਂਗਾ ਬੈਠਣਾ ਹੀ ਨਹੀਂ ਕੋਲ ਠੀਕ ਹੈ ਠੀਕ ਹੈ ਹਾਂਜੀ ਦੱਸ ਯਾਰ ਪਹਿਲਾਂ ਵੀ ਇਹਦੇ ਕਰਕੇ ਸਾਡੇ ਘਰੇ ਲੜਾਈ ਹੁੰਦੀ ਸੀ ਹੁਣ ਫੇਰ ਮਾੜੀ ਮੋਟੀ ਹੋਣ ਲੱਗ ਜਾਣੀ ਐਂ ਕਰੀ ਵੀਰ ਅੱਜ ਅੱਜ ਦੇਖ ਲਿਆ ਤੂੰ ਕੱਲ੍ਹ ਨੂੰ ਸ਼ਨੀਵਾਰ ਹੈ ਪਰਸੋਂ ਨੂੰ ਐਤਵਾਰ ਹੈ ਦੋ ਦਿਨ ਫਿਰ ਫ੍ਰੀ ਹੈ ਮੈਂ ਹਾਂ ਆਹੋ ਲਵਾ ਦਾਂਗੇ ਇਨਵਰਟਰ ਲਵਾ ਦਾਂਗੇ ਛੋਟੇ ਦੋ ਲਵਾ ਦਾਂਗੇ ਕਿਉਂਕਿ 6 ਕਮਰੇ ਹੈਗੇ ਹੁਣ ਹਾਂ ਠੀਕ ਹੈ ਚੱਲ ਠੀਕ ਹੈ ਫਿਰ ਹਾਂ ਦੋ ਦਿਨ ਮੇਰੇ ਜੁੰਮੇ ਠੀਕ ਹੈ ਓਕੇ ਓਕੇ ਹੋਰ ਹੋਰ ਗੁਰਿੰਦਰ ਡਿਊਟੀ ਚੱਲੇ ਆ ਹਾਂ ਬਸ ਚੱਲੇ ਆ 10 ਵਜ ਗਏ ਲੇਟ ਹੋ ਗਿਆ ਯਾਰ ਅੱਛਾ ਹਾਂ ਉਹ ਤੈਨੂੰ ਪਤਾ ਪੀਜੀ ਕਰਕੇ ਯਾਰ ਦੋਏ ਪਾਸੇ ਪੈਰ ਫਸਾਏ ਹੋਏ ਨੇ ਉਹ ਵਧੀਆ ਪੀਜੀ ਦਾ ਕੰਮ ਵਧੀਆ 4 ਪੈਸੇ ਤਾਂ ਆਉਂਦੇ ਹੋਣਗੇ ਘਰ ਨੂੰ
ਆਉਂਦੇ ਤਾਂ ਹੋਣਗੇ, ਖਰਚਾ ਹੀ ਬਹੁਤ ਹੋ ਗਿਆ ਮੇਰਾ ਤਾਂ ਯਾਰ। ਜੇ ਹੁਣ ਤੰਗ ਰਹੂੰਗਾ ਕੱਲ ਨੂੰ ਆਸਾਨ ਹੋ ਜਾਊਗਾ। ਆਹੋ ਹਾਂ ਚੱਲ। ਅੱਛਾ ਹਾਂ, ਮੈਂ ਤੇਰੇ ਨਾਲ ਗੱਲ ਕਰਨ ਆਇਆ ਸੀ ਵੀ ਤੂੰ ਹੁਣ ਡਿਊਟੀ ਚੱਲਿਆ ਤੇ ਮੇਰੀ ਮੀਟਿੰਗ ਹੈ 2 ਵਜੇ। ਅੱਛਾ, ਮੈਂ ਤੈਨੂੰ ਪੁੱਛਣ ਆਇਆ ਤਾਂ ਵੀ ਮੈਂ ਫਿਰ ਉਨ੍ਹਾਂ ਚਿਰ ਇੱਥੇ ਰਹਿ ਸਕਦਾ? ਹਾਂ ਰਹਿ, ਤੇਰਾ ਆਪਦਾ ਘਰ ਹੈਗਾ, ਪੁੱਛਣ ਦੀ ਕੀ ਲੋੜ ਹੈ? ਨਹੀਂ ਚੱਲ ਫਿਰ ਵੀ ਮੈਂ ਕਿਹਾ ਵੀ ਤੂੰ ਤਾਂ ਲੰਘ ਜਾਣਾ, ਬਾਅਦ ਚੋਂ ਫਿਰ ਮੈਂ ਇੱਥੇ ਹੀ ਹਾਂ। ਅੱਛਾ, ਨਹੀਂ ਮੈਂ ਕਹਿੰਦਾ ਸੀ ਵੀ ਜੇ ਤੂੰ ਮੇਰੇ ਨਾਲ ਹੀ ਚੱਲਦਾ ਕਿੱਥੇ ਤੂੰ ਧੱਕਾ ਖਾਂਦਾ ਫਿਰੇਗਾ? ਨਹੀਂ ਪਰ ਥੋੜ੍ਹਾ ਜਿਹਾ ਮੇਰਾ ਹਲੇ ਦਫ਼ਤਰ ਦਾ ਕੰਮ ਵੀ ਬਾਕੀ ਹੈ, ਮੈਂ 1:30 ਵਜੇ ਇੱਥੋਂ ਲੰਘ ਜੂੰਗਾ, ਕੈਬ ਕਰ ਲੂੰਗਾ। ਵੀ ਤੰਗ ਨਾ ਹੋਈ? ਨਹੀਂ 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 ਨਹੀਂ, ਮੈਂ ਮੀਟਿੰਗ ਤੋਂ ਬਾਅਦ ਘਰ ਲੰਘ ਜੂੰਗਾ ਬਸ। ਮੈਂ ਤੈਨੂੰ ਇਹ ਕਹਿਣਾ ਆਇਆ ਸੀ ਵੀ ਤੂੰ ਜੇ ਚੱਲਿਆ ਨਾ, ਮੈਂ ਤੈਨੂੰ ਦੱਸਣ ਆਇਆ ਸੀ ਮੈਂ ਮੀਟਿੰਗ ਤੋਂ ਬਾਅਦ ਘਰਾਂ ਚਲੇ ਜਾਣਾ। ਅੱਛਾ ਅੱਛਾ, ਮੈਂ ਤਾਂ ਕੁਛ ਹੋਰ ਸੋਚਿਆ ਸੀ, ਮਹਾਂ ਚੱਲ ਮੈਂ ਡਿਊਟੀ ਜਾਣਾ ਹੀ, ਮਾੜਾ ਲੇਟ ਲੰਘ ਜੂੰ, ਤੈਨੂੰ ਨਾਲ ਲੈ ਕੇ ਲੰਘ ਜੂੰਗਾ। ਨਹੀਂ ਫਿਰ ਮੇਰਾ ਹਲੇ ਥੋੜ੍ਹਾ ਜਿਹਾ ਕੰਮ ਪਿਆ। ਚੱਲ ਐਂ ਨਾ ਸੋਚੀ, ਮੈਂ ਘਰੋਂ ਕੱਢ ਰਿਹਾ ਤੈਨੂੰ। ਮੇਰੇ ਕਹਿਣ ਦਾ ਮਤਲਬ ਵੀ ਤੰਗ ਨਾ, ਪਿੱਛੇ ਤੇ ਹੋਈ ਕੋਈ, ਮੈਂ ਤਾਂ ਤਾਂ ਹੀ ਤੈਨੂੰ ਪੁੱਛਣਾ ਵੀ ਮੈਂ 2 ਘੰਟੇ ਹੋ ਰਹਿਣਾ ਹਜੇ। ਅੱਛਾ, 10 ਵਜੇ ਆ, ਮੈਂ 12-1 ਵਜੇ ਤੱਕ ਜਾਊਂਗਾ। ਅੱਛਾ ਹਾਂ ਚੱਲ ਕੋਈ ਨੀ ਫਿਰ, ਠੀਕ ਹੈ। ਹਾਂ ਫਿਰ ਚਾਹ ਮੰਗਾਵਾਂ ਕੋਈ ਨੀ। ਹਾਂ ਚੱਲ ਤੂੰ ਉੱਪਰ ਨੂੰ ਆ ਜਾ, ਉੱਥੇ ਬੈਠ ਕੇ ਪੀ ਲੈਂਦੇ ਆ। ਅੱਛਾ ਹਾਂ ਚੱਲ ਠੀਕ, ਮੈਂ ਉੱਪਰ ਆ, ਇਕੱਠੇ ਬੈਠ ਕੇ ਪੀਨੇ ਆ। ਹਾਂ ਠੀਕ, ਨਾਲੇ ਗੱਲਾਂ ਮਾਰ ਲਾਂਗੇ ਥੋੜੀਆਂ ਬਹੁਤੀਆਂ। ਹਾਂ 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 ਚੱਲ ਠੀਕ ਹੈ। ਲੈ ਕਹਿੰਦਾ ਤੂੰ ਡਿਊਟੀ ਲੰਘ ਜਾ, ਮੈਂ 1:30 ਵਜੇ ਜਾਊਂਗਾ, ਮੈਂ ਤੈਨੂੰ ਇਕੱਲਾ ਕਿਵੇਂ ਘਰਾਂ ਛੱਡ ਦੇਵਾਂ? ਕਮਾਲ ਯਾਰ, ਬੜਾ ਬੇਸਾਨਾ ਬੰਦਾ ਦੱਸ ਹੈ। ਲੈ ਆ ਗਈ ਕਰਮਜੀਤ। ਹਾਂਜੀ ਬੈਠ। ਕੀ ਕਹਿੰਦਾ ਧੀ? ਉਹ ਇਹ ਤਾਂ ਕਹਿੰਦਾ ਕਹਿੰਦਾ ਮੇਰੀ ਤਾਂ 2 ਵਜੇ ਮੀਟਿੰਗ ਹੈ, ਇੱਥੋਂ ਮੈਂ 1:30 ਵਜੇ ਕੈਬ ਕਰਾ ਕੇ ਜਾਊਂ। ਫਿਰ ਐਂ ਕਰੋ ਜੀ, ਮੇਰੀ ਗੱਲ ਸੁਣੋ, ਕਿ ਉੱਪਰੇ ਬੈਠਾ ਰਿਹਾ ਵੀ ਆਪਣਾ, ਥੱਲੇ ਨਹੀਂ ਆਉਣਾ ਹੈਗਾ, ਮੈਂ ਉਰੇ ਬਗਾਨੇ ਬੰਦੇ ਨੂੰ ਉਰੇ ਗੇਮ ਬਿਠਾ ਲੂੰਗੀ ਅੰਦਰ। ਉਹੀ ਤਾਂ ਮੈਂ ਕਹਿ ਰਿਹਾ ਵੀ ਯਾਰ, ਬੜਾ ਬੇਸਾਰਾ ਬੰਦਾ, ਇਹ ਨਹੀਂ ਸੋਚਦਾ ਵੀ ਭਰਜਾਈ ਇਕੱਲੀਏ ਪਿੱਛੋਂ ਹੈ, ਮੈਂ ਚੰਗਾ ਲੱਗਦਾ ਬੈਠੇ ਦਾ ਕਿਤੇ। ਹੋਰ ਕਮਾਲ ਦੀ ਗੱਲ ਹੈ ਵੀ ਚੱਲ ਤੈਨੂੰ ਰਾਤ ਕੱਟਣ ਦੇਤੀ, ਠੀਕ ਹੈ। ਨਾਲੇ ਇਹਦੇ ਕਰਕੇ ਤਾਂ ਮੈਂ ਲੇਟ ਹੋਇਆ, ਨਹੀਂ ਮੈਂ ਤਾਂ 8-8 ਲੰਘ ਜਾਂਦਾ ਘਰੋਂ, ਹੋਰ 10 ਵਜ ਗਏ, ਮੈਂ ਇਹਦੇ ਕਰਕੇ ਲੇਟ ਹੋਇਆ। ਚੱਲ ਮੈਂ ਉੱਠ ਕੇ ਹੌਲੀ ਹੌਲੀ ਤਿਆਰ ਬਿਆਰ ਹੋਊਗਾ, ਮੈਂ ਨਾਲ ਲੈ ਕੇ ਲੰਘ ਜੂੰਗਾ। ਦੱਸ, ਕਹਿੰਦਾ ਮੈਂ ਤਾਂ ਜਾਊਂਗਾ 1:30 ਵਜੇ। ਫਿਰ ਹੁਣ ਐਂ ਕਰ ਮੇਰੀ ਸੁਣ ਗੱਲ, ਚੱਲ ਹੁਣ ਆਪਾਂ ਕੱਢ ਵੀ ਨਹੀਂ ਸਕਦੇ, ਇਹਦਾ ਚੱਲ ਤੈਨੂੰ ਭੈਣ ਕਹਿੰਦਾ ਗਾ, ਤੂੰ ਐਂ ਕਰੀ ਸੁਣ ਮੇਰੀ ਗੱਲ, ਹੁਣ ਮੈਂ ਜਾ ਕੇ ਪ੍ਰਚਾਰ 'ਚ ਪਲਾ ਜਾਣੀ ਇਹਨੂੰ, ਜਿਹੜੇ 2 ਪਰੌਂਠੇ ਤਾਰ ਕੇ ਦੇਣੇ, ਜੋ ਵੀ ਤੈਂ ਦੇਣਾ ਗਾ ਉਹ ਦੇ ਦੀ, ਚਾਹ ਦੇ ਨਾਲ ਮੈਂ ਖਵਾ ਦੂੰਗਾ, ਖਵਾ ਕੇ ਤੂੰ ਆਪਦਾ ਕੁੰਡੀ ਲੱਗ ਬੈਠ ਜੀ। ਠੀਕ ਹੈ, ਠੀਕ ਹੈ ਠੀਕ ਹੈ, ਜਦ ਜਾਊਗਾ ਆਪਦੀ ਕੁੰਡੀ ਖੋਲ੍ਹ ਕੇ ਭੇਜਦੀ, ਨਾਲੇ ਗੱਲ ਹੋਰ ਬਹੁਤ ਐਂ ਨਾ ਕਹੀਂ ਵੀਰ ਜੀ ਰਹਿ ਜਾਂਦੇ, ਵੀਰ ਜੀ ਸਰ ਮੈਂ ਰਹਿ ਜਾਣਾ ਨੇ ਕਹੀਂ ਨਾ। ਨਹੀਂ ਨਹੀਂ ਮੈਂ ਨਹੀਂ ਕਹਿੰਦੀ, ਹਾਂ ਤੁਸੀਂ ਟੈਨਸ਼ਨ ਜੇ ਜਾਂਦਾ ਤਾਂ ਇੰਨੀ ਗੱਲ ਕਹਿਣੀ, ਚਲੋ ਠੀਕ ਹੈ ਵੀਰ ਜੀ ਫਿਰ, ਹੈਂ ਬਸ ਇਹ ਵੀ ਨਾ ਕਹੀਂ ਦੁਬਾਰੇ ਕਾਲ ਗੇੜਾ ਮਾਰੂੰ, ਇਹ ਤਾਂ ਮਹੀਨੇ ਨੂੰ ਫਿਰ ਖੜਾ ਹੋ ਜਾਊਗਾ ਆ ਕੇ। ਚੱਲ ਕੋਈ ਨਾ, ਨਹੀਂ ਕਹਿੰਦੀ ਹੈਗੀ, ਫਿਰ ਤੁਸੀਂ ਨਾਲੇ ਚਾਹ ਦੇ ਲੈ ਜਾਓ, ਮੈਂ 2 ਪਰੌਂਠੇ ਬਣਾ ਦਿੰਦੀ ਹਾਂ। ਚੱਲ ਬਣਾ ਬਣਾ, ਹਾਂ ਨਾਲੇ ਮੈਨੂੰ ਵੀ ਚਾਹ ਪਾ ਕੇ ਦੇ ਦੇ। ਓਹੋ ਥੱਕ ਜੀ ਦਾ ਯਾਰ, ਸ਼ਾਮ ਤੱਕ ਹੁਣ ਕਾਹਦਾ ਆਰਾਮ ਹੋਊਗਾ, ਜਾ ਕੇ ਪੀ ਜੀ ਜਾ ਬੜੂੰਗੇ। ਕਰਮਜੀਤ ਲਿਆ ਪਾਣੀ ਪੁਣੀ। ਆ ਗਏ ਜੀ ਤੁਸੀਂ? ਹੋਰ ਮੈਂ ਤਾਂ ਆ ਗਿਆ, ਅੱਜ ਲੇਟ ਨਹੀਂ ਹੋ ਗਏ? ਹਾਂ ਲੇਟ ਤਾਂ 5:30 ਹੋ ਗਏ ਅੱਜ ਤਾਂ, ਤੁਹਾਨੂੰ ਪਤਾ ਰਹੇ ਟ੍ਰੈਫਿਕ ਦਾ। ਓਹ ਗੁਰਪ੍ਰੀਤ ਲੰਘ ਗਿਆ? ਚਲੇ ਗਿਆ ਤੀ ਉਹਦਾ, 12:30-1 ਵਜੇ ਚਲੇ ਗਿਆ ਤੀ। ਅੱਛਾ, ਕੁਛ ਬੋਲਿਆ ਤਾਂ ਨਹੀਂ? ਕੋਈ ਤੇਰਾ ਖਰਚਾ ਖੁਰਚਾ ਤਾਂ ਨਹੀਂ ਕਰਵਾਇਆ? ਲੈ ਮੇਰਾ ਵਿਚਾਰੇ ਨੇ ਖਰਚਾ ਕੀ ਕਰਾਉਣਾ ਦੀਗਾ, ਚੁੱਪ ਕਰਕੇ ਲੰਘ ਗਏ, ਕਹਿੰਦਾ ਮੈਂ ਚੱਲਿਆ ਭਾਬੀ। ਮੈਂ ਚੱਲ ਭਾਈ ਜਾ ਫਿਰ ਤੂੰ। ਇਹ ਤਾਂ ਨਹੀਂ ਕਿਹਾ ਵੀ ਦੁਬਾਰੇ ਆਊਂਗਾ ਯਾਰ ਮੈਂ, ਕਿੱਦਾਂ? ਕੁਛ ਨਹੀਂ ਕਿਹਾ, ਉਹ ਤਾਂ ਕਹਿੰਦਾ ਮੈਂ ਸਿੱਧਾ ਹੁਣ ਆਪਣੇ ਘਰ ਜਾਊਂਗਾ, ਪਰ ਨਾ ਉਹ ਬੈਗ ਭੁੱਲ ਗਿਆ ਇੱਥੇ, ਮੈਨੂੰ ਤਾਂ ਕੰਮ ਵਾਲੀ ਨੇ ਦੱਸਿਆ ਉੱਪਰ ਸਫਾਈ ਕਰਨ ਗਈ ਤੀ। ਜਦ ਬੈਗ ਫਿਰ ਤੂੰ ਦੇ ਦਿੰਦੀ ਬੈਗ ਉਹਦਾ? ਉਦੋਂ ਤਾਂ ਉਹ ਚਲੇ ਗਏ ਤੇ ਮੈਂ ਕਿੱਥੋਂ ਦੇਣੀ, ਮੇਰੇ ਲਈ ਤਾਂ ਨੰਬਰ ਵੀ ਨਹੀਂ ਹੈਗਾ ਵੀ ਚੱਲ ਮੈਂ ਫੋਨ ਹੀ ਕਰਦਾ। ਮੈਂ ਖੋਲ੍ਹ ਕੇ ਤਾਂ ਦੇਖਿਆ ਨਹੀਂ ਕੀ ਹੈਗਾ ਕੀ ਨਹੀਂ, ਮਹਾਂ ਕੀ ਹੋਊਗਾ, ਇੱਕ ਅੱਧਾ ਕੱਪੜਾ ਲੀੜਾ ਹੀ ਹੋਊਗਾ ਵਿੱਚ, ਪਰ ਉਰੇ ਪਿਆ ਉਹਦਾ ਬੈਗ ਇੱਕ। ਚੱਲ ਬੈਗ ਲੈ ਕੇ ਦੇਖੀ ਕਿਆ ਕਰ। ਹਾਂ ਮੈਂ ਲੈ ਕੇ ਹੋਰ ਦਿਖਾ ਦਿੰਦੀ ਹਾਂ, ਫਿਰ ਫੋਨ ਕਰਕੇ ਭੇਜ ਦਾਂਗੇ ਬੈਗ। ਬੈਗ ਕਦੇ ਭੁੱਲ ਗਿਆ ਯਾਰ, ਦੱਸ ਬੈਗ ਬੰਦਾ ਕਿੱਥੇ ਭੁੱਲ ਜੂਗਾ।
ਆਹ ਬੈਗ ਹੈਗਾ ਦੇਖਿਓ ਉਹਦਾ ਦੇਖੋ ਬੈਗ ਵੀ ਯਾਰ ਖਾਸਾ ਕੀਮਤੀ ਲੱਗ ਰਿਹਾ ਹੈ ਮਾੜਾ ਮੋਟਾ ਸਮਾਨ ਪਾਇਆ ਹੋਇਆ ਉਹਨਾਂ ਖਾਣ ਪੀਣ ਦਾ ਹੋਰ ਕੀਮਤੀ ਨੂੰ ਦੱਸ ਕੇ ਚ ਸੋਨਾ ਪਿਆ ਹੈਗਾ ਨਹੀਂ ਸੋਨਾ ਤਾਂ ਸਰਕਾਰ ਨੂੰ ਬੈਗ ਵੀ ਨਾ ਮਹਿੰਗਾ ਲੱਗਦਾ ਦੇਖਣ ਨੂੰ ਹੁਣ ਅਜੇ ਤਾਂ ਪੈਸੇ ਕਮਾਉਂਦਾ ਬੈਗ ਤਾਂ ਮਹਿੰਗਾ ਹੋਊਗਾ ਜੀ ਤੇਰੀ ਪੈਸੇ ਹਾਂ ਕਿੰਨੇ ਪੈਸੇ ਨਾ ਭਰਿਆ ਪਿਆ ਹੈਗਾ ਬੈਗ ਇੰਨੇ ਪੈਸੇ ਇਹਦੇ ਕੋਲੇ ਤੇਰੀ ਅਸੀਂ ਉਰੇ ਛੱਡ ਗਏ ਹੁਣ ਤਾਂ ਨਹੀਂ ਚੋਰੀ ਚੋਰੀ ਵਾਲੇ ਦੇਖ ਲਿਆ ਸਾਰੇ ਤਰ੍ਹਾਂ ਦੇ ਨੋਟ ਕੀ ਲਿਖਿਆ ਹੋਇਆ ਜੀ ਚਿੱਠੀ ਹੈ ਇਹਨੂੰ ਪੜ੍ਹੋ ਤਾਂ ਸੀ ਕੀ ਲਿਖਿਆ ਹੋਇਆ ਇਹਦੇ ਉੱਪਰ ਹਾਂ ਹਾਂ ਮੈਂ ਪੜ੍ਹਦਾ ਪੜ੍ਹਦਾ ਗੁਰਿੰਦਰ ਵੀਰੇ ਇਹਨਾਂ ਪੈਸਿਆਂ ਨੂੰ ਦੇਖ ਕੇ ਹੈਰਾਨ ਨਾ ਹੋਈ ਅਸਲ ਵਿੱਚ ਇਹ ਪੈਸੇ ਚੋਰੀ ਦੇ ਨਹੀਂ ਕਿਤੇ ਹੈਰਾਨ ਹੋ ਜਾਵੇ ਵੀ ਪਤਾ ਨਹੀਂ ਚੋਰੀ ਦੇ ਪੈਸੇ ਇੱਥੇ ਛੱਡ ਗਿਆ ਇਹ ਪੈਸੇ ਮੈਂ ਤੇਰੇ ਲਈ ਛੱਡੇ ਆ ਸ਼ਾਇਦ ਤੈਨੂੰ ਯਾਦ ਹੋਵੇਗਾ ਕਿ ਜਦੋਂ ਮੈਂ ਤੰਗ ਸੀ ਤਾਂ ਤੂੰ ਮੇਰੀ ਮਦਦ ਕੀਤੀ ਸੀ ਮੈਨੂੰ 1,000 ਰੁਪਇਆ ਦਿੱਤਾ ਸੀ ਤੂੰ ਦਿੱਲੀ ਜਾਣ ਲਈ ਅਤੇ ਉਹਨਾਂ ਪੈਸਿਆਂ ਦੇ ਵਿੱਚ ਇੰਨੀ ਬਰਕਤ ਰਹੀ ਨਾ ਵੀ ਉਹਨਾਂ ਪੈਸਿਆਂ ਨੇ ਮੈਨੂੰ ਅੱਜ ਕਰੋੜਾਪਤੀ ਬਣਾ ਦਿੱਤਾ ਅਤੇ ਉਹ ਪੈਸੇ ਮੈਂ ਖਰਚੇ ਨਹੀਂ ਸੀ ਕੰਪਨੀ ਨੇ ਮੈਨੂੰ ਮੇਰਾ ਕਿਰਾਇਆ ਸਭ ਕੁਛ ਦੇ ਦਿੱਤਾ ਸੀ ਅਤੇ ਤੇਰੇ ਪੈਸਿਆਂ ਦੀ ਬਦੌਲਤ ਅੱਜ ਮੈਂ ਕਰੋੜਾਪਤੀ ਬਣ ਗਿਆ ਅਤੇ ਮੈਨੂੰ ਉਹ ਗੱਲ ਯਾਦ ਆ ਗਈ ਵੀ ਜਦੋਂ ਮੈਂ ਪੈਸਿਆਂ ਤੋਂ ਤੰਗ ਸੀ ਤਾਂ ਤੂੰ ਮੇਰੀ ਮਦਦ ਕੀਤੀ ਅਤੇ ਭੋਰਾ ਵੀ ਅਹਿਸਾਨ ਨਹੀਂ ਜਿਤਾਇਆ ਅਤੇ ਅੱਜ ਜਦੋਂ ਮੈਂ ਤੈਨੂੰ ਦੇਖਿਆ ਨਾ ਵੀ ਤੂੰ ਪੀ ਜੀ ਦੇ ਵਿੱਚ ਖਰਚਾ ਕਰ ਰਿਹਾ ਤਾਂ ਮੈਨੂੰ ਉਹ ਆਪਣਾ ਦਿਨ ਚੇਤੇ ਆ ਗਿਆ ਵੀ ਅੱਜ ਮੇਰਾ ਦੋਸਤ ਉਸੇ ਤਰ੍ਹਾਂ ਟੈਨਸ਼ਨ ਲਈ ਬੈਠਾ ਜਿਵੇਂ ਮੈਂ ਬੈਠਾ ਸੀ ਅਤੇ ਇਸੇ ਕਰਕੇ ਆ ਪੈਸੇ ਇੱਥੇ ਮੈਂ ਛੱਡ ਕੇ ਚੱਲਿਆ ਅਤੇ ਨਾਲ ਇੱਕ ਗੱਲ ਹੋਰ ਜਿਹੜੀ ਮੈਂ ਕੰਪਨੀ ਵਿੱਚ ਲੱਗਿਆ ਸੀ ਉਹਦੇ ਵਿੱਚ ਹੁਣ ਮੇਰਾ ਸ਼ੇਅਰ ਹੈ 25% ਅਤੇ ਕੰਪਨੀ ਪੂਰੇ ਪ੍ਰੋਫਿਟ ਦੇ ਵਿੱਚ ਚੱਲ ਰਹੀ ਹੈ ਅਤੇ ਇੱਕ ਗੱਲ ਹੋਰ ਹੁਣ ਮੈਂ ਦਿੱਲੀ ਨਹੀਂ ਹੁਣ ਮੈਂ ਕੈਨੇਡਾ ਰਹਿ ਰਿਹਾ ਅਤੇ ਤੇਰੇ ਮਨ 'ਚ ਇੱਕ ਸਵਾਲ ਹੋਊਗਾ ਵੀ ਤੂੰ ਮੈਨੂੰ ਪੈਸੇ ਸਿੱਧੇ ਕਿਉਂ ਨਹੀਂ ਦਿੱਤੇ ਮੈਂ ਤੈਨੂੰ ਪੈਸੇ ਇਸ ਕਰਕੇ ਸਿੱਧੇ ਨਹੀਂ ਦਿੱਤੇ ਕਿਉਂਕਿ ਤੂੰ ਪੈਸੇ ਲੈਣੇ ਨਹੀਂ ਸੀ ਇਸ ਕਰਕੇ ਮੇਰਾ ਛੋਟਾ ਵੀਰ ਹੋਣ ਦੇ ਨਾਤੇ ਪੈਸੇ ਸਵੀਕਾਰ ਕਰੀ ਕਿਉਂਕਿ ਮੇਰੀ ਮਿਹਨਤ ਦੇ ਪੈਸੇ ਹੈ ਕੋਈ ਠੱਗੀ ਚੋਰੀ ਦੇ ਪੈਸੇ ਨਹੀਂ ਅਤੇ ਮੈਨੂੰ ਇੰਨਾ ਵੀ ਪਤਾ ਵੀ ਇਹ ਪੈਸੇ ਤੇਰੇ ਕੰਮ ਦੇ ਵਿੱਚ ਬਰਕਤ ਪਾਉਣਗੇ ਅਤੇ ਨਾਲੇ ਤੇਰੇ ਮਨ 'ਚ ਇੱਕ ਹੋਰ ਸਵਾਲ ਚੱਲਦਾ ਹੋਊਗਾ ਵੀ ਮੈਂ ਪੈਸੇ ਮੋੜਨੇ ਆ ਜੀ ਸਦਕੇ ਮੋੜੀ ਪਰ ਪਹਿਲਾਂ ਤੂੰ ਆਪਣੇ ਕੰਮ ਦੇ ਵਿੱਚ ਤਰੱਕੀਆਂ ਲੈ ਅਤੇ ਉਹ ਤੋਂ ਬਾਅਦ ਮੇਰੇ ਪੈਸੇ ਮੋੜ ਦੇ ਅਤੇ ਇੰਨਾ ਹੀ ਕਹਿੰਦਾ ਹੋਇਆ ਛੋਟੇ ਵੀਰ ਆਪਣਾ ਧਿਆਨ ਰੱਖੀ ਧੰਨਵਾਦ ਹਾਏ ਰੱਬਾ ਕਰਮਜੀਤ ਯਾਰ ਆਪਾਂ ਤੋਂ ਕੀ ਹੋ ਗਿਆ ਹੈ ਯਾਰ ਇਹ ਇਨਸਾਨ ਤਾਂ ਆਪਾਂ ਨੂੰ ਰੱਬ ਸਮਝਦਾ ਰਿਹਾ ਨਾਲੇ ਤੂੰ ਦੇਖਿਆ ਉਹ ਕਹਿੰਦਾ ਮੈਂ ਕਰੋੜਾਂ ਦਾ ਮਾਲਕ ਹੈ ਹੈ ਮੈਂ ਯਾਰ ਉਦੋਂ ਥੋੜ੍ਹਾ ਬਹੁਤਾ ਅਮੀਰ ਸੀ ਯਾਰ ਮੈਂ ਕਿੰਨਾ ਘਮੰਡ ਕਰਿਆ ਯਾਰ ਉਹ ਇਨਸਾਨ ਮੈਨੂੰ ਰੱਬ ਸਮਝਦਾ ਰਿਹਾ ਹੈ ਮੈਨੂੰ ਰੱਬ ਸਮਝਦਾ ਰਿਹਾ ਜਿਹੜਾ ਇਨਸਾਨ ਕਹਾਉਣ ਦੇ ਵੀ ਲਾਇਕ ਨਹੀਂ ਔਰ ਮੈਂ ਉਹਨੂੰ ਇਨਸਾਨ ਨਹੀਂ ਸਮਝਿਆ ਕਿਤੇ ਕਰਮਜੀਤ ਬਹੁਤ ਵੱਡਾ ਗੁਨਾਹ ਹੋ ਗਿਆ ਮੇਰੇ ਤੋਂ ਹੈ ਗੁਰਪ੍ਰੀਤ ਮੈਨੂੰ ਦੇ ਕੇ ਨਹੀਂ ਗਿਆ ਕੁਛ ਵੀ ਮੈਥੋਂ ਲੈ ਗਿਆ ਸਾਰਾ ਕੁਛ ਹੈ ਗਲਤੀ ਤਾਂ ਹੋਈ ਹੈ ਜੀ ਆਪਾਂ ਤੋਂ ਆਪਾਂ ਤਾਂ ਉਹਨੂੰ ਜੁੱਤੀ ਵੱਟੇ ਨਹੀਂ ਦੇ ਲਓ ਸਿਆਣ ਰਹੇ ਅਤੇ ਉਹ ਆਪਣੇ ਵਾਸਤੇ ਕਿੰਨਾ ਕੁਛ ਕਰ ਗਿਆ ਪਰ ਉਹਨੇ ਆਪਾਂ ਨੂੰ ਦੱਸਿਆ ਕਿਉਂ ਨਹੀਂ ਹੈਗਾ ਵੀ ਹਾਂ ਮੈਂ ਦਿੱਲੀ ਨਹੀਂ ਰਹਿੰਦਾ ਹੁਣ ਪਤਾ ਉਹਨੂੰ ਕੀ ਲੱਗਿਆ ਉਹਨੂੰ ਇਹ ਲੱਗਿਆ ਵੀ ਦਿੱਲੀ ਆ ਕੇ ਮੇਰੇ ਪੈਸੇ ਮੋੜ ਜਾਣਗੇ ਮੈਨੂੰ ਲੱਭਦੇ ਫਿਰ ਨਹੀਂ ਉਹਦੇ ਮਨ 'ਚ ਪਤਾ ਕੀ ਹੋਇਆ ਵੀ ਅਗਰ ਮੈਂ ਦੱਸਦਾ ਵੀ ਅੱਜ ਮੈਂ ਬਹੁਤ ਜ਼ਿਆਦਾ ਅਮੀਰ ਹੈ ਤਾਂ ਕਿਤੇ ਗੁਰਿੰਦਰ ਸ਼ਰਮਿੰਦਾ ਮਹਿਸੂਸ ਨਾ ਕਰੇ ਵੀ ਮੇਰਾ ਦੋਸਤ ਅੱਜ ਬਹੁਤ ਅਮੀਰ ਹੈ ਕਿਤੇ ਉਹ ਆਪਣਾ ਨੂੰ ਛੋਟਾ ਨਾ ਸਮਝੇ ਹੈ ਚਲੋ ਪਰਮਾਤਮਾ ਨੇ ਬਹੁਤ ਵਧੀਆ ਕੀਤਾ ਬਹੁਤ ਗਰੀਬੀ ਦੇਖੀ ਤੀ ਉਹਨਾਂ ਨੇ ਪਰ ਆਪਾਂ ਤੋਂ ਜੋ ਗਲਤੀਆਂ ਹੋਈਆਂ ਨੇ ਨਾ ਆਪਾਂ ਨੂੰ ਰੱਬ ਨੇ ਵੀ ਨਹੀਂ ਮਾਫ਼ ਕਰਨਾ ਗੁਰਪ੍ਰੀਤ
ਗੁਰਿੰਦਰ ਇੱਕ ਗੱਲ ਮੈਂ ਕਹਿਣੀ ਭੁੱਲ ਗਿਆ ਸੀ, ਇਹ ਮੈਂ ਲਾਸਟ ਵਿੱਚ ਲਿਖ ਰਿਹਾ ਹਾਂ ਤੇਰੇ ਬੈਗ ਦੀ ਉੱਪਰਲੀ ਜੇਬ 'ਚ। 2 ਟਿਕਟਾਂ ਨੇ ਕੈਨੇਡਾ ਦੀਆਂ ਅਤੇ ਜਿਹੜੀਆਂ ਤੇਰੇ ਅਤੇ ਤੇਰੀ ਘਰਵਾਲੀ ਦੇ ਨਾਮ 'ਤੇ ਹੈ। ਅਗਲੇ ਹਫ਼ਤੇ ਦੀ ਫਲੈਟ ਫੜ ਕੇ ਤੂੰ ਮੇਰੇ ਕੋਲ ਕੈਨੇਡਾ, ਜੋ ਵੀ ਗੱਲ ਕਰਨੀ ਹੋਈ ਤੂੰ ਉੱਥੇ ਕਰੀ ਮੇਰੇ ਨਾਲ ਆ ਕੇ, ਅਤੇ ਮਨ 'ਤੇ ਬੋਝ ਨਾ ਰੱਖੀ। ਸਤਿ ਸ਼੍ਰੀ ਅਕਾਲ। ਯਾਰ ਟਿਕਟਾਂ ਕੈਨੇਡਾ ਦੀਆਂ ਲੈ ਦੱਸ, ਆਪਾਂ ਤਾਂ ਇੰਨੀਆਂ ਗਲਤੀਆਂ ਹੋ ਗਈਆਂ, ਬੰਦੇ ਨੇ ਆਪਣੇ ਬਾਰੇ ਕਿੰਨਾ ਸੋਚਿਆ। ਦੱਸ, ਆਪਣਾ ਤਾਂ ਬੈਗ ਭਰ ਕੇ ਪੈਸੇ ਦੇ ਗਿਆ, ਕਹਿੰਦੇ ਯਾਰ ਤੁਸੀਂ ਵਰਤ ਲਓ, ਤੂੰ ਪੀਜੀ 'ਚ ਤੰਗ ਹੈ ਪੈਸਿਆਂ ਤੋਂ। ਮੇਰੀ ਗੱਲ ਸੁਣੋ ਜੀ, ਆਪਾਂ ਜਾਵਾਂਗੇ ਜ਼ਰੂਰ, ਟਿਕਟਾਂ ਦਿੱਤੀਆਂ ਨੇ, ਆਪਾਂ ਉਹ ਤੋਂ ਮਾਫ਼ੀ ਵੀ ਮੰਗਾਂਗੇ ਅਤੇ ਉਹਨਾਂ ਦੇ ਪੈਸੇ ਵੀ ਵਾਪਸ ਕਰਾਂਗੇ। ਆਪਾਂ ਪੈਸੇ ਨਹੀਂ ਰੱਖਣੇ। ਸਹੀ ਹੈ ਯਾਰ, ਇੱਕ ਮਹੀਨੇ ਦੀ ਤੰਗੀ ਕੋਈ ਨਾ ਆਪਾਂ ਕੱਢ ਲਾਂਗੇ। ਆਪਾਂ ਜਾਵਾਂਗੇ, ਸਹੀ ਗੱਲ ਹੈ, ਸਭ ਤੋਂ ਪਹਿਲਾਂ ਆਪਾਂ ਜਾ ਕੇ ਪੈਰੀ ਪੈ ਕੇ ਨਾ ਮਾਫ਼ੀ ਮੰਗਾਂਗੇ। ਮੈਂ ਇਹਨੂੰ ਸਾਰਾ ਕੁਝ ਦੱਸੂੰਗਾ ਵੀ ਵੱਡੇ ਵੀਰ, ਮੈਂ ਤਾਂ ਤੈਨੂੰ ਹੋਰ ਕੁਝ ਸਮਝਦਾ ਰਿਹਾ ਯਾਰ, ਤੂੰ ਮੈਨੂੰ ਇੱਥੇ ਰੱਖਿਆ, ਮੈਂ ਇਹਨੂੰ ਪੈਰਾਂ 'ਚ ਰੱਖਿਆ। ਚੱਲ ਕੋਈ ਨਹੀਂ, ਆ ਖਾਤਾ ਨਾ ਮੈਂ ਸੰਭਾਲ ਕੇ ਰੱਖੂੰਗਾ ਹੁਣ ਮੈਂ, ਹਾਂਜੀ, ਕਿਉਂਕਿ ਇਹਦੇ ਵਿੱਚ ਮੇਰਾ ਦੋਸਤ ਦੇਖੂਗਾ ਮੈਨੂੰ ਹਰ ਟਾਈਮ। ਚੱਲ ਤੂੰ ਆਹ ਬੈਗ ਨਾ ਸਾਂਭ ਕੇ ਰੱਖ, ਆਹ ਪੈਸੇ 'ਚੋਂ 1 ਰੁਪਿਆ ਨਹੀਂ ਛੇੜਦੇ ਆਪਾਂ, ਠੀਕ ਹੈ? ਹਾਂ ਲੈ ਜਾ। ਦੱਸ, ਅੱਜ ਨਾ ਮੈਨੂੰ ਸ਼ਰਮ ਆ ਰਹੀ ਹੈ ਆਪਣੇ ਆਪ 'ਤੇ, ਮੈਂ ਇਨਸਾਨ ਨਹੀਂ ਹੈ, ਮੈਂ ਜਾਨਵਰ ਹੈ ਜਾਨਵਰ। ਮੈਂ ਵਿਚਾਰੇ ਨਾਲ ਕਿੰਨਾ ਮਾੜਾ ਸਲੂਕ ਕਰਿਆ, ਉਹਨੂੰ ਘਰੋਂ ਕੱਢਣ ਦੀ ਕੋਸ਼ਿਸ਼ ਕਰੀ। ਗੁਰਪ੍ਰੀਤ, ਵੱਡੇ ਵੀਰ, ਜੇ ਤੂੰ ਮੇਰਾ ਸੁਣ ਰਿਹਾ ਨਾ ਕਿਤੇ, ਤਾਂ ਵੀਰੇ ਮੈਨੂੰ ਮਾਫ਼ ਕਰ ਦੇ ਯਾਰ।